नमस्कार सत श्री अकाल दोस्तों, प्रोग्राम खास शख्सियत के तहत अज साडी अदालत दे विच हैगे ने समाज सेवक वीर प्रताप जी राणा। वीर प्रताप राणा जी पानी नू लै के काफ़ी ज़्यादा संघर्ष कर रहे ने, साडा पर्यावरण जिहड़ा इहदा बचाव रहे इहदे वास्ते काफ़ी अरसे तो संघर्ष करते हुए जेल यात्रा भी कर चुके ने। सो अज साडी अदालत दे विच हैगे आ, इहनां दे नाल ये ही संबंध में आप गलबात करते हैं। राणा जी साढ़े स्टूडियो आने पर बहुत बहुत धन्यवाद। बहुत बहुत धन्यवाद जी, मैं मौका देने वास्ते बहुत बहुत मैं शुक्रगुजार हूँ। राणा जी इस वेले जिहड़ा है सारे ही वर्ल्ड दे विच पानी नू लैके पर्यावरण नू लैके बहुत ज़्यादा उथला पथली जिहड़ी हैगी होई पई हैगी आ, ते तुसीं जिहड़ा हैगा हुशियारपुर दे विच काफ़ी अरसे तो संघर्ष कर रहे हो, काफ़ी लोगों नू नाल लै के तुरे हो, कोर्ट दे विच तुसीं कई डिपार्टमेंटां दे खिलाफ इस चीज़ नू लै के केस भी किए हुए। सेंचुरी प्लाईवुड सीगी उहदे वास्ते भी तुसीं एक मुहिम चलाई सीगी, इस वेले कोका कोला जिहड़ी फैक्ट्री हुशियारपुर दे विच लग रही हैगी आ उहदे खिलाफ भी तुसीं जिहड़ा पानी नू लै के संघर्ष करदे आ रहे हैगे हो। ये सारा मन दे विच किवें आया कि आपां जिहड़ा है पानी नू बचाना है, पर्यावरण जिहड़ा दूषित हो चुका हैगा इहनू असीं बचाना हैगा? शर्मा जी तुहाडा जिहड़ा सवाल हैगा बहुत वधिया है कि तुसीं सब तो पहले यह पुछे कि मन विच विचार किदां आया। ये तुहानू मैं दस दिंदा जी, मेरा हुशियारपुर तो 18 किलोमीटर दूर पिंड है गज्जां गिल्लां। असीं उत्थे 2012 विच आए ते साडे ब्रदर दी बरसी सीगी ते असीं 1998 उत्थे एक नलका लगाया सीगा जिहदा कि कोई 42 फुट ते लगा होया सीगा। जिसले असीं उहनू आके गेड़िया ते उहदे च पानी है नहीं सीगा। असीं नलका जिहड़ा रिपेयर करदे उहनां नू बुलाया ते उहनां ने सानू आके दस्सिया, कहिंदे कि जिहड़ा पानी है उह ते 100 फुट डूंघा जा चुका, तुहाडा नाल नलका तां जिहड़ा सीगा 42 फुट ते सीगा, तुहानू नवां नलका लाउणा पैणा। नलका ते असीं नवां लवा लिया, पर उस वेले मन च विचार आया कि पानी गया कित्थे। ਮੈਨੂੰ ਉਹਨਾਂ ਨੇ ਇਹ ਜਿਹੜੀ ਗੱਲ ਦੱਸੀ, ਜਿਹੜੇ ਨਲਕਾ ਲਗਾਉਣ ਵਾਲੇ ਸੀਗੇ ਉਹਨਾਂ ਨੇ ਆਪਣੇ ਮੂੰਹੋਂ ਜਿਹੜੀ ਮੈਨੂੰ ਗੱਲ ਦੱਸੀ ਉਹ ਇਹ ਸੀਗੀ ਕਿ ਇੱਕ ਤਾਂ ਜਿਹੜਾ ਸਾਡੇ ਇਲਾਕੇ 'ਚ ਸਫੇਦਾ ਬਹੁਤ ਵੱਡੇ ਪੱਧਰ 'ਤੇ ਲਗਾਇਆ ਜਾ ਰਿਹਾ, ਇਹ ਨਹੀਂ ਲੱਗਣਾ ਚਾਹੀਦਾ। ਨੰਬਰ 2, ਉਹਨਾਂ ਨੇ ਮੈਨੂੰ ਇੱਦਾਂ ਦੀਆਂ ਜਗ੍ਹਾ ਲਿਜਾ ਕੇ ਦੱਸੀਆਂ, ਮਿਹਨਤ ਕੀਤੀ ਉਹਨਾਂ ਨੇ ਮੇਰੇ ਨਾਲ ਕਿ ਜਿੱਥੇ ਸਫੇਦੇ ਦੇ ਬੜੇ ਬੜੇ ਪਲਾਂਟ ਲਗਾਏ ਗਏ ਸੀਗੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੜੇ ਬੜੇ ਫਾਰਮ ਹਾਊਸ ਸੀਗੇ ਸਫੇਦੇ ਦੇ, ਉਹਨਾਂ ਫਾਰਮ ਹਾਊਸਾਂ ਦੇ ਵਿੱਚ 200-200 ਕਿੱਲਾ ਸਫੇਦਾ ਲਗਾਇਆ ਜਾ ਰਿਹਾ ਔਰ ਫਰੀ ਬਿਜਲੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਅਤੇ ਜਿਹੜੀ ਫਰੀ ਬਿਜਲੀ ਸੀਗੀ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਦੁਆਬੇ ਦੇ ਵਿੱਚ ਕਿ ਉਹਦਾ ਮਿਸਯੂਜ਼ ਹੋ ਰਿਹਾ ਹੈਗਾ, ਜਿਹਦੇ ਕਾਰਨ ਸਾਡੇ ਪਾਣੀ ਦੀ ਬਰਬਾਦੀ ਹੋ ਰਹੀ ਸੀਗੀ। ਅਤੇ ਇਸ ਕਰਕੇ ਮੈਂ ਸਾਰੀ ਸਟੱਡੀ ਕੀਤੀ, ਉਸ ਵੇਲੇ ਦੀ ਅਕਾਲੀ ਬੀਜੇਪੀ ਸਰਕਾਰ ਨੂੰ ਮੈਂ ਕਾਫੀ ਚਿੱਠੀਆਂ ਲਿਖੀਆਂ, ਉਹਦਾ ਕੋਈ ਮਤਲਬ ਨਤੀਜਾ ਨਹੀਂ ਨਿਕਲਿਆ। ਉਸ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਹਾਈ ਕੋਰਟ ਗਿਆ, ਉੱਥੋਂ ਮੈਨੂੰ ਪਤਾ ਲੱਗਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹਦੇ ਵਾਸਤੇ ਬਣੀ ਹੈ। ਮੈਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਗਿਆ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 5 ਮਾਰਚ 2014 ਨੂੰ ਸਫੇਦੇ ਦੇ ਪਲਾਂਟੇਸ਼ਨ 'ਤੇ ਅਤੇ ਜਿਹੜਾ ਟਿਊਬਲ ਕਨੈਕਸ਼ਨਾਂ 'ਤੇ ਸਟੇ ਲਾ ਦਿੱਤੀ ਸੀਗੀ, ਜਿਹੜੀ ਕਿ ਬਾਅਦ ਦੇ ਵਿੱਚੋਂ ਚੱਕੀ ਗਈ ਕੁਛ ਸ਼ਰਤਾਂ ਦੇ ਉੱਪਰ। ਉਹ ਜਿਹੜਾ ਮੇਰਾ ਕੇਸ ਹੈ ਪ੍ਰੈਜ਼ੈਂਟ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ, ਜਿਹਦੇ ਵਾਸਤੇ ਪ੍ਰੈਜ਼ੈਂਟ ਗੌਰਮੈਂਟ ਕੋਈ ਜਵਾਬ ਨਹੀਂ ਦੇ ਰਹੀ ਹੈ। ਮੈਂ ਇੱਥੇ ਇਹ ਕਹਿਣਾ ਚਾਹੁੰਦਾ ਸ਼ਰਮਾ ਜੀ ਕਿ ਮੈਂ ਕਿਸਾਨਾਂ ਦਾ ਵਿਰੋਧੀ ਨਹੀਂ ਹੈਗਾ, ਮੈਂ ਇਹ ਕਹਿੰਦਾ ਕਿ ਜਿੱਥੇ ਪਾਣੀ ਦੀ ਮਿਸਯੂਜ਼ ਹੋ ਰਹੀ ਹੈ, ਸਫੇਦੇ ਨੂੰ ਪਾਣੀ ਦੇਣ ਦੀ ਕਿਆ ਜ਼ਰੂਰਤ ਹੈਗੀ ਹੈ? ਸਾਡਾ ਸਫੇਦਾ ਜਿਹੜਾ ਹੈਗਾ ਉਹ 50 ਫੁੱਟ ਥੱਲਿਓਂ ਪਾਣੀ ਆਪਣੇ ਆਪ ਖਿੱਚ ਸਕਦਾ, ਉਸ ਤੋਂ ਜ਼ਿਆਦਾ ਨਹੀਂ, ਪਰ ਸਾਡਾ ਇਸ ਲਈ ਪਾਣੀ ਦਾ ਪੱਧਰ 150 ਫੁੱਟ ਥੱਲੇ ਚਲਾ ਗਿਆ ਹੈਗਾ ਅਤੇ ਉਹ ਜਿਹੜਾ ਪਾਣੀ ਹੈਗਾ ਥੱਲਿਓਂ ਕੱਢ ਕੇ ਸਫੇਦੇ ਨੂੰ ਪਲਾਇਆ ਜਾ ਰਿਹਾ ਹੈਗਾ। ਸਫੇਦਾ ਜਿਹੜਾ ਹੈਗਾ ਸਾਡਾ ਇੱਥੇ ਦਾ ਵੰਸ਼ਜ ਨਹੀਂ ਹੈਗਾ, ਇਹ ਜਿਹੜਾ ਹੈਗਾ ਆਸਟ੍ਰੇਲੀਅਨ ਟ੍ਰੀ ਹੈਗਾ, ਇਹਨੂੰ ਆਸਟ੍ਰੇਲੀਆ ਤੋਂ ਲੈ ਕੇ ਆਈ ਸੀਗੀ 1842 ਵਿੱਚ ਅੰਗਰੇਜ਼ ਹਕੂਮਤ, ਕਿ ਜਿੱਥੇ ਵੀ ਤੁਸੀਂ ਕੋਈ ਰੇਲਵੇ ਲਾਈਨ ਪਾਣੀ ਹੈ, ਸੜਕ ਬਣਾਉਣੀ ਹੈ ਅਤੇ ਦਲਦਲ ਦੇ ਕਿਨਾਰੇ ਲਗਾ ਦਿੱਤਾ ਜਾਂਦਾ ਸੀਗਾ, ਇਹ 5-6 ਸਾਲਾਂ ਦੇ ਵਿੱਚ ਸਾਰਾ ਇਲਾਕੇ ਦਾ ਪਾਣੀ ਚੂਸ ਲੈਂਦਾ ਸੀਗਾ ਅਤੇ ਉੱਥੇ ਜਿਹੜੀਆਂ ਹਨਗੀਆਂ ਰੇਲਵੇ ਲਾਈਨਾਂ ਪਾਤੀਆਂ ਜਾਂਦੀਆਂ ਸੀਗੀਆਂ। ਆਸਟ੍ਰੇਲੀਆ ਵਿੱਚ ਇਸ ਦਰਖਤ ਨੂੰ ਥਰਸਟੀ ਐਲੀਅਨ ਟ੍ਰੀ ਕਿਹਾ ਜਾਂਦਾ ਹੈਗਾ, ਥਰਸਟੀ ਐਲੀਅਨ ਟ੍ਰੀ, ਔਰ
ਵਾਟਰ ਸਕਲਰ ਕਿਹਾ ਜਾਂਦਾ, ਵਾਟਰ ਪੰਪ ਕਿਹਾ ਜਾਂਦਾ ਹੈਗਾ, ਅਤੇ ਇਹ ਮੈਂ ਇਹਦਾ ਵੀ ਵਿਰੋਧ ਕੀਤਾ ਸੀਗਾ ਅਤੇ ਜਿਹੜੀ ਫ੍ਰੀ ਬਿਜਲੀ ਦਾ ਮਿਸਯੂਜ਼ ਹੋ ਰਿਹਾ ਉਹਦਾ ਵੀ ਵਿਰੋਧ ਕੀਤਾ ਸੀਗਾ। ਅਤੇ ਤੁਹਾਨੂੰ ਜਿਹੜਾ ਹੈਗਾ ਵਾ ਮੈਨੂੰ ਇਹ ਪਤਾ ਲੱਗਾ ਸੀਗਾ ਜਿਸ ਵੇਲੇ ਤੁਸੀਂ ਵਿਰੋਧ ਕੀਤਾ ਕੋਰਟ ਦੇ ਵਿੱਚ ਗਏ, ਕੋਰਟ ਦੇ ਵਿੱਚੋਂ ਸਟੇਅ ਜਿਸ ਵੇਲੇ ਲਿਆ ਹੈਗਾ ਅਤੇ ਉਸ ਵੇਲੇ ਕਾਫੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ, ਕਈ ਕਿਸਾਨਾਂ ਵੱਲੋਂ ਧਮਕੀਆਂ ਵਗੈਰਾ ਵੀ ਮਿਲੀਆਂ। ਬਿਲਕੁਲ ਜੀ, ਉਸ ਵੇਲੇ ਇਸ ਤਰ੍ਹਾਂ ਹੁੰਦਾ ਸੀਗਾ ਕਿ ਪਹਿਲਾਂ ਤਾਂ ਮੈਨੂੰ ਧਮਕੀਆਂ ਆਈਆਂ ਗੁਰਦਾਸਪੁਰ ਤੋਂ ਰਾਤ ਦੇ 12-12 ਵਜੇ ਕਿ ਅਸੀਂ ਤੁਹਾਡੇ ਨਾਂ 'ਤੇ ਆਤਮ ਹੱਤਿਆ ਕਰ ਲੈਣੀ ਹੈ, ਅਸੀਂ ਇਹ ਲਿਖ ਕੇ ਲੱਗੇ ਦੇਣ, ਉਹ ਲਿਖ ਕੇ ਲੱਗੇ ਦੇਣ, ਪਰ ਮੈਂ ਘਬਰਾਇਆ ਨਹੀਂ। ਉਸ ਵੇਲੇ ਜਿਸ ਵੇਲੇ ਮੈਂ ਕੇਸ ਕੀਤਾ ਅਤੇ ਮੇਰੇ ਵਿਰੁੱਧ ਘੱਟੋ ਘੱਟ ਇੱਥੋਂ 5-5 ਬੱਸਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀਆਂ ਜਾਂਦੀਆਂ ਸੀਗੀਆਂ ਔਰ ਉੱਥੇ ਮੇਰੇ ਵਿਰੁੱਧ ਨਾਅਰੇਬਾਜ਼ੀ ਕੀਤੀ ਜਾਂਦੀ ਸੀਗੀ ਕਿ ਇਹ ਕਿਸਾਨਾਂ ਦਾ ਵਿਰੋਧੀ ਹੈ, ਪਰ ਉਹ ਤਾਂ ਸਰਕਾਰ ਦਾ ਇੱਕ ਚਾਲ ਸੀਗੀ, ਉਹਨਾਂ ਨੂੰ ਉਹ ਬਣਾ ਕੇ ਉੱਥੇ ਭੇਜਦੇ ਸੀਗੇ। ਸਭ ਤੋਂ ਵੱਡੀ ਗੱਲ ਸ਼ਰਮਾ ਜੀ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਸ ਵੇਲੇ ਅਦਾਲਤ ਨੇ ਸਟੇਅ ਲਾਉਣ ਦਾ ਦਿਨ ਆਇਆ ਅਤੇ ਉਸ ਵੇਲੇ ਇਹਨਾਂ ਦੀਆਂ ਸਾਰੀਆਂ ਦਲੀਲਾਂ ਫੇਲ ਹੋ ਗਈਆਂ। ਉੱਥੇ ਇੰਡੀਅਨ ਪੇਪਰ ਮੈਨੂਫੈਕਚਰਿੰਗ ਐਸੋਸੀਏਸ਼ਨ ਆ ਗਈ ਕਿ ਜਿਹੜੀ ਖਰਬਾਂ ਰੁਪਈਆਂ ਦੀ ਤੁਹਾਨੂੰ ਪਤਾ ਟਾਟਾ ਬਿਰਲਾ ਉਹਦੇ ਵਿੱਚ ਨੇ, ਔਰ ਉਹਨਾਂ ਨੇ ਆਉਂਦਿਆਂ ਨੇ ਅਦਾਲਤ ਵਿੱਚ ਇਹ ਕਿਹਾ ਸੀਗਾ ਕਿ ਅਗਰ ਤੁਸੀਂ ਸਫੇਦਾ ਬੈਨ ਕਰੋਗੇ ਤਾਂ ਸਾਡੀਆਂ ਫੈਕਟਰੀਆਂ ਬੰਦ ਹੋ ਜਾਣੀਆਂ। ਉਸ ਕਰਕੇ ਉਸ ਵੇਲੇ ਮੈਂ ਇਹ ਪੁੱਛਿਆ ਸੀਗਾ ਆਪ ਉੱਠ ਕੇ ਜੱਜ ਸਾਹਿਬ ਨੂੰ ਕਿ ਜੱਜ ਸਾਹਿਬ ਅਗਰ ਫੈਕਟਰੀਆਂ ਬੰਦ ਹੋ ਜਾਣਗੀਆਂ ਤੁਸੀਂ ਸਫੇਦੇ ਦਾ ਅਲੋਕ ਕਰੋਗੇ, ਬੰਦੇ ਨੂੰ ਧਿਆਨ ਲੱਗੇਗੀ, ਬੰਦੇ ਨੇ ਨਹਾਉਣਾ ਧੋਣਾ, ਤਾਂ ਕਿਆ ਉਸ ਵੇਲੇ ਅਸੀਂ ਸਫੇਦਾ ਯੂਜ਼ ਕਰਾਂਗੇ? ਜੱਜ ਸਾਹਿਬ ਨੇ ਮੇਰੀ ਗੱਲ ਮੰਨੀ। ਚੀਫ ਸੈਕਟਰੀ ਸਰਵੇਸ਼ ਕੌਸ਼ਲ ਇਨ ਦਾ ਹਾਊਸ ਮੌਜੂਦ ਸੀਗੇ। ਜੱਜ ਸਾਹਿਬ ਨੇ ਕਿਹਾ ਕਿ ਬਿਲਕੁਲ ਸਹੀ ਗੱਲ ਹੈਗੀ ਹੈ, ਔਰ ਜੱਜ ਸਾਹਿਬ ਨੇ ਉਸ ਲਈ ਇੱਕ ਇਹ ਵੀ ਟਿੱਪਣੀ ਕੀਤੀ ਸੀਗੀ ਕਿ ਮੈਂ ਵੀ ਪੰਜਾਬ ਨੂੰ ਬਿਲੋਂਗ ਕਰਦਾ, ਮੈਨੂੰ ਵੀ ਪਤਾ ਪੰਜਾਬ ਦੇ ਹਾਲਾਤ ਕਿਆ। ਹੋਇਆ ਕੀ ਫਿਰ ਉਸ ਜਿਹੜੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਕੋਈ ਅੱਜ ਫੇਸ ਪੈਦੇ ਲੱਗ ਰਹੇ ਨੇ? ਬਿਲਕੁਲ ਬਿਲਕੁਲ, ਕਟਿੰਗ ਹੋ ਰਹੀ ਆ, ਹੁਸ਼ਿਆਰਪੁਰ ਜਿਹੜਾ ਹੈਗਾ ਇਹਦੇ ਆਸ ਪਾਸ ਬੜੀਆਂ ਬੜੀਆਂ ਫੈਕਟਰੀਆਂ ਲੱਗ ਗਈਆਂ ਹੈਗੀਆਂ। ਅਮੂਮਨ ਜਿਹੜਾ ਹੈਗਾ ਹਰ ਰੋਜ਼ ਦੇਖਿਆ ਜਾ ਸਕਦਾ ਹਰਿਆਣਾ ਰੋਡ ਦੇ ਉੱਤੇ ਸਵੇਰ ਦੇ ਵੇਲੇ ਵੱਧ ਤੋਂ ਵੱਧ ਸਫੈਦਾ ਆ ਰਿਹਾ, ਪਰ ਫਰਕ ਤਾਂ ਕੋਈ ਨਹੀਂ ਪਿਆ। ਉਹਦਾ ਇਸ ਤਰ੍ਹਾਂ ਸੀਗਾ, ਤੁਹਾਨੂੰ ਮੈਂ ਦੱਸ ਦਿੰਦਾ ਕਿ ਸੁਪਰੀਮ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਕਿਹਾ ਸੀਗਾ ਕਿ ਪੰਜਾਬ ਸਰਕਾਰ ਬਿਜਲੀ ਦੇਣ ਦੀ ਇੱਕ ਸਿਸਟਮ ਬਣਾਵੇ, ਕਿੱਦਾਂ ਦੇਣੀ, ਕਿਹਨੂੰ ਦੇਣੀ, ਨੰਬਰ ਇੱਕ। ਦੂਸਰਾ, ਉਹਨਾਂ ਨੇ ਆਰਡਰ ਵਿੱਚ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਸੀਗੀ, ਆਰਡਰ ਨਹੀਂ ਕੀਤਾ, ਸਲਾਹ ਦਿੱਤੀ ਕਿ ਤੁਸੀਂ ਸਫੇਦਾ ਇੱਦਾਂ ਦੀ ਜਗ੍ਹਾ ਲਗਾਓ ਜਿੱਥੇ ਪਾਣੀ ਦਾ ਪੱਧਰ ਉੱਚਾ, ਜਿੱਥੇ ਦਲਦਲ ਹੈਗੀ। ਉਹ ਇੰਪਲੀਮੈਂਟ ਹੋ ਪਾਇਆ? ਨਹੀਂ ਹੋ ਪਾਇਆ। ਕੀ ਕਾਰਨ ਉਹਦਾ? ਉਹਦਾ ਕਾਰਨ ਇਹ ਹੀ ਹੈ ਕਿ ਇੰਡੀਅਨ ਪੇਪਰ ਮੈਨੂਫੈਕਚਰਿੰਗ ਐਸੋਸੀਏਸ਼ਨ ਔਰ ਜਿਹੜੀ ਇਹ ਲੱਕੜੀ ਇੰਡਸਟਰੀ ਹੈਗੀ ਇੱਥੇ, ਇਹ ਹੈਗੇ ਆ, ਇਹਨਾਂ ਨੇ ਦਬਾਅ ਬਣਾਇਆ, ਉਹੀ ਦਬਾਅ ਪ੍ਰੈਜੈਂਟ ਸਰਕਾਰ ਪਰ ਹੈਗਾ। ਮੈਂ ਦੁਖੀ ਹੋ ਕੇ ਕਿਉਂਕਿ ਮੈਨੂੰ ਫੰਡ ਦੀ ਕਮੀ ਸੀਗੀ, ਮੈਂ ਦੁਖੀ ਹੋ ਕੇ ਸੁਪਰੀਮ ਕੋਰਟ ਗਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲਾ ਆਉਣ ਤੋਂ 6 ਮਹੀਨੇ ਬਾਅਦ ਹੀ ਤੁਹਾਨੂੰ ਮੈਂ ਗੱਲ ਦੱਸਦਾ ਪਿਆ। ਜਿਸ ਵੇਲੇ ਮੈਂ ਸੁਪਰੀਮ ਕੋਰਟ ਜਾਂਦਾ ਹੈ ਅਤੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਮੇਰੀ ਫਾਈਲ 3 ਵਾਰੀ ਰਿਜੈਕਟ ਕੀਤੀ। ਉਹ ਕਹਿੰਦੇ ਕਿਉਂਕਿ ਟਾਈਮ ਬਾਉਂਡ ਹੋ ਚੁੱਕਾ ਹੈਗਾ ਅਤੇ ਮੈਂ ਤੁਹਾਡੀ ਪਟੀਸ਼ਨ ਜਿਹੜੀ ਹੈਗੀ ਅਸੀਂ ਐਕਸੈਪਟ ਨਹੀਂ ਕਰਦੇ। ਉਸ ਵੇਲੇ ਅਸੀਂ ਜੱਜ ਸਾਹਿਬ ਨੂੰ ਰਿਕੁਐਸਟ ਕੀਤੀ, ਇਹੀ ਜੱਜ ਸਾਹਿਬ ਸੀਗੇ, ਗਗੋਈ ਸਾਹਿਬ ਸੀਗੇ ਅਤੇ ਜਿਹੜੇ ਇੱਕ ਲੋਕੁਰ ਜਿਹੜੇ ਨਰਿੰਦਰ ਮੋਦੀ ਹੁਣ ਦੇ ਖਿਲਾਫ ਉਹਨਾਂ ਨੇ ਉਹ ਵੀ ਕੀਤੀ ਸੀਗੀ ਪ੍ਰੈਸ ਕਾਨਫਰੰਸ, ਉਹ ਸੀਗੇ। ਮੈਂ ਉਹਨਾਂ ਨੂੰ ਉਸ ਲਈ ਰਿਕੁਐਸਟ ਕੀਤੀ, ਮੈਂ ਕਿਹਾ ਜੱਜ ਸਾਹਿਬ ਸੱਚਾਈ ਲੱਗਾ ਬਿਆਨ ਕਰਨਾ, ਅਸੀਂ ਤੁਹਾਡੇ ਕੋਲ ਤਾਂ ਨਹੀਂ ਆ ਪਾਏ ਕਿ ਮੇਰੇ ਕੋਲ ਪੈਸੇ ਨਹੀਂ ਸੀਗੇ। ਸੁਪਰੀਮ ਕੋਰਟ ਵਿੱਚ ਆਉਣ ਵਾਸਤੇ ਪੈਸਾ ਲੱਗਦਾ, ਕੋਈ ਵੀ ਵਕੀਲ 3-4 ਲੱਖ ਰੁਪਏ ਤੋਂ ਘੱਟ ਨਹੀਂ ਫੀਸ ਕਿਸੇ ਦੀ ਵੀ, ਗਰੀਬ ਨੂੰ ਇੱਥੇ ਅਨਿਆਏ ਨਹੀਂ ਹੈਗਾ। ਮੇਰੇ ਕੋਲ ਪੈਸੇ ਨਹੀਂ ਸੀਗੇ, ਸੱਚਾਈ ਇਹ ਹੈ। ਮੈਨੂੰ ਖੁਸ਼ੀ ਹੋਈ ਕਿ ਉਹਨਾਂ ਨੇ ਉਸੇ ਵੇਲੇ ਫਾਈਲ ਮੁੜ ਕੇ ਆਪਣੇ ਹੱਥੀਂ ਚੱਕ ਲਈ ਔਰ ਉਹਨਾਂ ਪੂਰੀ ਫਾਈਲ ਪੜ੍ਹੀ। ਉਸ ਵੇਲੇ ਜੱਜ ਸਾਹਿਬ ਨੇ ਮੈਨੂੰ ਇਹ ਵੀ ਕਿਹਾ ਕਿ ਤੁਹਾਡੀ ਜਿਹੜੀ ਸੰਸਥਾ ਹੈਗੀ ਹੈ ਸਫਲ ਭਾਰਤ ਗੁਰੂ ਪਰੰਪਰਾ, ਇਹ ਮਹਾਰਾਸ਼ਟਰ 'ਚ ਰਜਿਸਟਰਡ ਹੈਗੀ ਹੈ, ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ? ਅਤੇ ਸਾਡੇ ਵਕੀਲ ਸਾਹਿਬ ਨੇ ਕਿਹਾ ਕਿ ਇਹਨਾਂ ਦੀ ਜਿਹੜੀ ਜਨਮ ਭੂਮੀ ਹੈਗੀ ਹੈ ਉਹ ਪੰਜਾਬ ਹੈ ਅਤੇ ਜਿਹੜੀ ਕਰਮ ਭੂਮੀ ਹੈਗੀ ਹੈ ਉਹ ਮਹਾਰਾਸ਼ਟਰ ਹੈਗੀ ਹੈ, ਬੰਬੇ ਹੈਗੀ ਹੈ, ਅਤੇ ਸੰਸਥਾ ਇਹਨਾਂ ਦੀ ਬੰਬੇ 'ਚ ਰਜਿਸਟਰਡ ਹੈਗੀ, ਬਟ ਇਹਨਾਂ ਦੇ ਕੋਲ ਇਹ ਪਰਮਿਸ਼ਨ ਹੈ ਇਸ ਸੰਸਥਾ ਨੂੰ ਕਿ ਇੰਡੀਆ ਵਿੱਚ ਕਿਤੇ ਵੀ ਆਫਿਸ ਖੋਲ੍ਹ ਕੇ ਆਪਣਾ ਕੰਮ ਕਰ ਸਕਦੇ ਨੇ। ਅਤੇ ਜੱਜ ਸਾਹਿਬ ਨੇ ਥੋੜ੍ਹਾ ਜਿਹਾ, ਮਤਲਬ ਆਪਾਂ ਇਹਨੂੰ ਮਜ਼ਾਕੀਆ ਵੀ ਨਹੀਂ ਕਹਿ ਸਕਦੇ, ਜੱਜ ਸਾਹਿਬ ਨੇ ਇਹ ਕਿਹਾ ਕਿ ਜਨਮ ਭੂਮੀ ਵਾਸਤੇ ਤਾਂ ਤੁਸੀਂ ਕਰ ਰਹੇ ਹੋ, ਕਰਮ ਭੂਮੀ ਵਾਸਤੇ ਵੀ ਕਰੋ, ਮਹਾਰਾਸ਼ਟਰ ਇਜ਼ ਆਲਸੋ ਫੇਸਿੰਗ ਦੀ ਸੇਮ ਪ੍ਰੋਬਲਮ। ਅਤੇ ਹੁਣ ਮੈਂ ਮਹਾਰਾਸ਼ਟਰ ਦਾ ਵੀ ਸਾਰਾ ਡਾਟਾ ਇਕੱਠਾ ਕੀਤਾ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਸਾਡੇ ਪੰਜਾਬ 'ਚ ਪ੍ਰੋਬਲਮ ਹੈ ਇਹੀ ਮਹਾਰਾਸ਼ਟਰਾ 'ਚ ਮਿਲੀ ਹੈਗੀ ਹੈ। ਹੁਣ ਇਹ ਕੇਸ ਕਿੱਥੇ ਤੱਕ ਪਹੁੰਚਿਆ ਸੀ? ਇਹ ਕੇਸ ਜਿਹੜਾ ਹੈਗਾ ਜੀ, ਪੰਜਾਬ ਸਰਕਾਰ ਉਹਨਾਂ ਨੂੰ ਜਵਾਬ ਨਹੀਂ ਦੇ ਰਹੀ ਹੈ, 4 ਵਾਰੀ ਨੋਟਿਸ ਹੋ ਚੁੱਕਾ, ਮੈਂ ਅੱਪ ਜਾ ਕੇ ਨੋਟਿਸ ਦੇ ਕੇ ਆਇਆ ਚੰਡੀਗੜ੍ਹ ਸੈਕਟਰੀਏਟ ਵਿੱਚ। ਇਹਦਾ ਸਾਥ ਤੁਹਾਨੂੰ ਕਿੰਨਾ ਕੁ ਮਿਲ ਰਿਹਾ? ਆਮ ਜਨਤਾ ਦਾ ਕੋਈ, ਲੋਕਾਂ ਦਾ ਕੋਈ ਸਾਥ ਹੈਗਾ? ਆਮ ਜਨਤਾ ਦਾ ਕੋਈ ਸਾਥ ਨਹੀਂ ਜੀ, ਲੋਕੀ ਸਮਝਦੇ ਹੋ ਕਿ ਜਿਹੜਾ ਸਾਥ ਨਹੀਂ ਮਿਲ ਰਿਹਾ, ਲੋਕੀ ਜਾਗਰੂਕ ਨਹੀਂ ਹੈ। ਮੈਂ ਤਾਂ ਇਹ ਕਹਾਂਗਾ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਭਰਮ ਹੈਗਾ ਵਾ
ਵੀ ਇਹ ਸਭ ਕੁਛ ਜਿਹੜਾ ਕੀਤਾ ਜਾ ਰਿਹਾ ਹੈਗਾ ਵਾ ਇਹ ਪੈਸਿਆਂ ਦੀ ਖਾਤਰ ਹੈਗਾ। ਬਿਲਕੁਲ, ਇਹ ਆਮ ਜਨਤਾ ਜਿਹੜੀ ਹੈਗੀ ਆ ਲੋਕ ਇਹ ਸਮਝਦੇ ਆ, ਜਿਹੜੇ ਕੋਈ ਅੱਜ ਕੱਲ੍ਹ ਕੋਈ ਪਟੀਸ਼ਨਾਂ ਜਾਂਦੇ ਆ ਪਾਉਂਦੇ ਹੈਗੇ ਆ, ਉਹਦਾ ਕਾਰਨ ਹੀ ਇਹ ਹੈਗਾ ਕਿ ਲਓ ਜੀ ਪੈਸੇ ਲੈ ਕੇ ਚੁੱਪ ਕਰਕੇ ਬਹਿ ਜਾਣਾ। ਇੱਕ ਤਾਜ਼ਾ ਐਗਜ਼ਾਮਪਲ ਜਿਹੜੀ ਹੈਗੀ ਪਿਛਲੇ ਦਿਨੀ ਹੁਸ਼ਿਆਰਪੁਰ ਦੀ ਹੈਗੀ ਆ, ਚ ਆਪਣਾ ਇੱਕ ਸੰਘਰਸ਼ ਚੱਲਿਆ ਸੀਗਾ ਆ ਜਿਹੜੀ ਆ ਹਰਿਆਣਾ ਰੋਡ ਦੇ ਉੱਤੇ ਫੈਕਟਰੀ ਜਿਹੜੀ ਲੱਗੀ ਆ ਸੈਂਚਰੀ ਪਲਾਈ ਦੇ, ਉਹਦਾ ਵੀ ਐਂਡ ਜਿਹੜਾ ਹੈਗਾ ਉਹਦਾ ਵੀ ਲੋਕਾਂ ਨੂੰ ਦੇ ਮਨ ਦੇ ਵਿੱਚ ਕਾਫੀ ਜ਼ਿਆਦਾ ਸ਼ੰਕਾ ਹੋ ਗਈ ਆ। ਤੁਹਾਡੇ ਵਰਗੀਆਂ ਸੰਸਥਾਵਾਂ ਜਿਹੜੇ ਲੋਕ ਚਲਾ ਰਹੇ ਨੇ, ਸ਼ੰਕਾ ਜਿਹੜੀ ਹੈਗੀ ਪ੍ਰਸ਼ਨ ਚਿੰਨ ਲੱਗਦਾ ਹੈਗਾ ਵੀ ਇਹ ਲੋਕ ਜਿਹੜੇ ਹੈਗੇ ਆ ਇਹ ਸਿਰਫ ਪੈਸੇ ਦੀ ਖਾਤਰ ਕਰਦੇ ਆ, ਕੀ ਕਹੋਗੇ? ਦੇਖੋ ਜੀ, ਜਿਹੜੀ ਸੈਂਚਰੀ ਦਾ ਹੋਇਆ ਹੈਗਾ ਉਹਦੇ ਵਾਸਤੇ ਮੈਂ ਬਹੁਤ ਜ਼ਿਆਦਾ ਦੁੱਖ ਫੀਲ ਕਰਦਾ। ਪਹਿਲੀ ਗੱਲ ਇਹ ਵੀ ਤੁਹਾਨੂੰ ਮੈਂ ਨਾਲ ਦੱਸਣਾ ਚਾਹੁੰਦਾ ਕਿ ਉੱਥੇ ਮੈਂ ਆਗੂ ਨਹੀਂ ਸੀਗਾ, ਰੈਗੂਲਰ ਜਾਂਦਾ ਸੀਗਾ, ਉਹਨਾਂ ਦਾ ਸਪੋਰਟਰ ਸੀਗਾ, ਉਹਨਾਂ ਨੂੰ ਟੈਕਨੀਕਲ ਜਾਣਕਾਰੀ ਸਾਰੀ ਮੈਂ ਹੀ ਮੁਹੱਈਆ ਕਰਵਾਈ ਕਿ ਇਹ ਫੈਕਟਰੀ ਦੇ ਕੈਮੀਕਲ ਪਲਾਂਟ ਲੱਗਣ ਨਾਲ ਇਹ ਇਹ ਨੁਕਸਾਨ ਹੋਣਗੇ। ਉਹਨਾਂ ਨੂੰ ਉੱਥੇ ਕੋਈ ਜਾਣਕਾਰੀ ਨਹੀਂ ਸੀਗੀ, ਪਰ ਉਹਨਾਂ ਨੇ ਜੂਨ ਮਹੀਨੇ ਦੇ ਵਿੱਚ ਮੇਰੇ ਨਾਲ ਉੱਥੇ ਇੱਕ ਤਰ੍ਹਾਂ ਮਾਹੌਲ ਬਣਾ ਕੇ ਲੜਾਈ ਕੀਤੀ, ਮੈਨੂੰ ਉੱਥੋਂ ਬਾਹਰ ਕੀਤਾ ਗਿਆ, ਮੈਂ ਉੱਥੇ ਮੁੜ ਕੇ ਵੜਿਆ ਨਹੀਂ। ਜਿਸ ਦਿਨ 23 ਜੂਨ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਸੈਂਚੁਰੀ ਪਲਾਈਵੁੱਡ ਦੇ ਖਿਲਾਫ ਕੇਸ ਸੀਗਾ, ਸੁਣਵਾਈ ਸੀਗੀ, ਮੈਂ ਉੱਥੇ ਗਿਆ ਸੀਗਾ। ਮੈਨੂੰ 3 ਵਜੇ ਟੈਲੀਫੋਨ ਕੀਤਾ ਦੋਲੋਵਾਲ ਦੇ ਮੁੰਡਿਆਂ ਨੇ ਕਿ ਇਹਨਾਂ ਨੇ ਫੈਸਲਾ ਕਰ ਲਿਆ ਹੈਗਾ। ਪਰ ਉਸ ਤੋਂ ਪਹਿਲਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸੈਂਚੁਰੀ ਪਲਾਈਵੁੱਡ ਨੇ ਇੱਕ ਐਫੀਡੇਵਿਟ ਅਦਾਲਤ ਵਿੱਚ ਦਿੱਤਾ ਕਿ ਅਸੀਂ ਕੈਮੀਕਲ ਫੈਕਟਰੀ ਨਹੀਂ ਲਗਾਵਾਂਗੇ, ਜਿਹਦਾ ਸਭ ਤੋਂ ਵੱਡਾ ਵਿਰੋਧ ਸੀਗਾ। ਉਹਨਾਂ ਦਾ ਜਿਹੜਾ ਉਹ ਐਫੀਡੇਵਿਟ ਸੀਗਾ ਉਹ ਤਾਂ ਸਾਨੂੰ ਫਰਵਰੀ ਮਹੀਨੇ 'ਚ ਆ ਗਿਆ ਸੀਗਾ, ਮਾਰਚ, ਫਰਵਰੀ ਔਰ ਮਾਰਚ ਵਿੱਚ ਆ ਗਿਆ ਸੀਗਾ। ਮੈਂ ਇਹਨਾਂ ਨੂੰ ਉਸ ਵੇਲੇ ਪੁੱਛਿਆ ਕਿ ਇਹਨਾਂ ਨੇ ਕੈਮੀਕਲ ਫੈਕਟਰੀ ਨਹੀਂ ਲਗਾਉਣੀ ਹੈ, ਕਿਆ ਤੁਸੀਂ ਹੁਣ ਅੰਦੋਲਨ ਵਾਪਸ ਲੈਣਾ? ਕਿਉਂਕਿ ਸਾਡਾ ਮੇਨ ਵਿਰੋਧ ਕੈਮੀਕਲ ਫੈਕਟਰੀ ਦਾ ਸੀਗਾ। ਉਸ ਵੇਲੇ ਜਿਹੜੇ ਉੱਥੇ ਦੇ ਆਗੂ ਸੀਗੇ ਉਹਨਾਂ ਨੇ ਇਹ ਕਿਹਾ ਕਿ ਨਹੀਂ, ਅਸੀਂ ਫੈਕਟਰੀ ਹੀ ਨਹੀਂ ਲੱਗਣ ਦੇਣੀ, ਪਾਣੀ ਦਾ ਜਿਹੜਾ ਮਸਲਾ ਹੈਗਾ, ਪਾਣੀ ਦਾ ਮਸਲਾ ਗੰਭੀਰ ਹੈਗਾ, ਅਸੀਂ ਪਾਣੀ ਦੀ ਦੁਰਵਰਤੋਂ ਨਹੀਂ ਹੋਣ ਦੇਣੀ, ਪਾਣੀ ਦੀ ਅਸੀਂ ਫੈਕਟਰੀ ਇਹ ਜਿਹੜੀ ਸੈਂਚੁਰੀ ਪਲਾਈਵੁੱਡ ਹੈ ਨਹੀਂ ਲੱਗਣ ਦੇਣੀ, ਕਿਉਂਕਿ ਇਹਨਾਂ ਨੇ ਪਾਣੀ ਅੰਦਰਲਾ ਖਰਾਬ ਕਰਨਾ। ਪਰ ਅੱਜ ਦੀ ਤਰੀਕ 'ਚ ਉੱਥੇ ਪਾਣੀ ਖਰਾਬ ਹੋ ਰਿਹਾ ਔਰ ਉਹ ਪਿੱਛੇ ਹਟ ਗਏ ਹੈ, ਅਤੇ ਇਸ ਕਰਕੇ ਸ਼ੱਕ ਤਾਂ ਹੋਣਾ ਹੀ ਹੈ ਸਾਰਿਆਂ ਨੂੰ। ਰਾਣਾ ਜੀ, ਜਿਸ ਵੇਲੇ ਇਹ ਸੈਂਚੁਰੀ ਪਲਾਈਵੁੱਡ ਦਾ ਸੰਘਰਸ਼ ਚੱਲਿਆ, ਸਿਰਫ ਹੁਸ਼ਿਆਰਪੁਰ ਤੋਂ ਹੀ ਨਹੀਂ ਦੂਰ ਦੂਰ ਤੋਂ ਲੋਕਾਂ ਨੇ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਭਾਗ ਲਿਆ ਜਿਹੜਾ ਹੈਗਾ ਜੀ। ਅਤੇ ਹੁਣ ਜਿਹੜਾ ਹੈਗਾ ਤੁਸੀਂ ਮੁਹਿੰਮ ਚਲਾਈ ਹੈਗੀ ਕੋਕਾ ਕੋਲਾ ਦੇ ਵਿਰੁੱਧ ਜਿਹੜਾ ਹੈਗਾ, ਕੋਕਾ ਕੋਲਾ, ਤੁਸੀਂ ਇਸ ਗੱਲ ਨੂੰ ਤਾਂ ਸਮਝਦੇ ਹੋ ਨਾ ਵੀ ਜਿਹੜਾ ਸੰਘਰਸ਼ ਦੇ ਵਿੱਚ ਲੋਕਾਂ ਨੇ ਸਾਥ ਦਿੱਤਾ ਅਤੇ ਅੱਜ ਕੋਕਾ ਕੋਲਾ ਦੇ ਵਿਰੁੱਧ ਜਿਹੜਾ ਜਿਹੜਾ ਸੰਘਰਸ਼ ਚੱਲ ਰਿਹਾ ਹੈਗਾ ਉਹਦੇ ਵਿੱਚ ਨਾਮ ਮਾਤਰੀ ਲੋਕ ਜਿਹੜੇ ਹੈਗੇ ਸਾਥ ਦੇ ਰਹੇ ਨੇ, ਬਿਲਕੁਲ ਕਾਰਨ ਕਰਕੇ? ਇਹ ਕਾਰਨ ਥੋੜ੍ਹਾ ਹੈਗਾ, ਤੁਹਾਨੂੰ ਮੈਂ ਇਹ ਦੱਸ ਦਿੰਦਾ ਕਿ ਅਗਰ ਤੁਸੀਂ ਮੇਰਾ ਫੇਸਬੁੱਕ ਪੇਜ ਦੇਖੋ, ਅੱਜ ਤੋਂ 14 ਮਹੀਨੇ ਪਹਿਲੇ ਜਿਹੜੇ ਲੋਕ ਮੇਰੇ ਨਾਲ ਖੜ੍ਹੇ ਸੀਗੇ ਉਹ ਅੱਜ ਮੇਰੇ ਨਾਲ ਖੜ੍ਹੇ ਕਿਉਂ ਨਹੀਂ? ਇਸ ਕਰਕੇ ਹੀ ਨਹੀਂ ਹੈ ਕਿਉਂਕਿ ਸ਼ੱਕ ਉਹਨਾਂ 'ਤੇ ਵੀ ਆ ਹੀ ਜਾ ਰਿਹਾ ਕਿ ਉਹ ਅੱਜ ਰਾਣੇ ਦੇ ਨਾਲ ਖੜ੍ਹੇ ਕਿਉਂ ਨਹੀਂ ਨੇ। ਮੇਰੀ ਸੈਂਚੁਰੀ ਦੇ ਵਿੱਚ ਵੀ ਗ੍ਰਿਫਤਾਰੀ ਹੋਈ ਸੀਗੀ, ਇੱਥੇ ਵੀ ਮੇਰੀ ਗ੍ਰਿਫਤਾਰੀ ਹੋਈ ਹੈ ਔਰ ਸੈਂਚੁਰੀ ਤੋਂ ਭਿਆਨਕ ਹੋਈ ਇੱਥੇ ਗ੍ਰਿਫਤਾਰੀ। ਮੈਂ ਇਹ ਕਹਿਣਾ ਚਾਹੁੰਦਾ ਕਿ ਇੱਥੇ ਜਿੰਨੇ ਲੋਕ ਮੇਰੇ ਨਾਲ ਜੁੜਦੇ ਪਏ ਹੈ ਉਹ ਮੇਰੇ ਨਾਲ ਉਹ ਕੱਟ ਜਾਂਦੇ ਆ, ਉਹ ਕੱਟਣ ਦਾ ਕਾਰਨ ਮੈਂ ਕੁਛ ਨਹੀਂ ਕਹਿ ਸਕਦਾ ਕਿਉਂ ਕੱਟ ਜਾਂਦੇ ਆ, ਪਹਿਲਾਂ ਆਉਂਦੇ ਕਿਉਂ ਹੈ, ਅਗਰ ਕੁਛ ਸੋਚ ਕੇ ਆਏ ਹੈ ਤਾਂ ਫਿਰ ਉਹ ਕੱਟਦੇ ਕਿਉਂ ਪਏ ਮੇਰੇ ਕੋਲੋਂ? 14 ਮਹੀਨੇ ਪਹਿਲੇ ਦਾ ਮੇਰਾ ਫੇਸਬੁੱਕ ਪੇਜ ਦੇਖ ਲਓ। ਪਰ ਮੈਂ ਤੁਹਾਨੂੰ ਇਹ ਵੀ ਨਾਲ ਦੱਸਣਾ ਚਾਹੁੰਦਾ ਕਿ ਲੋਕ ਹੌਲੀ ਹੌਲੀ ਜਾਗਰੂਕ ਹੋਏ ਹੈ, ਮੈਂ ਸਾਡੇ ਜੇਲ੍ਹ ਜਾ ਕੇ ਮੁੜ ਕੇ ਆਉਣ ਤੋਂ ਬਾਅਦ ਹੁਣ ਲੋਕ ਸਾਡੇ ਨਾਲ ਜ਼ਿਆਦਾ ਜੁੜਨਾ ਸ਼ੁਰੂ ਹੋ ਗਏ ਨੇ ਔਰ ਅਸੀਂ ਜਲਦ ਧਰਨਾ ਸਟਾਰਟ ਕਰ ਰਹੇ ਹੈਗੇ। ਜਿੰਨੇ ਜਿਹੜਾ ਹੈਗਾ ਜਾਗਰੂਕ ਹੋਣਾ ਚਾਹੀਦਾ ਹੈਗਾ ਜਨਤਾ ਨੂੰ, ਫਿਲਹਾਲ ਉਨੀ ਜਾਗਰੂਕ ਨਹੀਂ ਹੋ ਰਹੀ। ਪਿਛਲੇ 10 ਸਾਲਾਂ ਤੋਂ ਤਕਰੀਬਨ ਤੁਸੀਂ ਜਿਹੜਾ ਇਸ ਮੁਹਿੰਮ ਨੂੰ ਲੈ ਕੇ ਤੁਸੀਂ ਚੱਲਦੇ ਆ ਰਹੇ ਹੋ ਅੱਗੇ ਹੋ, ਅਤੇ ਤੁਸੀਂ ਹੁਣ ਕਿਹਾ ਹੈਗਾ ਕਿ ਮੇਰੇ ਨਾਲ ਪਹਿਲਾਂ ਜਿੰਨੇ ਬੰਦੇ ਜੁੜੇ ਸੀਗੇ ਹੌਲੀ ਹੌਲੀ ਜਿਹੜੇ ਟੁੱਟ ਗਏ ਹੈਗੇ, ਇਹ ਟੁੱਟਣ ਦਾ ਕਾਰਨ ਤਾਂ ਲੱਭਣ ਦੀ ਕੋਸ਼ਿਸ਼ ਕਰੋ ਨਾ, ਕੀ ਕਾਰਨ ਹੈਗਾ? ਹੁਣ ਜੇ ਟੁੱਟਦੇ ਕਿਉਂ ਨੇ ਇਹ ਤਾਂ ਉਹੀ ਬੰਦੇ ਦੱਸ ਸਕਦੇ ਨਾ। ਤੁਸੀਂ ਉਹਨਾਂ ਬੰਦਿਆਂ ਨੂੰ ਮਿਲਿਆ, ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਹਾਂਜੀ ਮਹਾਰਾਜ ਪਹਿਲਾਂ ਤੁਸੀਂ ਨਾਲ ਚੱਲਦੇ ਸੀ ਵੀ ਮੇਰੇ ਵਿੱਚ ਕੀ ਕਮੀ ਆ ਜਾਂ ਮੇਰਾ ਜਿਹੜਾ ਮਿਸ਼ਨ ਹੈਗਾ ਵਾ ਉਸ ਮਿਸ਼ਨ ਦੇ ਵਿੱਚ ਕਿਹੜੀ ਇਹੋ ਜਿਹੀ ਗੱਲਬਾਤ ਹੈਗੀ ਜਿਹੜਾ ਤੁਸੀਂ ਪਿੱਛੇ ਹਟੇ ਹੋ? ਉਹ ਮੇਰੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੇ, ਮੈਨੂੰ ਜਵਾਬ ਨਹੀਂ ਦਿੰਦੇ। ਅਗਰ ਇਹਦਾ ਮਤਲਬ ਵਿੱਚ ਕੁਛ ਨਾ ਕੁਛ ਹੋਏਗਾ, ਫਿਰ ਕੋਈ ਕਹਾਣੀ ਹੈ ਵਿੱਚ ਕੁਛ ਨਾ ਕੁਛ? ਦੇਖੋ ਜੀ, ਇਸ ਤਰ੍ਹਾਂ ਹੈਗਾ ਕਿ ਕੋਕਾ ਕੋਲਾ ਦੀ ਮੁਹਿੰਮ ਦੇ ਖਿਲਾਫ ਮੈਂ ਜਿਹੜੀ ਇਹਨਾਂ ਤੋਂ ਪਹਿਲਾਂ SDM ਸੀਗੇ, ਜਿਹੜੇ ਪ੍ਰੈਜੈਂਟ SDM ਸਰੀਨ ਸਾਹਿਬ ਤੋਂ ਪਹਿਲ ਕੇ SDM ਸੀਗੇ, ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਔਰ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਤੁਸੀਂ ਚਾਹ ਪੀਣ ਆਓ ਮੇਰੇ ਕੋਲ। ਮੈਂ ਸਵੇਰੇ 9 ਵਜੇ ਗਿਆ ਕਿਉਂਕਿ ਮੇਰੀ 2 ਵਜੇ ਫਲਾਈਟ ਸੀਗੀ, ਮੈਂ ਜਾਣਾ ਸੀਗਾ ਦਿੱਲੀ, ਅਤੇ ਮੈਨੂੰ ਕਹਿੰਦੇ ਤੁਸੀਂ ਮੈਨੂੰ ਸਵੇਰੇ ਸਵੇਰੇ ਮਿਲ ਕੇ ਜਾਇਓ। ਮੈਂ ਕਿਹਾ ਠੀਕ ਹੈ। ਜਿਸ ਲਈ ਮੈਂ ਉਹਨਾਂ ਕੋਲ ਗਿਆ ਜਾਣ ਮਿਲਣ ਵਾਸਤੇ, ਤਾਂ ਮੈਂ ਆਪਣੇ ਨਾਲ 12 ਬੰਦੇ ਲੈ ਕੇ ਗਿਆ, ਸ਼ਹਿਰ ਦੇ ਅੱਛੇ ਬੰਦੇ, ਰਸ਼ਪਾਲ ਹੁਣਾਂ ਨੂੰ ਲੈ ਕੇ ਗਿਆ, ਨੰਦੀ ਸਰਪੰਚ ਹੁਣਾਂ ਨੂੰ ਲੈ ਕੇ ਗਿਆ, ਅਜਮੇਰ ਪਠਾਣੀਆਂ ਹੁਣਾਂ ਨੂੰ ਲੈ ਕੇ ਗਿਆ, ਜਤਿੰਦਰ ਭੋਲੂ ਨੂੰ ਨਾਲ ਲੈ ਕੇ ਗਿਆ, ਹੋਰ ਵੀ ਮੇਰੇ ਨਾਲ 12 ਬੰਦੇ ਸੀਗੇ। ਉਹ ਜੀ ਮੇਰੇ ਨਾਲ ਜਾਂਦੇ ਹੀ ਭੜਕ ਗਏ।
ਮੈਨੂੰ ਕਹਿੰਦੇ ਤੈਨੂੰ ਅਸੀਂ ਇਕੱਲੇ ਨੂੰ ਬੁਲਾਇਆ ਸੀਗਾ, ਤੂੰ ਨਾਲ ਆਪਣੇ 12 ਬੰਦੇ ਲੈ ਆਇਆ। ਮੈਂ ਕਿਹਾ ਜੀ 12 ਬੰਦੇ ਮੇਰੇ ਨਾਲ ਆਏ ਹੈ ਕਿ ਮੈਂ ਇਕੱਲੇ ਨੇ ਕਿਤੇ ਨਹੀਂ ਆਉਣਾ। ਅਤੇ ਉਸ ਵੇਲੇ ਕਹਿੰਦੇ ਕਿ ਨਹੀਂ ਅਸੀਂ ਤਾਂ ਤੇਰੇ ਨਾਲ ਇਕੱਲੇ ਨਾਲ ਗੱਲ ਕਰਨੀ। ਮੈਂ ਕਹਿੰਦਾ ਜੀ ਮੈਂ ਇਕੱਲੇ ਨਾਲ ਬੈਠ ਕੇ ਗੱਲ ਹੀ ਨਹੀਂ ਕਰਨੀ ਹੈਗੀ। ਮੈਨੂੰ ਕਹਿੰਦੇ ਤੁਹਾਡੀ ਅਸੀਂ ਨਾ ਜਿਹੜੇ ਫੈਕਟਰੀ ਦੇ ਮਾਲਕ ਹੈਗੇ ਆ ਉਹਨਾਂ ਨੇ ਕੁਛ ਨਾਂ ਦੱਸਿਆ, ਗੋਇੰਕਾ ਕਰਕੇ ਕੁਛ, ਉਹਨਾਂ ਦੇ ਨਾਲ ਇੱਕ ਲੰਚ ਰਖਵਾ ਦਿੰਦੇ ਜਲੰਧਰ। ਮੈਂ ਕਿਹਾ ਜੀ ਬਿਲਕੁਲ ਨਹੀਂ, ਜੋ ਗੱਲ ਕਰਨੀ ਤੁਸੀਂ ਇੱਥੇ ਕਰੋ। ਕਹਿੰਦੇ ਠੀਕ ਹੈ ਤੁਸੀਂ ਆਪਣੇ ਨਾਲ ਇੱਕ ਇੱਕ ਬੰਦਾ ਅੰਦਰ ਲੈ ਆਓ। ਮੈਂ ਨੰਦੀ ਉਹਨਾਂ ਨੂੰ ਅੰਦਰ ਲੈ ਕੇ ਗਿਆ, ਉਹਨਾਂ ਦੇ ਸਾਹਮਣੇ ਫਿਰ ਉਹ ਮੈਨੂੰ ਕਹਿਣ ਲੱਗ ਪਏ ਤੁਸੀਂ ਜੋ ਵੀ ਸੰਘਰਸ਼ ਕਰਨਾ ਕਰੋ, ਤੁਸੀਂ ਇੱਦਾਂ ਕਰੋ, ਤੁਸੀਂ ਸ਼ਾਂਤੀ ਨਾਲ ਚੱਲਣਾ, ਤੁਸੀਂ ਕੋਈ ਉੱਥੇ ਕਿਸੇ ਤਰ੍ਹਾਂ ਦੀ ਵਾਇਲੈਂਸ ਕ੍ਰੀਏਟ ਨਹੀਂ ਕਰਨੀ। ਮੈਂ ਕਿਹਾ ਜੀ ਉਹ ਕੋਈ ਨਹੀਂ ਹੋਏਗਾ, ਜੋ ਸਾਡਾ ਸੰਵਿਧਾਨ ਬਣਿਆ, ਜੋ ਸਾਡੇ ਫੰਡਾਮੈਂਟਲ ਰਾਈਟ ਹੈ ਉਹਦੇ ਅਨੁਸਾਰ ਮੈਂ ਚੱਲਾਂਗਾ, ਇਸ ਤੋਂ ਇਲਾਵਾ ਮੈਂ ਕਿਹਾ ਮੈਂ ਕੁਛ ਨਹੀਂ ਕਰਾਂਗਾ। ਤਾਂ ਜਿਹੜਾ ਉਹਨਾਂ ਨੇ ਮੈਨੂੰ ਲੰਚ ਆਫਰ ਕੀਤਾ ਕਿਉਂ ਕੀਤਾ? ਸਰ ਰਾਣਾ ਜੀ ਫਿਰ ਇੱਕ ਸਵਾਲ, ਹਾਂਜੀ ਸਾਡੇ ਕੋਲ ਇੱਕ ਸਿੰਘ ਸਾਹਿਬ ਹੈਗੇ ਆ, ਉਹ ਪੁੱਛ ਰਿਹਾ ਕਿ ਤੁਹਾਡੇ ਨਾਲ ਉਸ ਸੰਘਰਸ਼ ਦੇ ਦੌਰਾਨ ਜਿੰਨੀਆਂ ਵੀ ਬੰਦੇ ਤੁਰੇ ਉਹ ਸਿਰਫ ਕਿਸੇ ਦੀ ਕੋਈ ਛੋਟੀ ਮੋਟੀ ਐਨ ਜੀ ਓ ਵਗੈਰਾ ਜਾਂ ਕੋਈ ਸੰਸਥਾ ਵਗੈਰਾ, ਉਹੋ ਹੀ ਬੰਦੇ ਤੁਰੇ, ਆਮ ਬੰਦੇ ਤੁਹਾਡੇ ਨਾਲ ਕੋਈ ਤੁਰਿਆ ਨਹੀਂ? ਇਹਦੇ ਬਾਰੇ ਆਮ ਲੋਕ ਜਿਹੜਾ ਹੈਗਾ ਵਾ ਕਿਉਂ ਨਹੀਂ ਤੁਹਾਡਾ ਸਾਥ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆਮ ਲੋਕ ਹੀ ਚੱਲੇ, ਅੱਜ ਵੀ ਮੇਰੇ ਨਾਲ ਆਮ ਲੋਕ ਹੀ ਚੱਲ ਰਹੇ ਨੇ, ਜਿਹੜੇ ਉੱਥੇ ਦੇ ਪੁਰਾਣੇ ਸਰਪੰਚ ਸੀਗੇ ਜਹਾਨ ਖੇਲਾਂ ਦੇ, ਕਿਆ ਉਹ ਆਮ ਬੰਦਾ ਨਹੀਂ ਸੀਗਾ? ਜਿਹੜੇ ਉੱਥੇ ਹੋਰ ਮੇਰੇ ਨਾਲ ਜਿੰਨੀਆਂ ਤੁਸੀਂ ਫੋਟੋਆਂ ਵਿੱਚ ਦੇਖ ਰਹੇ ਹੋ, ਜਿੰਨੇ ਮੇਰੇ ਫੇਸਬੁੱਕ ਪੇਜ 'ਤੇ ਸਾਰੀਆਂ ਫੋਟੋਆਂ ਪਈਆਂ ਅੱਜ ਤੋਂ 12-13 ਮਹੀਨੇ ਪਹਿਲਾਂ। ਜੀ ਮੈਂ ਖੁਦ ਉੱਥੇ ਜਾ ਕੇ ਆਇਆ ਹੈਗਾ, ਇੱਕ ਦੋ ਵਾਰੀ ਗਿਆ ਹੈਗਾ ਤੁਹਾਡੇ ਉੱਥੇ ਜਦੋਂ ਪਿੱਛੇ ਜਿਹੇ ਸੰਘਰਸ਼ ਚੱਲਦਾ ਸੀਗਾ ਉਦੋਂ ਵੀ ਮੈਂ ਜਾ ਕੇ ਆਇਆ ਹੈਗਾ। ਮੈਂ ਖੁਦ ਦੇਖਿਆ ਹੈਗਾ ਵੀ ਜਿੰਨੀ ਤਾਦਾਦ ਦੇ ਵਿੱਚ ਆਸ ਪਾਸ ਦੇ ਜਿਸ ਜਗ੍ਹਾ ਦੇ ਉੱਤੇ ਫੈਕਟਰੀ ਲੱਗੀ ਆ ਉਹਦੇ ਆਸ ਪਾਸ ਬਹੁਤ ਸਾਰੀਆਂ ਪਿੰਡ ਹੈਗੇ ਆ, ਉਹਨਾਂ ਪਿੰਡਾਂ ਦੇ ਲੋਕ ਕਿਉਂ ਨਹੀਂ ਖੁੱਲ੍ਹ ਕੇ ਸਾਹਮਣੇ ਆ ਰਹੇ? ਜਿੰਨੇ ਆਉਣਾ ਚਾਹੀਦਾ ਤਾਦਾਦ ਦੇ ਵਿੱਚ ਕਿਉਂ ਨਹੀਂ ਆ? ਕਿਉਂਕਿ ਸਭ ਤੋਂ ਪਹਿਲਾਂ ਅਗਰ ਮਾਰ ਵੱਜਣੀ ਆ, ਪਾਣੀ ਦੀ ਮਾਰ ਵੱਜੇਗੀ, ਪਾਣੀ ਦਾ ਸੋਕਾ ਲੱਗੇਗਾ, ਤੇ ਆਸ ਪਾਸ ਦੇ ਖੇਤਾਂ ਵਾਲਿਆਂ ਨੂੰ ਹੈਗਾ। ਉਹ ਕਿਉਂ ਨਹੀਂ ਜਿਹੜੇ ਹੈਗੇ ਖੁੱਲ੍ਹ ਕੇ ਮਗਰ ਆਉਂਦੇ ਤੁਹਾਡੇ ਚੱਲਦੇ ਹੈਗੇ? ਜੇ ਉਹ ਆਉਣਗੇ ਤੇ ਉਹਨਾਂ ਨੂੰ ਦੇਖ ਕੇ ਹੋਰ ਸਾਰੀ ਜਨਤਾ ਵੀ ਆਏਗੀ। ਇਹ ਤੁਹਾਨੂੰ ਮੈਂ ਦੱਸ ਦਿੰਦਾ ਜੀ ਕਿ ਇਹਦਾ ਕਾਰਨ ਜਿਹੜਾ ਮੇਨ ਹੈਗਾ ਉਹ ਹੈਗਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਲੋਕਾਂ ਨੂੰ ਪਰਸਨਲ ਟੈਲੀਫੋਨ ਕਰਕੇ ਬੋਲ ਰਿਹਾ ਹੈਗਾ ਕਿ ਅਗਰ ਤੁਸੀਂ ਉਹਦੇ ਨਾਲ ਉੱਥੇ ਸੰਘਰਸ਼ ਵਿੱਚ ਸ਼ਾਮਲ ਹੋਏ ਤਾਂ ਤੁਹਾਨੂੰ ਗਰੰਟਾਂ ਨਹੀਂ ਦਿੱਤੀਆਂ ਜਾਣਗੀਆਂ। ਜਹਾਨ ਖੇਲਾਂ ਦਾ ਸਰਪੰਚ ਕਮਲ ਖੁਦ ਬਸੀ ਮੁਸਤਫਾ ਜਾ ਕੇ ਆਪਣਾ ਪਿੰਡ ਛੱਡ ਕੇ ਦੂਸਰੇ ਪਿੰਡ ਜਾ ਕੇ ਲੋਕਾਂ ਨੂੰ ਬੋਲ ਕੇ ਆਉਂਦਾ ਹੈ ਉਹ ਮੇਰੇ ਸੰਘਰਸ਼ ਵਿੱਚ ਲੋਕ ਆ ਰਹੇ ਸੀਗੇ, ਉਹਨਾਂ ਨੂੰ ਹੱਥ ਫੜ ਫੜ ਕੇ ਰੋਕਿਆ ਕਿ ਤੁਸੀਂ ਇਹਦੇ ਸੰਘਰਸ਼ ਵਿੱਚ ਨਾ ਜਾਓ, ਜੇ ਤੁਸੀਂ ਜਾਓਗੇ ਤਾਂ ਅਸੀਂ ਜਿਹੜਾ ਹੈਗਾ ਇਹ ਤੁਹਾਨੂੰ ਗਰੰਟਾਂ ਨਹੀਂ ਮਿਲਣੀਆਂ। ਇਹ ਜੱਗ ਜ਼ਾਹਿਰ ਹੈ, ਤੁਸੀਂ ਉੱਥੇ ਪ੍ਰਾਈਵੇਟ ਕਿਸੇ ਇਨਵੈਸਟੀਗੇਟਰ ਕੋਲੋਂ ਇਨਵੈਸਟੀਗੇਸ਼ਨ ਕਰਵਾ ਲਓ। ਅਗਰ ਮੈਂ ਝੂਠ ਹੋਵਾਂਗਾ ਤੁਸੀਂ ਮੈਨੂੰ ਜੋ ਸਜ਼ਾ ਦਿਓਗੇ ਮੈਂ ਉਹ ਸਜ਼ਾ ਭੁਗਤਣ ਨੂੰ ਤਿਆਰ ਹੈ, ਇੱਕ ਗੱਲ। ਦੂਈ ਗੱਲ, ਮੈਂ ਕੋਕਾ ਕੋਲਾ ਖਿਲਾਫ ਜਿਹੜਾ ਅੰਦੋਲਨ ਚਲਾ ਰਿਹਾ ਇਹਦੇ ਵਿੱਚ ਮੈਂ ਸਾਫ਼ ਕਿਹਾ ਕਿ ਉਸ ਇਲਾਕੇ ਦੇ ਲੋਕ ਅੱਗੇ ਹੋਣ, ਮੈਨੂੰ ਅੱਗੇ ਹੋਣ ਦੀ ਕੋਈ ਜ਼ਰੂਰਤ ਨਹੀਂ। ਮੈਂ ਤੁਹਾਨੂੰ ਸਾਰੀਆਂ ਜਾਣਕਾਰੀਆਂ ਦੇ ਦਿੱਤੀਆਂ, ਕੇਰਲਾ ਦੇ ਪਲਾਚੀਮਾੜਾ 'ਚ ਫੈਕਟਰੀ ਬੰਦ ਕਰਵਾਈ, ਲੋਕਾਂ ਦੇ ਸੰਘਰਸ਼ ਨੇ 3 ਸਾਲ ਸੰਘਰਸ਼ ਚੱਲਿਆ ਉੱਥੇ, ਮੇਘਾਲਿਆ 'ਚ ਫੈਕਟਰੀ ਬੰਦ ਕਰਵਾਈ, ਜੈਪੁਰ 'ਚ ਬੰਦ ਕਰਵਾਈ, ਹੁਣ ਇਹ ਨਾਮ ਬਦਲ ਕੇ ਇੱਥੇ ਫੈਕਟਰੀਆਂ ਲਗਾਉਂਦੇ ਪਏ ਹੈ। ਇਲਾਕੇ ਦੇ ਲੋਕ ਜਾਗ ਜਾਣ, ਲੀਡਰਾਂ ਨੂੰ ਤੁਸੀਂ ਵੋਟਾਂ ਦਿਓ। ਮੈਂ ਕਦੀ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਬੀਜੇਪੀ ਨੂੰ ਨਾ ਵੋਟ ਪਾਓ, ਤੁਸੀਂ ਕਾਂਗਰਸ ਨੂੰ ਨਾ ਵੋਟ ਪਾਓ, ਵੋਟ ਜਿਹਨੂੰ ਮਰਜ਼ੀ ਪਾਓ। ਤੁਹਾਨੂੰ ਕੱਲ੍ਹ ਅਰੋੜਾ ਸਾਹਿਬ ਨੇ ਪਾਣੀ ਪਲਾਂਟ ਨਹੀਂ ਆਉਣਾ, ਤੁਹਾਨੂੰ ਕੱਲ੍ਹ ਕਮਲ ਸਰਪੰਚ ਨੇ ਪਾਣੀ ਪਲਾਂਟ ਨਹੀਂ ਆਉਣਾ ਹੈਗਾ। ਲੋਕਾਂ ਨੂੰ ਜਾਗਣਾ ਚਾਹੀਦਾ, ਔਰ ਲੋਕਾਂ ਨੂੰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ। ਪਰਸੋਂ ਸਾਡੇ ਉੱਥੇ ਬੰਦਿਆਂ ਨੂੰ ਮੈਨੂੰ ਰਾਤੀ ਟੈਲੀਫੋਨ ਆਇਆ, ਧਮਕੀ ਦਿੱਤੀ ਜੀ ਕਿ ਅਗਰ ਤੁਸੀਂ ਉਸ ਸੰਘਰਸ਼ ਵਿੱਚ ਜਾਓਗੇ ਤੁਹਾਡੇ 'ਤੇ ਪੁਲਿਸ ਝੂਠੇ ਪਰਚੇ ਕਰ ਦੂਗੀ। ਨੌਜਵਾਨ ਮੁੰਡੇ ਆ ਜੀ, ਉਹ ਵਿਚਾਰੇ ਤੜਫਦੇ ਪਏ ਆ ਮੇਰੇ ਨਾਲ ਆਉਣ ਨੂੰ, ਪਰ ਉਹ ਪੁਲਿਸ ਦੇ ਕਹਿਰ ਤੋਂ ਡਰਦੇ ਪਏ ਆ। ਉਹ ਕਹਿੰਦੇ ਅਸੀਂ ਕਿਤੇ ਬਾਹਰ ਜਾਣਾ, ਰੁਜ਼ਗਾਰ ਇੱਥੇ ਹੈ ਨਹੀਂ ਹੈਗਾ, ਅਸੀਂ ਬਾਹਰ ਜਾਣਾ ਹੈਗਾ, ਅਸੀਂ ਪਾਸਪੋਰਟ ਲਾਏ ਆ, ਸਾਡੇ 'ਤੇ ਅਗਰ ਝੂਠੇ ਪਰਚੇ ਲਾ ਤੇ ਤਾਂ ਅਸੀਂ ਕਿਵੇਂ ਬਾਹਰ ਜਾਵਾਂਗੇ? ਲੋਕਾਂ ਨੂੰ ਉੱਥੇ ਡਰਾਇਆ ਧਮਕਾਇਆ ਜਾ ਰਿਹਾ। ਦੂਜੀ ਗੱਲ ਸ਼ਰਮਾ ਜੀ, ਮੈਂ ਤੁਹਾਨੂੰ ਪਹਿਲਾਂ ਬੋਲਣਾ ਭੁੱਲ ਗਿਆ ਸੀਗਾ ਕਿ ਅੱਜ ਤੋਂ 6 ਮਹੀਨੇ ਪਹਿਲਾਂ ਮੇਰੀ ਗੱਡੀ ਦੇ ਵਿੱਚ 2 ਵਾਰੀ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਉਸੇ ਵੇਲੇ ਗੱਡੀ ਦਾ ਨੰਬਰ ਨੋਟ ਕੀਤਾ, ਮੈਂ SSP ਸਾਹਿਬ ਨੂੰ ਵਟਸਐਪ ਕੀਤਾ, ਮੈਂ SSP ਸਾਹਿਬ ਨੂੰ ਈਮੇਲ ਕੀਤਾ, ਉਹ ਜੀ ਇਨਕੁਆਇਰੀ ਉੱਥੇ ਦਾ ਜਿਹੜਾ NRI ਦੇ ਲਾਗੇ ਥਾਣਾ ਉੱਥੇ ਆਈ, ਉੱਥੋਂ ਮੈਨੂੰ ASI ਦਾ ਫੋਨ ਆਇਆ, ਉਹਨੇ ਮੇਰੇ ਕੋਲੋਂ ਡਿਟੇਲ ਲਈ, ਪਰ ਅੱਜ ਤੱਕ ਉਸ ਗੱਡੀ ਨੂੰ ਟਰੇਸ ਨਹੀਂ ਕੀਤਾ ਗਿਆ। ਉਹ ਗੱਡੀ ਅੱਜ ਵੀ ਕੋਕਾ ਕੋਲਾ ਦੇ ਵਿੱਚ ਜਾਂਦੀ ਆਉਂਦੀ ਹੈ, ਉਹਨਾਂ ਨੇ ਉੱਪਰੋਂ ਨੰਬਰ ਪਲੇਟ ਲਾ ਲਈ ਹੈਗੀ। ਮਤਲਬ ਹਾਂਜੀ ਜੀ, ਤੁਹਾਡਾ ਕਹਿਣਾ ਇਹ ਹੈਗਾ ਕਿ ਇਹ ਜਿਹੜਾ ਮਿਸ਼ਨ ਹੈਗਾ ਕੋਕਾ ਕੋਲਾ ਫੈਕਟਰੀ ਦੇ ਖਿਲਾਫ ਜਿਹੜਾ ਤੁਸੀਂ ਚਲਾ ਰਹੇ ਹੋ, ਇਸ ਨੂੰ ਫੇਲ ਕਰਨ ਦੇ ਵਾਸਤੇ ਉਦਯੋਗ ਮੰਤਰੀ ਜਿਹੜੇ ਕਿ ਹੁਸ਼ਿਆਰਪੁਰ ਦੇ MLA ਹੈਗੇ ਸੁੰਦਰ ਸ਼ਾਮ ਅਰੋੜੇ ਦਾ ਪੂਰਾ ਪੂਰਾ ਹੱਥ ਹੈਗਾ, ਪੂਰਾ ਹੱਥ ਹੈਗਾ ਜੀ, ਪੂਰੇ ਤਰੀਕੇ ਨਾਲ ਹੱਥ ਹੈ। ਕਾਰਨ ਕੀ ਆ, ਉਹਨੂੰ ਪਰਸਨਲੀ ਕੀ ਬੈਨੀਫਿਟ ਹੈਗਾ ਇਸ ਚੀਜ਼ ਦਾ? ਇਹਦਾ ਜੀ ਇਨਕੁਆਇਰੀ ਹੋਣੀ ਚਾਹੀਦੀ ਹੈ,
SIT बननी चाहिए है, SIT इनकुआरी कर ले। लोगों का यह कहना कि जिस दिन मैं जहान खेलां दे सरपंच धर्मवीर दे घर पहली मीटिंग की सी उस दिन ही फैक्टरी वाले ये घर पहुँच गए थे और उत्थे उन्हां दी कोई डील होई है, वो डील की हैगी उहदी मैनूं पूरी जानकारी नहीं, पर उत्थे उस इलाके च चर्चा है कि मंत्री साहब का उत्थे हिस्सा रख दिता गया। मैं पूरी तरह नहीं कहता पर लोगों का यह कहना है क्योंकि वो इन्ना इंटरेस्ट क्यों ले रहे हैं, तुहाडी गल बिल्कुल सही है। सवाल हैगा जी साडे कोल रजिंदर सिंह जी हैगे, ये पूछ रहे हैं कि प्लीज आस्क हिम कि तुहाडे कोल कोई रिटन प्रूफ हैगा सुंदर श्याम अरोड़ा के खिलाफ कि वो रोक टोक करते पे तो। बिल्कुल नहीं, वो तो अपने सरपंचों नूं फोन करते पे है, सानू लोकी आके दसदे ही है रिटन प्रूफ। रिटन विच वो क्यों देगा, कोई क्रिमिनल रिटन विच लिखदा अगर मैं कोई अगर इसलिए गलत काम कर रहा तो मैं किसी नूं रिटन दूंगा, क्यों फोन करते है। जिहड़ी साडी 1 अप्रैल नूं गिरफ्तारी हुई है वह भी इन्हां दे अंडर प्रैशर हुई है, साडे उत्ते जिहड़ियां इत्थों कुछ संस्थावां तो इन्होंने एप्लीकेशन लवाइया है उन्होंने रिकॉर्ड की है। राणा जी अगर जिहड़ा है तुहानू तुहाडे कोल इनफॉर्मेशन हैगी है कि सुंदर श्याम अरोड़ा लोगों नू फोन करता हैगा कि तुसी उस संघर्ष शामिल नहीं होना हैगा, अगर कोई किसी दे कोल इदां दी रिकॉर्डिंग होवे ते तुसी ओ सानू रिकॉर्डिंग उपलब्ध करवावो, असीं सारी जनता दे सामने आपां इन्नी गल कहने आ लाइव हो के कहने हैगे आ, अगर तुसी सानू इह सारी उपलब्ध करवावो ते सुंदर श्याम अरोड़ा जिहड़े कि पंजाब दे उद्योग मंत्री हैगे ने, हुशियारपुर दे MLA हैगे ने, सीधा जाके उन्हां नूं सवाल करांगे, उन्हां नूं पुछांगे कि की कारण हैगा तुहाडा परसनली जिहड़ा हैगा इस दे विच की मफाज है। हुण रही गल जिहड़ी आ इहदे विच इक होर सवाल आंदा हैगा कि आपां इक पासे फैक्ट्रियां नूं बंद करवा रहे हैगे, तुहाडा सीधा सीधा ही अज भी मैं पढ़िया सीगा कि तुसीं चाहुंदे हो कि कोका कोला फैक्टरी हुशियारपुर दे विचों बंद हो जाणी चाहीदी हैगी है, दूजे पासे असीं रुला पाने हैगे हाए नशा पंजाब च नशा 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 मार गया, बेरोजगारी जिहड़ी हैगी आ वध हैगी आ, जे हुण रोजगार मिलदा है इस इलाके दे मेरा ख्याल आ कि इस फैक्ट्री ने कोई रोजगार भी दिता होएगा हुशियारपुर दे लोगों नूं आस पास दे लोगों नूं, सेंचुरी पलाई ने भी रोजगार दिता होएगा ते ओह रोजगार बच्चों का खत्म नहीं हो जाएगा, ओहदे बारे की सोचिया हैगा। मैं दसदा जी असी यह कहने कि जिहड़ी इंडस्ट्री 30% तो वध पानी पर डिपेंड होवे ओ पंजाब दे विच ना लगे क्योंकि पंजाब दी सरकारां बोलदियां सूबे दे मुख्यमंत्री बोलदे पे है कि अगले 15 सालां च पंजाब जिहड़ा हैगा डिजर्ट हो जाना, यह 19 फरवरी की कैप्टन साहब की रिपोर्ट लगी है। असी सोनालिका का नहीं विरोध करते पे, असी इधर रिलायंस की फैक्टरी लगी उहदा विरोध नहीं करते, महावीर का नहीं विरोध करते पे, यह फैक्टरी टोटल पानी पर डिपेंड हैगी है, 100% तो ज़्यादा पानी पर डिपेंड है। सरकार कितना कहती कि पानी जिहड़ा हैगा वरतों, तुसीं सारा यह डाटा देखा होगा। सरकार दे कोल जिहड़े डाटा है सरकार दे कोल इक्को डाटा है जी कि पंजाब दा पानी खत्म हो रहा, डाटा कुछ नहीं। नहीं 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 एदा किदा जदों कोई इन्हां नूं NOC मिलदी होएगी पानी तुसीं केड़ा यूज करना हाँ। तदों करना हैगा, ओह तुहानूं मैं दस देणा परसेंट इन्हां ने करना हैगा। इन्हां दा इस तरह सीगा जी कि इन्हां ने पानी किन्ना यूज करना ओहदी मेरे कोल जानकारी नहीं हैगी, नंबर एक। बाकी स्टेटां च इहदे कारण फैक्टरी बंद होई है पानी दे कारण, इन्हें पद्धर डाउन कीता ओहदी मेरे कोल जानकारी है, नंबर एक। दूसरा, सरकार इह कहिंदी है कि जिन्ना तुसीं पानी कढ़दे हो उहदा 2 गुणा पानी अंदर पाओ, ठीक है जी। इन्हां ने वाटर हारवेस्टिंग बनाने है, इन्हां ने वाटर हारवेस्टिंग बनाए आ, मैं देख के आया हुण शायद इहनूं रिपेयर कर देण। वो वाटर हारवेस्टिंग जिहड़े इन्हां ने बनाए पिंडां च, वो मौत दा घर बनाते है, मौत दा घर क्या मैं बनाते, इन्हां ने कीता टोबियां दे विच वाटर हारवेस्टिंग पौंड बनाते। तुसीं इहदे संबंध विच जो तुसीं देख के आए जिहड़ियां तुहानूं उत्थे त्रुटियां लगियां जिहड़े गलत काम होए हैगे इहदे संबंध विच जिहड़ा डिपार्टमेंट हैगा पोल्यूशन डिपार्टमेंट जिन्हां ने इन्हां नूं NOC दित्ती आ उहनां दे नाल कोई संपर्क कीता, कोई अंदर बैठ के जिहड़ी हैगी तुहाडी बैठक होई आ, तुहाडे 4 बंदे फैक्ट्री ने कोई कोशिश की कि अंदर जाओ जी, अंदर जा के जिहड़ी जिहड़ी तुहानूं प्रॉब्लम हैगी आ जिहड़े जिहड़े तुहाडे सवाल है तुसीं चक रहे हैगे आओ आ के देखो एक वारी कोई होया इदां दी कोई गल। शर्मा जी मैं तुहानूं बड़े दुख नाल दसना चाहना कि मेरे कोल जिन्ना क समय हुंदा मैं उन्ना क समय दे रही हाँ, अगर मेरे नाल जनता जुड़ेगी वो अंदर जाण, सानूं तां अंदर नहीं जाण दित्ता जिहड़े इन्हां ने, मैं तुहानूं कहना कि जिहड़े वाटर हारवेस्टिंग बनाए बाहर पिंडां दे टोभे लैके बनाए है उन्हां टोभियां च गंदा पानी आ रहा पिंडां दा नालियां दा, वो पानी ओवरफ्लो हो के अज नहीं तां कल, क्योंकि बरखा तां इन्नी पै नहीं रही कि टोभे भर जाण, पर कल अगर बरखा ज़्यादा पै जांदी है तां वो पानी सारा ओवरफ्लो हो के अंदर जाना तो हैजे की बीमारी फैलनी है। एक गल हाँ जी, सवाल है जी, लोग पूछ रहे हैं कि तुहाडे अपना तो कोई बिजनेस है नहीं, तुसीं अपना तुहाडा कोई बिजनेस है नहीं का जिहड़ियां फैक्ट्रीज लगिया हुई हैं उन्हां नूं तुसीं बंद कराते तुरे हुए हैं, लोगों के रोजगार से तुसीं लत मारते पे हैं, और बारे सर तुसीं की कहो। ये है कि सिंह साहब ही है जी, सिंह साहब है जी जिन्हों का यह सवाल है। देखो सिंह साहब मैं तुहानूं दस देवां कि ईश्वर की दया है, मेरा बिजनेस है बहुत बढ़िया बिजनेस है,
मैं एडिबल ऑयल रिफाइनिंग प्रोजेक्ट सप्लाई करदा, एडिबल ऑयल रिफाइनिंग जिहड़ा असीं कहिंदे ना बाबा रामदेव दी इंटरव्यू आंदी है एड, फिजिकल रिफाइनिंग वो मैं प्लांट सप्लाई करदा। साडे प्लांट दे विच वाटर ट्रीटमेंट प्लांट लगाए जाते हैं, इस करके मैं ये पता है कि इन्होंने फैक्ट्रिया ने की करना। तहत कि अपना प्लांट तो नहीं लगवाना चाहते हो, संघर्ष कर रहे हो। भी सुन लो, वाटर ट्रीटमेंट प्लांट मैं नहीं दिना, वाटर ट्रीटमेंट प्लांट नहीं मैं सप्लाई करता, मैं सप्लाई करता तेल की जी मशीनरी है बिल्कुल। मैं बार बार ये कह रही हूं कि तुसी मेरे तो जानकारी लो, मैं उस इलाके के लोगों नूं परसों बोल के आया, सारी रिकॉर्डिंगां होणियां उत्थे, मुंडिया ने टेलीफोन रिकॉर्ड किए परसों दे ऐतवार दे, कि मैं उन्होंने सीधा सीधा कहा कि तुसी अपने इलाके की कमेटी बना लो, तुहाडे पिंड दे अध्यक्ष, तुहाडे पिंड दी सारी फाइट, अगर कोई अन्याय उत्थे हुंदा, पुलिस अन्याय करदी, पहला गोली मैं खाण अगे होवांगा, पर मैनूं अध्यक्ष ना बनाओ, जो फैक्टरी नाल गल करनी उह तुसी करो, मैं नहीं करनी। साडी कोई मंग नहीं है, साडी इक्को मंग है फैक्टरी नूं ताला लगा दिओ, दैट्स ऑल। राणा जी तुसी कह रहे हो है कि सुंदर शाम अरोड़ा जां इक को कमल दा तुसी किसी दा नां लिया गया सरपंच दा, भी वो लोग जिहड़े आ गए इलाके दे लोगां नूं गुमराह करदे ने, उहनां नूं कहिंदे तुसी संघर्ष दे विच शामिल नहीं होणा जी। अगर इन्हां लोगां नूं कोई तकलीफ हैगी आ, सीधे शब्दां च पंजाबी दे, अगर सुंदर शाम अरोड़ा जां कमल नूं कोई तकलीफ हैगी आ, ते इहदे संबंध दे विच, उस तकलीफ दे संबंध दे विच कदी उहनां ने परसनली राणे नूं आ के पुछिआ, राणे नाल गलबात कीती कि आ भाई मिल के बैठ, सानू जिहड़ी आ कि तैनूं समस्या की हैगी आ, की तेरा तू तुसी चाहने की हैगे, कदी कोई होई गल? हांजी, मैं जी परसों रात दी तीन चार दिन पहले रात दी गल है, मेरा फेसबुक दे उपर वीडियो पिया हैगा, मैनूं कमल जिहड़ा सरपंच हैगा जहान खेलां दा, उन्हें कबाड़ का ठेका लिया होया फैक्टरी कितों, कोकाकोला फैक्ट्री कबाड़ चक्कण का, वो कबाड़ चक्कण के बीच फैक्टरी का जिहड़ा स्लज हैगा, कैमिकल हैगा, उन्होंने भी चक्की चलता पिया जहान खेलों च लिया के उन्हें खिलार दिता। मैं वह ऑब्जैक्शन जिसलिए किया दिने, उन्हें रात के 11 बजे उत्थे JCB मशीन लगाइया, रात के 11 बजे JCB मशीन लगाइया, मैनू किसी ने उतों टैलीफोन किया, मैं रात के 12 बजे उत्थे पहुंचया, और शर्मा जी मैं तुहानू भी फोन किया सगा कि यह काम उत्थे हो रहा हैगा, तदी मैं तुहानू लाइव बुलाया जी, तुसी मैनू कहा कि राणा जी ये रात का वक्त हैगा संभल के, है ना, तुसी मैनू ये भी कहा, और तुसी मैनू ये भी कहा कि अगर वो कचरा चक रहा तो की प्रॉब्लम हैगी है, पर मैं उत्थे रात नू पहुंच गया, मैं मेरे पहुंचण तो पहले उन्हें कोई खबर पहुंची, क्योंकि 5-6 जगह टैलीफोन किया, उत्थे JCB मशीन, ट्रैक्टर ट्राली, तो कमल सरपंच फैक्टरी के अंदर बढ़ गए, साडे मुंडिया ने वो भी उन्होंने वीडियो बनाए अंदर जादियां दे, फैक्टरी के मोहरे जाके गड्डी खड़ी हो गई, इन्होंने उत्थे रात नू पानी खिलारिया, और जिहड़ा उत्थे कैमिकल सिटिया सीगा जां जिहड़ा उत्थे जलाया सीगा कैमिकल, उहदे उपर इन्होंने मिट्टी सिटी, मिट्टी भी सिटी रात नू, ते सारा कुछ किया। मैं उत्थों सारा लाइव होया सवेरे छे बजे कमल सरपंच ने लाइव होकर मैनू गाला कटियां ओन रिकॉर्ड हैगा फेसबुक के उपर, पर मैं उन्होंने कोई जवाब नहीं दिता, उन्हें मेरे नाल कदी ये गल नहीं की कि दसो पानी की प्रॉब्लम होगी, वह तो यह कहता पिया लोगों नू कि फैक्ट्री ने समुंदर लेवल तो पानी चकिया, समुंदर लेवल तो पानी चकिया, इस करके इतने के पानी नू कोई फर्क नहीं पैना। एक सवाल है रमित दियोल जी है, ये पूछ रहे कि यह जो मैटर है फैक्ट्री तो लगती भी महलांवाली दे विच, फैक्ट्री जी है महलांवाली दे विच लगती पी आ, ਤੁਸੀਂ ਜਾਣ ਖਿਲਾ ਦਾ ਨਾਮ ਕਿਉਂ ਬਾਰ ਬਾਰ ਲੈ ਰਹੇ ਵਿੱਚ? ਮੈਂ ਇਸ ਕਰਕੇ ਲੈਣਾ ਕਿ ਅਗਰ ਭੂਗੋਲਿਕ ਦ੍ਰਿਸ਼ਟੀ ਨਾਲ ਦੇਖਿਆ ਜਾਵੇ, ਜੀਓਗ੍ਰਾਫੀਕਲ ਦੇਖਿਆ ਜਾਵੇ, ਤਾਂ ਇਸ ਫੈਕਟਰੀ ਦਾ ਜਿਹੜਾ ਅਸਰ ਹੈਗਾ ਉਹ ਸਭ ਤੋਂ ਪਹਿਲਾਂ ਪਟਿਆੜੀਆਂ ਪਿੰਡ ਨੂੰ, ਬਸੀ ਮੁਸਤਫਾ ਅਤੇ ਜਹਾਨ ਖੇਲਾਂ ਨੂੰ ਹੋਣਾ। ਨੰਬਰ 1, ਜਹਾਨ ਖੇਲਾਂ ਦੀ ਕੁਛ ਜਨਤਾ ਸਾਡੇ ਨਾਲ ਆਉਣਾ ਚਾਹੁੰਦੀ ਪਈ ਹੈ, ਪਰ ਉਹਨਾਂ ਨੂੰ ਧਮਕੀਆਂ ਦੇ ਕੇ ਰੋਕਿਆ ਜਾ ਰਿਹਾ ਸੀਗਾ। ਹੁਣ ਮੁੰਡਿਆਂ ਨੇ ਇਹ ਪ੍ਰਣ ਕੀਤਾ ਹੈਗਾ, ਉਹ ਨਿਕਲਣਾ ਸ਼ੁਰੂ ਹੋਏ ਆ, ਉਹ ਨਿਕਲਣਗੇ ਅੱਗੇ, ਔਰ ਹੋਰ ਵੀ ਪਿੰਡਾਂ ਦੇ ਲੋਕਾਂ ਨੇ ਕਾਫੀ, ਮੇਰਾ ਜਿਹੜਾ ਤੁਸੀਂ ਫੇਸਬੁੱਕ ਪੇਜ ਦੇਖੋ ਉੱਤੇ ਫੋਟੋਆਂ ਦੇਖ ਲਓ, ਕਿੰਨੇ ਕੁ ਜਨਤਾ ਮੇਰੇ ਨਾਲ ਖੜੀ ਹੋਈ ਹੈ। ਹੁਣ ਲੋਕਾਂ ਨੇ ਨਿਕਲਣਾ ਸ਼ੁਰੂ ਕਰ ਦਿੱਤਾ ਹੈਗਾ, ਕਿਉਂਕਿ ਲੋਕਾਂ ਨੂੰ ਅਸਲੀਅਤ ਪਤਾ ਲੱਗ ਗਈ ਹੈ ਕਿ ਰਾਣੇ ਨੂੰ ਪਹਿਲਾਂ ਕਿਹਾ ਗਿਆ ਇਹ ਪੈਸੇ ਲੈਣ ਬੈਠਾ, ਫਿਰ ਕਿ ਜਿਸਲੇ ਬਾਕੀ ਦੇ ਲੋਕ, ਮੈਂ ਨਹੀਂ ਕਹਿੰਦਾ ਵਿਕੇ, ਜਿਸਲੇ ਬਾਕੀ ਦੇ ਲੋਕ ਹਟ ਗਏ, ਮੈਂ ਉੱਥੇ ਇਕੱਲਾ ਰਹਿ ਗਿਆ, ਫਿਰ ਕਹਿੰਦੇ ਜ਼ਿਆਦਾ ਪੈਸੇ ਲੈਣ ਬੈਠਾ। ਮੈਂ 4 ਦਿਨ ਜੇਲ੍ਹ ਕੱਟਿਆ ਆ, ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕੀਤੀ, ਮਰਨ ਵਰਤ 'ਤੇ ਬੈਠਾ। ਉਸ ਤੋਂ ਬਾਅਦ ਹੁਣ ਇਹ ਕਹਿਣ ਲੱਗ ਪਏ ਹੈ ਕਿ ਰਾਣੇ ਦਾ ਭਾਅ ਵੱਧ ਗਿਆ। ਮੈਂ ਕਹਿੰਦਾ ਕਿ ਤੁਸੀਂ ਜੋ ਮਰਜ਼ੀ ਮੈਨੂੰ ਕਹੀ ਚਲੋ, ਮੈਂ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ, ਮੈਂ ਜੋ ਸਾਡਾ ਕੰਸਟੀਟਿਊਸ਼ਨ ਹੈ ਉਸ ਦੇ ਅਨੁਸਾਰ
ਔਰ ਮੈਂ ਇੱਕ ਜੋ ਮੈਨੂੰ ਈਸ਼ਵਰ ਨੇ ਸ਼ਕਤੀ ਦਿੱਤੀ ਉਹਦੇ ਅਨੁਸਾਰ ਮੈਂ ਚੱਲੇ ਰਹਿਣਾ। ਤੁਸੀਂ ਮੇਰੇ ਨਾਲ ਜੋ ਅਨਿਆਏ ਕਰਨਾ, ਜੋ ਕਰਨਾ ਸਰਕਾਰ ਨੇ ਉਹ ਕਰੀ ਚੱਲੇ। ਜਿੰਨੀ ਕੁ ਮੇਰੇ ਤੋਂ ਸ਼ਕਤੀ ਹੈਗੀ ਮੈਂ ਜਾਗਰੂਕਤਾ ਫੈਲਾ ਰਿਹਾ। ਜਿਹੜੀ ਸ਼ਰਮਾ ਜੀ ਨੇ ਪਹਿਲਾਂ ਗੱਲ ਕੀਤੀ, ਮੇਰਾ ਸਵਾਲ ਇਹ ਸੀਗਾ ਕਿ ਤੁਸੀਂ ਜਿਹੜਾ ਹੈ ਕਮਲ ਦੀ ਤੁਸੀਂ ਗੱਲ ਸੁਣਾ ਦਿੱਤੀ, ਸੁੰਦਰ ਸ਼ਾਮ ਅਰੋੜਾ ਜਿਹੜੇ ਮੰਤਰੀ ਹੈਗੇ ਆ ਉਹਨਾਂ ਨੇ ਕਦੀ ਪ੍ਰਯਾਸ ਕੀਤਾ ਜਾਂ ਤੁਸੀਂ ਪ੍ਰਯਾਸ ਕੀਤਾ ਕਿ ਮੈਂ ਮਿਲ ਕੇ ਇਸ ਫੈਕਟਰੀ ਦੀਆਂ ਜਿਹੜੀਆਂ ਤਰੁੱਟੀਆਂ ਹੈਗੀਆਂ ਵੀ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ, ਇਹਨਾਂ ਕਮੀਆਂ ਪੇਸ਼ੀਆਂ ਨੂੰ ਜਾ ਕੇ ਤੁਸੀਂ ਸੁੰਦਰ ਸ਼ਾਮ ਅਰੋੜੇ ਨਾਲ ਗੱਲ ਕੀਤੀ? ਨਹੀਂ ਜੀ, ਮੈਂ ਉਹਨਾਂ ਕੋਲ ਨਹੀਂ ਗਿਆ ਕਿਉਂਕਿ ਪਹਿਲਾਂ ਤੁਹਾਡੇ ਨਾਲ ਸੰਪਰਕ ਕੀਤਾ। ਮੈਂ ਤੁਹਾਨੂੰ ਦੱਸ ਦਿੰਦਾ ਨਾ ਕਿਉਂ ਨਹੀਂ ਗਿਆ ਜੀ, ਮੈਂ ਤੁਹਾਨੂੰ ਦੱਸ ਦਿੰਦਾ। ਜਿਸ ਦਿਨ ਪਹਿਲੇ ਦਿਨ ਅੰਦੋਲਨ ਮੈਂ ਰੈਲੀ ਕੱਢੀ ਹੈ, ਡੀਸੀ ਸਾਹਿਬ ਨੂੰ ਘੱਟੋ ਘੱਟ 10 ਵਾਰੀ ਅਸੀਂ ਜਾ ਕੇ ਦੇ ਕੇ ਆਏ ਮੈਮੋਰੈਂਡਮ। ਮੈਂ ਨੱਕ ਰਗੜਦਾ ਗਿਆ, ਮੇਰੇ ਨਾਲ ਬਾਕੀ ਦੇ ਮੁੰਡੇ ਵੀ ਨੱਕ ਰਗੜਦੇ ਗਏ ਜੀ, ਨੱਕ ਰਗੜਦੇ ਪਹੁੰਚੇ ਅਸੀਂ ਉੱਥੇ ਡੀਸੀ ਦਫ਼ਤਰ। ਦੂਸਰੇ ਦਿਨ ਭਾਸਕਰ ਦੇ ਵਿੱਚ ਖਬਰ ਲੱਗੀ, ਦੈਨਿਕ ਭਾਸਕਰ ਦੇ ਵਿੱਚ ਖਬਰ ਲੱਗੀ ਕਿ ਜਿਹੜੇ ਅੰਦੋਲਨਕਾਰੀ ਉੱਥੇ ਬੈਠੇ ਨੇ ਉਹਨਾਂ ਨਾਲ ਸਖਤੀ ਨਾਲ ਨਿਬੜਿਆ ਜਾਊਗਾ। ਕੌਣ ਕਹਿ ਰਿਹਾ? ਇਹ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਇਹਨਾਂ ਦਾ ਬਿਆਨ ਲੱਗਾ। ਦੂਜੇ ਦਿਨ ਮੈਨੂੰ ਹੁਸ਼ਿਆਰਪੁਰ ਦੇ ਇੱਕ ਪੱਤਰਕਾਰ ਦਾ ਸਵੇਰੇ 7 ਵਜੇ ਟੈਲੀਫੋਨ ਆਇਆ, ਉਹ ਕਹਿੰਦਾ ਕਿ ਸੁੰਦਰ ਸ਼ਾਮ ਅਰੋੜਾ ਕਹਿੰਦੇ ਕਿ ਇਹ ਜਿਹੜਾ ਬਿਆਨ ਲੱਗਾ ਮੈਂ ਲਗਾਇਆ ਨਹੀਂ, ਮੈਨੂੰ ਬਿਨਾਂ ਪੁੱਛੇ ਲਾ ਦਿੱਤਾ। ਦੇਖੋ ਭਾਸਕਰ ਅਖਬਾਰ ਕੋਈ ਛੋਟੀ ਨਹੀਂ ਹੈਗੀ ਹੈ, ਔਰ ਇਹਦਾ ਜਿਹੜਾ ਸੁੰਦਰ ਸ਼ਾਮ ਅਰੋੜਾ ਕੈਬਨਿਟ ਮਿਨਿਸਟਰ ਹਨਗੇ ਇਹ ਵੀ ਕੋਈ ਛੋਟਾ ਮੋਟਾ ਪਦ ਨਹੀਂ ਹੈਗਾ। ਅਤੇ ਦੋਨੇ ਜਿਹੜੇ ਹੈਗੇ ਇੱਕ ਦੂਜੇ ਦੇ ਪ੍ਰਤੀ ਜਵਾਬਦੇਹ ਹੈ। ਇਹਨਾਂ ਨੇ ਕਿਹਾ ਕਿ ਜਦ ਇਹਨਾਂ ਨੇ ਪਹਿਲੇ ਦਿਨ ਹੀ ਸਟੇਟਮੈਂਟ ਦਿੱਤੀ ਕਿ ਸਖਤੀ ਨਾਲ ਨਿਬੜਨਾ, ਤਾਂ ਫਿਰ ਅਸੀਂ ਕਿਹਾ ਵੀ ਜੋ ਤੁਸੀਂ ਸਖਤੀ ਨਾਲ ਨਿਬੜ ਲਓ, ਅਸੀਂ ਆਪਣੀ ਇਮਾਨਦਾਰੀ ਨਾਲ ਸੰਘਰਸ਼ ਚਾਲੂ ਕਰ ਦਿੱਤਾ ਹੈ, ਅਸੀਂ ਇਹਨੂੰ ਅੰਜਾਮ ਤੱਕ ਪੁਜਾਉਣਾ ਹੀ ਪੁਜਾਉਣਾ ਹੈ। ਔਰ ਸ਼ਰਮਾ ਜੀ, ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਇੱਥੋਂ ਪੈਦਲ ਮਾਰਚ ਚੰਡੀਗੜ੍ਹ ਕੱਢਣਾ ਚਾਹੁੰਦਾ, ਪਰ ਮੇਰੇ ਨਾਲ ਮੈਨੂੰ ਸਹਿਯੋਗ ਨਹੀਂ ਮਿਲ ਰਿਹਾ। ਮੇਰਾ ਇਹ ਹੈ ਕਿ ਅਸੀਂ ਪੈਦਲ ਚੱਲ ਕੇ ਜਾ ਕੇ ਪਹਿਲੇ ਮੁੱਖ ਮੰਤਰੀ ਸਾਹਿਬ ਨੂੰ ਮੈਮੋਰੈਂਡਮ ਦੇਈਏ। ਦੂਜੀ ਗੱਲ, ਅਗਰ ਮੈਂ ਝੂਠ ਬੋਲ ਰਿਹਾ ਫਿਰ ਤਾਂ ਠੀਕ ਹੈ, ਤੁਹਾਡੇ ਸਾਹਮਣੇ ਪ੍ਰੂਫ ਹੈ। ਜਦ ਮੈਂ ਬਾਰ ਬਾਰ ਕਹਿੰਦਾ ਕਿ ਕਿਸੇ ਕੋਲ 5000 ਰੁਪਈਆ ਹੈ ਨਹੀਂ ਹੈ, ਤੁਸੀਂ ਜਾ ਕੇ ਕੇਰਲਾ ਦੇਖ ਕੇ ਆ ਜਾਓ ਪਲਾਚੀ ਮਾੜਾ, ਮੈਂ ਤੁਹਾਨੂੰ ਖਬਰਾਂ ਦੇਣ ਨੂੰ ਤਿਆਰ ਹੈ ਕਿ ਉੱਥੇ 2004 'ਚ ਲੋਕਾਂ ਨੇ ਕਿਵੇਂ ਫੈਕਟਰੀ ਬੰਦ ਕਰਵਾਈ। ਇਹਨਾਂ ਦੀਆਂ ਹੋਰ ਫੈਕਟਰੀਆਂ ਵੀ ਤਾਂ ਚੱਲ ਰਹੀਆਂ ਨਾ, ਪੰਜਾਬ ਦੇ ਵਿੱਚ ਹੋਰ ਫੈਕਟਰੀਆਂ ਵੀ ਕਈ ਜਗ੍ਹਾ 'ਤੇ ਲੱਗੀਆਂ, ਉਹ ਚੱਲ ਰਹੀਆਂ ਜੀ। ਉੱਥੇ ਦੇ ਲੋਕਾਂ ਨੂੰ, ਉੱਥੇ ਦੇ ਲੋਕਾਂ ਨੂੰ ਕਿਉਂ ਨਹੀਂ ਤਕਲੀਫ ਹੈ? ਮੈਂ ਦੱਸਦਾ ਜੀ, ਉੱਥੇ ਲੋਕ ਜਾਗਰੂਕ ਨਹੀਂ ਸੀਗੇ। ਲੁਧਿਆਣੇ ਇਹਨਾਂ ਨੇ ਪ੍ਰੋਡਕਸ਼ਨ ਘਟਾ ਦਿੱਤੀ। ਹਾਂਜੀ, ਕਿਉਂ ਘਟਾਈ? ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸਾਂ, ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਕਿ ਇਹਨਾਂ ਨੇ ਬਾਹਰ ਜਿਹੜਾ ਬੋਰਡ ਹੈ ਕੋਕਾ ਕੋਲਾ ਇੰਡੀਆ ਪ੍ਰਾਈਵੇਟ ਲਿਮਿਟਡ ਕਿਉਂ ਨਹੀਂ ਲਗਾਇਆ? ਲੁਧਿਆਣਾ ਬਰੇਵਰੀਜ ਕਿਉਂ ਹੋ ਗਈ? ਇਹ ਇਸ ਕਰਕੇ ਹੋਈ ਸ਼ਰਮਾ ਜੀ ਕਿ ਜਦੋਂ ਕੇਰਲਾ ਦੇ ਪਲਾਚੀ ਮਾੜਾ 'ਚ ਕੋਕਾ ਕੋਲਾ ਬੰਦ ਕਰਵਾਈ ਤਾਂ ਜਿੱਥੇ ਵੀ ਇਹ ਬੋਰਡ ਲਗਾਉਂਦੇ ਸੀਗੇ ਤਾਂ ਲੋਕ ਉਸੇ ਵੇਲੇ ਵਿਰੋਧ ਕਰ ਦਿੰਦੇ ਸੀਗੇ, ਲੋਕਾਂ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਇਹ ਤਾਂ ਉਹੀ ਫੈਕਟਰੀ ਜਿਹੜੀ ਲੋਕਾਂ ਨੇ ਬੰਦ ਕਰਵਾਈ। ਦੂਜੀ, ਸਾਡੇ ਜਿਹੜੇ ਲੋਕ ਹੈ, ਆਮ ਲੋਕ ਹੈ, ਉਹ ਲੀਡਰਾਂ ਦੇ ਉੱਪਰ ਜ਼ਿਆਦਾ ਡਿਪੈਂਡ ਹੈ। ਜੋ ਲੀਡਰ ਨੇ ਕਹਿਤਾ ਉਹ ਲੀਡਰ ਨੂੰ ਰੱਬ ਮੰਨਦੇ ਆ। ਤੁਸੀਂ ਦੇਖਿਆ ਹੋਣਾ ਲੀਡਰਾਂ ਦੇ ਪੈਰ ਫੜਦੇ ਆ। ਇੱਦਾਂ ਦੀਆਂ ਫੈਕਟਰੀਆਂ ਆਉਣ ਤੋਂ ਪਹਿਲਾਂ ਲੀਡਰਾਂ ਦੇ ਮੂੰਹ ਬੰਦ ਕਰਾ ਦਿੰਦੀਆਂ। ਲੀਡਰਾਂ ਦੇ ਇੱਥੇ ਮੂੰਹ ਬੰਦ ਹੋਏ ਤਾਂ ਹੀ ਤਾਂ ਨਹੀਂ ਚੱਲਦੇ। ਸ਼ਰਾਬ ਫੈਕਟਰੀ ਦਾ ਰੋਲਾ ਪਿਆ ਸੀਗਾ ਕਿ ਆਹ ਜਿਹੜੀ ਆ ਬੂਥਗੜ੍ਹ ਦੀ ਸਾਈਡ ਦੇ ਉੱਤੇ ਸ਼ਰਾਬ ਫੈਕਟਰੀ ਲੱਗ ਰਹੀ ਆ, ਸੰਘਰਸ਼ ਚੱਲਿਆ, ਖਤਮ ਹੋ ਗਿਆ, ਫੈਕਟਰੀ ਲੱਗ ਗਈ, ਠੀਕ ਹੈ। ਸੈਂਚਰੀ ਪਲਾਈ ਦਾ ਵਿਰੋਧ ਹੋਇਆ, ਸੈਂਚਰੀ ਪਲਾਈ ਚਾਲੂ ਹੋ ਗਈ। ਕੋਕਾ ਕੋਲਾ ਫੈਕਟਰੀ ਦਾ ਵਿਰੋਧ ਹੋ ਰਿਹਾ ਹੈਗਾ, ਉਹ ਵੀ ਚਾਲੂ ਹੋ ਗਈ ਆ ਤਕਰੀਬਨ ਜਿਹੜੀ ਹੈਗੀ ਆ। ਜੇ ਜਿੱਦਾਂ ਤੁਸੀਂ ਦੱਸਦੇ ਆਪਾਂ ਤਾਂ ਗਏ ਨਹੀਂ, ਵੀ ਜੇ ਉਹਦਾ ਕੈਮੀਕਲ ਜਿਹੜਾ ਵੇਸਟੇਜ ਬਾਹਰ ਨਿਕਲਣ ਲੱਗ ਗਈ ਤਾਂ ਮਤਲਬ ਕੋਈ ਚਾਲੂ ਹੋਇਆ ਹੋਏਗਾ, ਤਦੀ ਕੁਛ ਹੋਇਆ ਜਿਹੜਾ ਹੈਗਾ। ਤੁਸੀਂ ਸਮਝਦੇ ਹੋ ਕਿ ਇਹ ਇਹਨਾਂ ਸੰਘਰਸ਼ਾਂ ਦੇ ਨਾਲ ਜਿਹੜਾ ਹੈ ਵੀ ਇੱਦਾਂ ਫੈਕਟਰੀਆਂ ਬੰਦ ਹੋ ਜਾਣ? ਬਿਲਕੁਲ ਜੀ, ਬਾਕੀ ਜਗ੍ਹਾ ਲੋਕਾਂ ਦੇ ਦੇਖੋ, ਜਿਹੜੀ ਕੇਰਲਾ ਦੇ ਪਲਾਚੀ ਮਾੜਾ 'ਚ ਬੰਦ ਹੋਈ ਹੈ ਜਾਂ ਜੈਪੁਰ ਦੇ 65 ਪਿੰਡਾਂ ਨੇ ਬੰਦ ਕਰਵਾਈ ਆ, ਉਹ ਲੋਕਾਂ ਦੀ ਏਕਤਾ ਨੇ ਬੰਦ ਕਰਾਈ। ਸਾਡੇ ਇੱਥੇ ਏਕਤਾ ਹੈ ਨਹੀਂ ਨਾ, ਏਕਤਾ ਨਹੀਂ ਹੈ। ਹੁਣ ਵੀਰ ਪ੍ਰਤਾਪ ਰਾਣਾ ਕੀ ਜਿਹੜਾ ਹੈ ਕਾਮਯਾਬ ਹੋ ਪਾਏਗਾ ਜਾਂ ਇੱਦਾਂ ਦੀਆਂ ਹੀ ਤੋਮਤਾਂ ਜਿਹੜੀਆਂ ਸਿਰ 'ਤੇ ਲੱਗਣਗੀਆਂ ਅਤੇ ਘਰ ਜਾ ਕੇ ਬਹਿ ਜਾਏਗਾ? ਮੈਨੂੰ ਜੀ ਇੱਥੇ ਦਾ ਮੀਡੀਆ ਦਾ ਸਾਥ, ਤੁਹਾਡੇ ਵਰਗੇ ਵੀਰਾਂ ਦਾ ਸਾਥ ਮਿਲੇਗਾ ਤਾਂ ਮੈਨੂੰ ਲੱਗਦਾ ਇਹ ਫੈਕਟਰੀ ਕੱਲ੍ਹ ਹੀ ਬੰਦ ਹੋ ਜਾਏਗਾ। ਰਾਣਾ ਜੀ, ਮੀਡੀਆ ਦਾ ਬਹੁਤ ਸਾਰਾ ਸਾਥ ਜਿਹੜਾ ਹੈਗਾ ਮੈਂ ਸਮਝਦਾ ਹੈਗਾ, ਜਿੱਥੇ ਤੱਕ ਮੈਂ ਮੇਰੇ ਪਰਸਨਲ ਵਿਚਾਰ ਹੈਗੇ, ਮੈਂ ਕਿਸੇ ਨੂੰ ਉੱਦਾਂ ਨਹੀਂ ਕਹਾਂਗਾ ਮੀਡੀਆ ਵਾਲੇ ਭਰਾ ਨੂੰ, ਵੀ ਜਿੱਥੇ ਤੱਕ ਮੈਂ ਸਮਝਦਾ ਹੈਗਾ ਮੀਡੀਆ ਇਸ ਕਰਕੇ ਹਾਲੇ ਤੱਕ ਪਿੱਛੇ ਹੈਗਾ, ਇਸ ਕਰਕੇ ਖੁੱਲ੍ਹ ਕੇ ਨਹੀਂ ਆ ਰਿਹਾ ਕਿਉਂਕਿ ਪਹਿਲੀਆਂ ਹੋ ਰਹੀਆਂ ਬਦਨਾਮੀਆਂ, ਜੋ ਕੁਛ ਵੀ ਐਂਡ ਜਿਹੜੇ ਹੈਗੇ ਹੋਏ ਆ ਉਹਦੇ ਤੋਂ ਅਗਲੇ ਕਹਿੰਦੇ ਵੀ ਲੈ ਵੀ ਇਹ ਫਰੋਡਬਾਜ਼ੀ ਹੈ। ਮੈਂ ਤੁਹਾਨੂੰ ਇਹ ਕਹਿੰਦਾ, ਅੱਜ ਮੈਂ ਤੁਹਾਡੇ ਚੈਨਲ ਦੇ ਉੱਪਰ ਇਹ ਕਹਿ ਰਿਹਾ ਕਿ ਕਾਫੀ ਦੁਨੀਆ ਇਸ ਵੇਲੇ ਦੇਖ ਰਹੀ ਹੋਗੀ, ਵਿਦੇਸ਼ਾਂ ਵਿੱਚ ਵੀ ਦੇਖ ਰਹੀ ਹੈ ਇਸ ਵੇਲੇ ਦੁਨੀਆ। ਮੈਂ ਸ਼ਰਮਾ ਜੀ ਇਹ ਕਹਿੰਦਾ ਕਿ ਤੁਸੀਂ ਕੋਈ ਜਹਾਨ ਖੇਲਾਂ ਦੇ ਲੋਕਾਂ ਨੂੰ ਲੈ ਕੇ, ਮੈਂ ਜਹਾਨ ਖੇਲਾਂ ਦਾ ਨਾਂ ਬਾਰ ਬਾਰ ਇਹ ਵੀ ਲੈ ਤਾਂ ਵੀ ਲੈਣਾ ਪਿਆ ਕਿ ਇਹ ਜਿਹੜੀ ਇਲਾਕਾ ਪੈਂਦਾ ਉਹ ਜਹਾਨ ਖੇਲਾਂ ਦੇ ਨਾਂ 'ਤੇ ਜਾਣਿਆ ਜਾਂਦਾ ਹੈਗਾ। ਹੁਸ਼ਿਆਰਪੁਰ ਦੇ ਜਿਹੜੇ
ਕੰਸਟੀਟੈਂਸੀ ਹੈਗੀ ਜਿਹੜਾ ਜ਼ਿਲ੍ਹਾ ਹੁਸ਼ ਕਿਉਂਕਿ ਇਹਦਾ ਅਸਰ ਹੁਸ਼ਿਆਰਪੁਰ ਨੂੰ ਵੀ ਪੈਣਾ ਹੈ। ਰਿਪੋਰਟ ਇਹ ਹੈਗੀ ਹੈ ਕਿ ਜਿੱਥੇ ਫੈਕਟਰੀ ਲੱਗੀ ਆ ਉਸਦੇ ਥੱਲੜਾ 10 ਕਿਲੋਮੀਟਰ ਦਾ ਐਕੁਆ ਫਾਇਰ ਦੁੱਧ ਵਰਗਾ ਪਾਣੀ, ਬਿਲਕੁਲ ਜੀ। ਮੈਂ ਕਹਿੰਦਾ ਹੁਸ਼ਿਆਰਪੁਰ ਦੇ ਵਿੱਚ ਇਸ ਲਈ ਤਗੜੇ ਤਗੜੇ ਲੀਡਰ ਬੈਠੇ ਨੇ, ਤਗੜੇ ਤਗੜੇ ਲੀਡਰ ਬੈਠੇ ਆ। ਸਾਰੇ ਲੀਡਰ ਮਿਲਣ, ਇੱਕ ਸੁਸਾਇਟੀ ਬਣਾ ਲੈਣ, ਇੱਕ ਕਮੇਟੀ ਬਣਾ ਲੈਣ, ਅਸੀਂ ਉਹਨਾਂ ਦੇ ਨਾਲ, ਮੈਂ ਉਹਨਾਂ ਤੋਂ 7ਵੇਂ ਨੰਬਰ ਤੇ ਪਿੱਛਾ ਚੱਲਣ ਨੂੰ ਤਿਆਰ। ਸਰ ਜੇ ਹੁਣ ਤੁਸੀਂ ਇਹ ਇਸ ਚੀਜ਼ ਦਾ ਬੀੜਾ ਚੁੱਕਿਆ ਹੈਗਾ ਵਾ, ਤੁਸੀਂ ਜਿਹੜਾ ਹੈ ਇਸ ਸੰਘਰਸ਼ ਨੂੰ ਥੋੜ੍ਹਾ ਜਿਹਾ ਵਿਸ਼ਰਾਮ ਦੇ ਕੇ 5-7-10 ਦਿਨ ਜਿਹੜੇ ਹੈ, ਸਭ ਤੋਂ ਪਹਿਲਾਂ ਤਾਂ ਸੁੰਦਰ ਸ਼ਾਮ ਅਰੋੜਾ ਜਿਹੜੇ ਹੈਗੇ, ਮੈਂ ਵੀ ਉਹਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਨੂੰ ਚਾਹੀਦਾ ਹੈਗਾ ਜਿਹੜੇ ਇਹ ਇੱਧਰ ਉੱਧਰ ਫੋਨ ਕਰਦੇ ਆ ਤੁਹਾਡੇ ਕਹੇ ਦੇ ਮੁਤਾਬਕ ਵੀ ਉਹਨਾਂ ਦਾ ਵੀਰ ਪ੍ਰਤਾਪ ਰਾਣੇ ਦਾ ਸਾਥ ਨਾ ਦਿਓ, ਉਸ ਸੰਘਰਸ਼ ਦੇ ਵਿੱਚ ਨਾ ਸ਼ਾਮਿਲ ਹੋਵੋ, ਜਿਹੜਾ ਹੈਗਾ ਸੁੰਦਰ ਸ਼ਾਮ ਅਰੋੜਾ ਉਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਉਹ ਅਗਰ ਲੀਡਰ ਹੈਗੇ ਨੇ, ਜਮਾਂਦਰੂ ਲੀਡਰ ਹੈਗੇ ਆ, ਗਰਾਊਂਡ ਲੈਵਲ ਦੇ ਲੀਡਰ ਹੈਗੇ, ਤਾਂ ਲੀਡਰ ਦਾ ਇਹ ਫਰਜ਼ ਬਣਦਾ ਹੈਗਾ ਕਿ ਉਹ ਜਿਹੜਾ ਹੈ ਜਿਹੜਾ ਸੰਘਰਸ਼ ਕਰਨ ਵਾਲੀ ਕਮੇਟੀ ਆ ਉਹਦੇ ਨਾਲ ਸੰਪਰਕ ਕਰਕੇ ਉਹਦੇ ਨਾਲ ਗੱਲਬਾਤ ਕਰਕੇ ਪਤਾ ਕਰੇ ਕਿ ਭਾਈ ਅਸਲੀਅਤ ਕੀ ਹੈਗੀ ਆ। ਜੇ ਤਾਂ ਉਹਦੀਆਂ ਟਰਮ ਐਂਡ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਫੈਕਟਰੀ ਦੀਆਂ ਠੀਕ ਹੈਗੀਆਂ ਵਾ, ਫਿਰ ਤਾਂ ਕੋਈ ਕੁਛ ਨਹੀਂ ਕਰ ਸਕਦਾ। ਜੇ ਉਹ ਟਰਮ ਐਂਡ ਕੰਡੀਸ਼ਨਾਂ ਜਿਹੜੀਆਂ, ਜਿਸ ਕੰਡੀਸ਼ਨਾਂ ਦੇ ਆਧਾਰ ਦੇ ਉੱਤੇ ਉਹਨੂੰ ਲਾਇਸੈਂਸ ਦਿੱਤਾ ਗਿਆ ਫੈਕਟਰੀ ਖੋਲ੍ਹਣ ਦਾ, ਜੇ ਉਹਦਾ ਉਹ ਵਿਰੋਧ ਕਰਦਾ ਤਾਂ ਫਿਰ ਸਾਨੂੰ ਸਾਰਿਆਂ ਨੂੰ ਖੜਾ ਹੋਣਾ, ਫਿਰ ਲੀਡਰ ਨੂੰ ਵੀ ਖੜਾ ਹੋਣਾ ਚਾਹੀਦਾ, ਚਾਹੇ ਸੁੰਦਰ ਸ਼ਾਮ ਅਰੋੜਾ ਵਾ, ਚਾਹੇ ਫਿਰ ਕੋਈ ਹੈਗਾ। ਸ਼ਰਮਾ ਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਨੇ ਕਾਨੂੰਨ ਬਣਾਤਾ, ਉਸ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ। ਸਰਕਾਰ ਨੇ ਕਿਹਾ ਕਿ ਤੁਸੀਂ ਵਾਟਰ ਹਾਰਵੈਸਟਿੰਗ ਪਲਾਂਟ ਲਗਾਉਣਾ ਔਰ ਉਹਦੇ ਵਿੱਚ 1.5 ਗੁਣਾ ਜ਼ਿਆਦਾ ਪਾਣੀ ਜਾਣਾ ਚਾਹੀਦਾ। ਇੱਕ ਉਹਨਾਂ ਨੇ ਅੱਜ ਤੋਂ 10 ਸਾਲ ਪਹਿਲਾਂ ਕਾਨੂੰਨ ਨੇ ਬਣਾਤਾ। ਮੈਂ ਇਹ ਕਹਿੰਦਾ ਕਿ ਜਿਹੜਾ ਉਹਨਾਂ ਨੇ ਜਿੱਥੇ ਵਾਟਰ ਹਾਰਵੈਸਟਿੰਗ ਪੌਂਡ ਬਣਾਇਆ, ਅੱਜ 1 ਮਹੀਨਾ ਫੈਕਟਰੀ ਚੱਲਦੀ ਨੂੰ ਹੋ ਗਿਆ, ਜਿੰਨਾ ਉਹਨਾਂ ਨੇ ਪਾਣੀ ਕੱਢਿਆ, ਕਿਆ ਉਨਾ ਮੀਂਹ ਪਿਆ? ਉਸ ਟੋਭੇ 'ਚ ਜਾ ਕੇ ਦੇਖੋ, ਕਿਆ ਉਨਾ ਮੀਂਹ ਪਿਆ? ਨਹੀਂ ਪਿਆ। ਤਾਂ ਫਿਰ ਇਹਦਾ ਮਤਲਬ ਕਿ ਜਿਹੜੇ ਸਰਕਾਰ ਦੇ ਪੇਪਰ ਹੈ ਉਹਨਾਂ ਦਾ ਸਿਰਫ ਨਾਂ ਵਾਸਤੇ ਢਿੱਡ ਭਰਿਆ ਜਾ ਰਿਹਾ, ਅਦਾਲਤ ਵਿੱਚ ਇੱਕ ਪਰੂਫ ਰੱਖਣ ਵਾਸਤੇ ਭਰਿਆ ਜਾ ਰਿਹਾ, ਜ਼ਮੀਨੀ ਪੱਧਰ 'ਤੇ ਉਹਦੇ ਨਾਲ ਖਿਲਵਾੜ ਕੀਤੀ ਜਾ ਰਹੀ ਹੈ, ਬਿਲਕੁਲ ਖਿਲਵਾੜ ਹੋ ਰਹੀ ਹੈ। ਮੈਂ ਇਹ ਕਹਿੰਦਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਚੇਅਰਮੈਨ, ਤੁਸੀਂ ਇਹਨਾਂ ਨੂੰ ਪਾਰਟੀ ਬਣਾਓ ਨਾ, ਜਿਹੜੇ ਇਹ ਮਹਿਕਮੇ ਹੈਗੇ ਆ। ਬਿਲਕੁਲ ਸ਼ਰਮਾ ਜੀ, ਮੈਂ ਉਸੇ ਗੱਲ 'ਤੇ ਆ ਰਿਹਾ। ਸ਼ਰਮਾ ਜੀ ਦੇਖੋ, ਮੈਂ ਤੁਹਾਨੂੰ ਫਿਰ ਆਪਣੀ ਹਕੀਕਤ ਦੱਸਦਾ, ਮੈਂ ਆਪਣੇ ਤਨ ਦੇ ਨਾਲ ਔਰ ਆਪਣੇ ਧਨ ਦੇ ਨਾਲ ਜਿੰਨਾ ਕੁ ਦੌੜਨਾ ਸੀਗਾ ਨਾ ਦੌੜ ਲਿਆ। ਮੈਨੂੰ ਕਿਸੇ ਨੇ ਦਸੀ ਵੀ ਦਿੱਤੀ ਹੋਵੇ ਤੇ ਮੈਨੂੰ ਬੋਲ ਦੇਵੇ, ਮੈਂ ਉਹਨਾਂ ਦੀ ਜੁੱਤੀ 'ਚ ਪਾਣੀ ਪੀਊਂਗਾ। ਮੈਂ ਜਿੰਨੀ ਮੇਰੇ 'ਚ ਤਾਕਤ ਹੈ ਮੈਂ ਉਨੀ ਯੂਜ਼ ਕਰਦਾ ਪਿਆ। ਹੁਣ ਜਿਹੜੀ ਤੁਸੀਂ ਗੱਲ ਕੀਤੀ, ਪਹਿਲਾਂ ਵੀ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਕਿ ਡਿਪਾਰਟਮੈਂਟਾਂ ਵਿੱਚ ਜਾ ਕੇ ਦੱਸੋ। ਸ਼ਰਮਾ ਜੀ, ਅੱਜ ਮੈਂ ਵਾਤਾਵਰਨ ਵਿਭਾਗ ਪਟਿਆਲੇ ਜਾਣਾ ਹੋਵੇ ਤਾਂ ਮੇਰੀ ਜੇਬ ਦੇ ਵਿੱਚ ਪਹਿਲਾਂ ਮੈਂ 3,000 ਰੁਪਈਆ ਰੱਖਾਂ ਤਾਂ ਉੱਥੇ ਨੂੰ ਜਾਵਾਂ। ਸਰ, ਇਹ ਆਪਣੇ ਜਿਹੜੇ ਆ ਇੱਕ ਡਰਾਫਟਿੰਗ ਕਰਕੇ, ਮੇਰਾ ਖਿਆਲ ਹੈ ਕਿ ਸਾਰਾ ਮੀਡੀਆ ਤੁਹਾਡਾ ਸਾਥ ਦੇਣ ਨੂੰ ਵੀ ਤਿਆਰ ਹੈਗਾ। ਅਗਰ ਤੁਸੀਂ ਇੱਦਾਂ ਦਾ ਡਾਟਾ ਬਣਾਓ, ਡਾਟਾ ਬਣਾ ਕੇ ਜਿਹੜਾ ਹੈ ਕੱਢ ਕੇ ਅਗਰ ਤੁਸੀਂ ਮੀਡੀਆ ਦੇ ਮੂਹਰੇ ਰੱਖੋ, ਪੱਤਰਕਾਰਾਂ ਦੇ ਮੂਹਰੇ ਰੱਖੋ, ਕੋਈ ਪ੍ਰੈਸ ਕਾਨਫਰੰਸ ਕਰੋ, ਤਾਂ ਮੇਰਾ ਖਿਆਲ ਹੈ ਕਿ ਮੀਡੀਆ ਕੋਈ ਪਿੱਛੇ ਨਹੀਂ ਹਟੇਗਾ, ਇਸ ਚੀਜ਼ ਨੂੰ ਚੱਕੇਗਾ। ਮੀਡੀਆ ਹੈ ਕਾਹਦੇ ਵਾਸਤੇ? ਅਸੀਂ ਜੀ ਬਹੁਤ ਜਲਦੀ, ਮੈਂ ਤੁਹਾਨੂੰ ਇਨ ਸ਼ੋਰਟ ਦੱਸਾਂ ਕਿ ਬਹੁਤ ਜਲਦੀ ਅਸੀਂ ਧਰਨਾ ਲਗਾ ਰਹੇ ਹਾਂ। ਮੇਰਾ ਆਲਰੇਡੀ ਧਰਨੇ ਕੀ ਕੋਈ ਹੱਲ ਹੈ? ਧਰਨਾ ਹੱਲ ਹੈਗਾ ਜੀ, ਧਰਨਾ ਬਿਲਕੁਲ ਹੱਲ ਹੈਗਾ। ਅਗਰ ਸਾਡੇ ਨਾਲ ਉੱਥੇ ਜ਼ਿਆਦਾ ਤੋਂ ਜ਼ਿਆਦਾ ਜਨਤਾ ਜੁੜਦੀ ਜਾਂਦੀ ਹੈ ਤਾਂ ਅਸੀਂ ਇਹ ਜਿਹੜਾ ਧਰਨਾ ਦੇ ਕੇ ਪ੍ਰਸ਼ਾਸਨ ਨੂੰ ਦਬਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਮੈਂ ਇੱਕ ਯਾਤਰਾ 'ਚ ਚਾਹੁੰਦਾ ਕਿ ਇੱਕ ਪੈਦਲ ਮਾਰਚ ਚੰਡੀਗੜ੍ਹ ਨੂੰ ਕੱਢੀਏ ਤਾਂ ਕਿ ਸਰਕਾਰ ਨੂੰ ਪਤਾ ਲੱਗੇ, ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਪਤਾ ਲੱਗੇ, ਜਿਨ੍ਹਾਂ ਨੇ 19 ਫਰਵਰੀ ਨੂੰ ਇਹ ਅੱਪ ਕਿਹਾ ਕਿ ਪੰਜਾਬ ਦੇ ਲੋਕ ਜੇ ਅੱਜ ਵੀ ਨਾ ਸੁਧਰੇ ਤਾਂ ਪਾਣੀ ਨੂੰ ਪਛਤਾਣਗੇ, 15 ਸਾਲਾਂ 'ਚ ਪੰਜਾਬ ਦਾ ਪਾਣੀ ਖਤਮ ਹੋ ਜਾਣਾ। ਰਜਿੰਦਰ ਸਿੰਘ ਜੀ ਹੈਗੇ ਆ, ਉਹ ਪੁੱਛਿਆ, ਇਹਨਾਂ ਨੂੰ ਪੁੱਛੋ ਕਿ ਤੁਸੀਂ ਹਜੇ ਤੱਕ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ? ਠੀਕ, ਮੈਂ ਤੁਹਾਨੂੰ ਦੱਸ ਦਿੰਦਾ। ਰਜਿੰਦਰ ਸਿੰਘ ਜੀ, ਤੁਹਾਡਾ ਸਵਾਲ ਬਹੁਤ ਅੱਛਾ ਹੈਗਾ। ਇਹ ਜਿਹੜੀ ਕੋਕਾ ਕੋਲਾ ਫੈਕਟਰੀ ਹੈਗੀ ਆ, ਇਹਨਾਂ ਦਾ ਰੋਜ਼ਗਾਰ ਕਿੰਨਿਆਂ ਨੂੰ ਦੇਣਾ ਕਿੰਨਿਆਂ ਨੂੰ ਨਹੀਂ ਮੈਨੂੰ ਨਹੀਂ ਪਤਾ। ਮੈਂ ਕਹਿੰਦਾ ਸਾਡੇ ਸ਼ਾਮ 84 ਦੇ ਵਿੱਚ 42 ਤੋਂ ਜ਼ਿਆਦਾ ਲੱਕੜੀ ਦੀਆਂ ਫੈਕਟਰੀਆਂ ਆਏ, 42 ਤੋਂ ਜ਼ਿਆਦਾ, ਉਹ 32 ਜਿਹੜੀ ਆ 42 ਫੈਕਟਰੀਆਂ ਆਏ। ਉੱਥੇ ਜਾ ਕੇ ਦੇਖ ਲਓ ਕਿ ਉੱਥੇ ਦੇ ਲੋਕਲ ਪਿੰਡਾਂ ਦੇ ਮੁੰਡੇ ਕਿੰਨੇ ਕੰਮ ਕਰਦੇ। ਮੈਂ ਇਹ ਵੀ ਸਰਵੇ ਕਰਕੇ ਆਇਆ, ਮੈਂ ਜਗ੍ਹਾ ਜਗ੍ਹਾ ਪੰਗਾ ਨਹੀਂ ਲੈ ਸਕਦਾ, ਮੇਰੀ ਵੀ ਜਾਨ ਹੈ, ਮੇਰੇ ਵੀ ਬੱਚੇ ਹੈ। ਉਹਨਾਂ ਫੈਕਟਰੀਆਂ ਦੇ ਵਿੱਚ 5,000 ਤੋਂ ਜ਼ਿਆਦਾ ਬਾਹਰਲੇ ਪ੍ਰਦੇਸ਼ਾਂ ਦੇ ਲੋਕ ਕੰਮ ਕਰਦੇ ਹੈ। ਉਹਦਾ ਕਾਰਨ ਕਿਆ ਹੈ? ਕਿ ਫੈਕਟਰੀਆਂ
ਠੇਕੇ ਤੇ ਕੰਮ ਦਿੰਦੀਆਂ, 8,000 ਰੁਪਏ ਦੇ ਵਿੱਚ 12-12 ਘੰਟੇ ਕੰਮ ਕਰਾਉਂਦੀਆਂ। ਸਾਡੇ ਪੰਜਾਬੀ ਮੁੰਡੇ ਨਹੀਂ ਕੰਮ ਕਰ ਸਕਦੇ 8,000 ਰੁਪਏ 'ਚ, 5,000 ਰੁਪਏ ਦਾ ਘਰ ਦਾ ਬਿੱਲ ਆ ਜਾਂਦਾ ਪਿਆ ਹੈਗਾ, ਕਿੱਥੋਂ ਕੰਮ ਕਰਨਗੇ? ਸਾਡੇ ਮੁੰਡੇ ਦਾ ਪਾਸਪੋਰਟ ਦਫ਼ਤਰ ਆ ਕੇ ਦੇਖੋ ਕਿੱਦਾਂ ਖੜ੍ਹੇ ਹੈ, ਬਾਹਰ ਜਾਣ ਨੂੰ ਖੜ੍ਹੇ ਹੈ, ਔਰ ਸਾਡੇ ਇੱਥੇ ਯੂਪੀ ਬਿਹਾਰ ਤੋਂ ਲੋਕ ਆ ਕੇ ਕੰਮ ਕਰਦੇ ਹੈ। ਮੈਂ ਇਹ ਮੁੱਦਾ DC ਬਿਪਲ ਉਜਵਲ ਸਾਹਮਣੇ ਚੱਕਿਆ ਸੀਗਾ ਤਾਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਤੂੰ ਰੀਜਨਲਿਜ਼ਮ ਦੀ ਗੱਲ ਕੀਤੀ, ਤੇਰੇ 'ਤੇ FIR ਹੋ ਜਾਣੀ ਹੈ। ਮੈਂ ਇਕੱਲਾ ਕਿੱਥੇ ਕਿੱਥੇ ਪੰਗਾ ਲਈ ਚੱਲਾਂ? ਫੇਸਬੁੱਕ 'ਤੇ ਬੈਠ ਕੇ ਨਹੀਂ ਗੱਲਾਂ ਹੋਣੀਆਂ, ਜ਼ਮੀਨ 'ਤੇ ਉਤਰੋ। ਮੈਂ ਅਗਰ ਪਾਣੀ ਦੀ ਲੜਾਈ ਲੜਦਾ ਪਿਆ ਤਾਂ ਤੁਸੀਂ ਰੋਜ਼ਗਾਰ ਦੀ ਲੜਾਈ ਲੜੋ। 42 ਫੈਕਟਰੀਆਂ ਨੂੰ ਕਹੋ ਕਿ ਜਿਹੜੇ 80% ਧਰਤੀ ਪੁੱਤਰਾਂ ਨੂੰ ਕੰਮ ਦਿਓ, ਕਿਉਂ ਨਹੀਂ ਦਿੰਦੇ ਪਏ? ਕਿਉਂ ਨਹੀਂ ਤੁਸੀਂ ਜਾਂਦੇ ਪਏ ਉੱਥੇ? ਸਰ, ਸਾਡੇ ਨਾਲ ਗੋਪੀ ਜਸਵਾਲ ਜੀ ਹੈਗੇ ਆ, ਇਹ ਕਹਿ ਰਹੇ ਆ ਕਿ ਸਰ ਜਦੋਂ ਕੰਪਿਊਟਰ ਆਏ ਸੀਗੇ ਉਦੋਂ ਲੋਕ ਕਹਿੰਦੇ ਸੀਗੇ ਕਿ ਕੰਪਿਊਟਰ ਆ ਗਏ ਆ, ਹੁਣ ਬੰਦੇ ਵਿਹਲੇ ਹੋ ਜਾਣੇ ਆ, ਬਟ ਉਹ ਜਦੋਂ ਆਏ ਤਾਂ ਲੋਕਾਂ ਨੂੰ ਸਹੂਲਤ ਮਿਲੀ ਆ, ਇਸ ਕਰਕੇ ਕਹਿ ਰਹੇ ਇੱਕ ਵਾਰੀ ਫੈਕਟਰੀ ਲੱਗਣ ਤਾਂ ਦਿਓ, ਜੇ ਖਰਾਬ ਕਰੂਗੇ ਤਾਂ ਫਿਰ ਦੇਖ ਲਾਂਗੇ। ਮਤਲਬ ਉਹੀ ਹੋ ਗਿਆ ਕਿ ਜਿੱਦਾਂ ਮੈਂ ਬਾਕੀ ਫੈਕਟਰੀਆਂ ਦਾ ਵਿਰੋਧ ਨਹੀਂ ਕਰ ਰਿਹਾ, ਤੁਹਾਨੂੰ ਮੈਂ ਫਿਰ ਕਹਿੰਦਾ 42 ਫੈਕਟਰੀਆਂ ਲੱਕੜੀ ਦੀਆਂ ਵੀ ਲੱਗੀਆਂ, ਮੈਂ ਨਹੀਂ ਉਹਨਾਂ ਦਾ ਵਿਰੋਧ ਕੀਤਾ ਹੈਗਾ ਕਿਉਂਕਿ ਉਹ ਪਾਣੀ ਘੱਟ ਕੱਢਦੀਆਂ ਪਈਆਂ। ਠੀਕ ਹੈ ਜੀ, ਇਹ ਫੈਕਟਰੀ 'ਤੇ 200 ਤੋਂ 300% ਪਾਣੀ 'ਤੇ ਡਿਪੈਂਡ ਹੈ। ਕੇਰਲਾ ਦੇ ਪਲਾਚੀਮੜ 'ਚ ਪਾਣੀ ਦਾ ਪੱਧਰ ਥੱਲੇ ਗਿਆ ਨਹੀਂ ਗਿਆ? ਜੈਪੁਰ ਦੇ 65 ਪਿੰਡਾਂ ਨੇ ਫੈਕਟਰੀ ਬੰਦ ਕਰਾਈ ਨਹੀਂ ਕਰਾਈ? ਤੁਸੀਂ ਗੂਗਲ ਦੇ ਉੱਪਰ ਸਰਚ ਕਰੋ, ਗੂਗਲ ਦੇ ਉੱਪਰ ਕਿਉਂ ਨਹੀਂ ਦੇਖਦੇ ਪਏ? ਮੈਨੂੰ ਪੁੱਛਦੇ ਪਏ ਹੋ, ਤੁਸੀਂ ਗੂਗਲ ਦੇ ਉੱਪਰ ਸਿਰਫ ਇੰਨਾ ਪਾਓ ਪੀਪਲਸ ਪਾਵਰ ਸ਼ਟ ਡਾਊਨ ਕੋਕ ਇਨ ਪਲਾਚੀ ਮਾੜਾ, ਪੀਪਲਸ ਪਾਵਰ ਸ਼ਟ ਡਾਊਨ ਕੋਕ ਇਨ ਪਲਾਚੀ ਮਾੜਾ, ਕੀ ਹੈਗਾ ਜੀ? ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਪਲਾਚੀ ਮਾੜਾ ਹੈ ਉਹ 10 ਸਾਲ ਬਾਅਦ ਜਾਗਿਆ, 10 ਸਾਲ ਬਾਅਦ ਜਾਗਣ ਤੋਂ ਬਾਅਦ ਉਹਨਾਂ ਨੂੰ 3 ਸਾਲ ਉੱਥੇ ਸੰਘਰਸ਼ ਕਰਨਾ ਪਿਆ। ਉਹ ਵੀ ਸਟੋਰੀ ਸੁਣ ਲਓ ਫਿਰ, ਸਰਕਾਰਾਂ ਕੀ ਕਰਦੀਆਂ ਨੇ। ਉੱਥੇ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਗਈਆਂ, ਕੈਂਸਰ, ਫੇਫੜਿਆਂ ਦੀ ਬਿਮਾਰੀ ਲੱਗ ਗਈ। ਜਿਸਲੇ ਉਹ ਫੈਕਟਰੀ ਲੋਕਾਂ ਨੇ ਬੰਦ ਕਰਵਾ ਦਿੱਤੀ ਤਾਂ ਉੱਥੇ ਕਿਸੇ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਕਿ ਫੈਕਟਰੀ ਤਾਂ ਬੰਦ ਹੋ ਗਈ ਪਰ ਜਿਹੜੀ ਬਿਮਾਰੀ ਛੱਡ ਗਈ ਉਹ। ਅਤੇ ਉਸ ਵੇਲੇ ਕੇਰਲਾ ਦੇ ਹਾਈ ਕੋਰਟ ਨੇ 438 ਕਰੋੜ ਰੁਪਈਆ ਦੇਣ ਦੀ ਆਦੇਸ਼ ਕੀਤੇ ਕਿ ਇਹਨਾਂ ਇਲਾਕਿਆਂ ਨੂੰ 438 ਕਰੋੜ ਰੁਪਈਆ ਦਿੱਤਾ ਜਾਵੇ ਜਿਹੜੇ ਪ੍ਰਭਾਵਿਤ ਪਿੰਡ ਨੇ। ਉੱਥੇ ਦੀ ਵਿਧਾਨ ਸਭਾ ਨੇ ਕਾਨੂੰਨ ਪਾਸ ਕਰ ਦਿੱਤਾ ਕਿ ਫੈਕਟਰੀ ਪੈਸਾ ਨਹੀਂ ਦਊਗੀ, ਇਹ ਫੈਕਟਰੀ ਦਾ ਪੈਸਾ ਦੇਣਾ ਨਹੀਂ ਬਣਦਾ। ਕੇਰਲਾ ਦੀ ਵਿਧਾਨ ਸਭਾ ਨੇ ਕਾਨੂੰਨ ਪਾਸ ਕਰ ਦਿੱਤਾ। ਉਹ ਕਾਨੂੰਨ 2014 ਵਿੱਚ ਭਾਰਤ ਦੇ ਉਸ ਵੇਲੇ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਿਜੈਕਟ ਕਰ ਦਿੱਤਾ। ਇਹ ਇੱਕ ਹਫ ਪੋਸਟ ਹੈ, ਉਹਦੇ ਵਿੱਚ ਸਾਰੀ ਖਬਰ ਲਿਖੀ ਹੈ, ਮੇਰੇ ਫੇਸਬੁੱਕ ਪੇਜ ਦੇ ਉੱਪਰ ਪਈ ਹੈ ਖਬਰ ਸਾਰੀ। ਰਾਣਾ ਜੀ, ਅਗਰ ਪ੍ਰਯਾਸ ਕੀਤਾ ਜਾਵੇ, ਜੋ ਤੁਹਾਡੇ ਜਿਹੜੇ ਮੈਂ ਪਹਿਲਾਂ ਫਿਰ ਕਹਿਣਾ ਹੈਗਾ, ਜਿਹੜੀਆਂ ਸਰਕਾਰ ਵੱਲੋਂ ਟਰਮ ਐਂਡ ਕੰਡੀਸ਼ਨਾਂ ਜਿਹੜੀਆਂ ਹੈ ਇੱਕ ਫੈਕਟਰੀ ਲਗਾਉਣ ਦੇ ਵਾਸਤੇ ਤਿਆਰ ਕੀਤੀਆਂ ਗਈਆਂ ਹੈਗੀਆਂ, ਉਹਨੂੰ ਤਿਆਰ ਕਰਨ ਅਤੇ ਉਹਨੂੰ ਅਡੋਪਟ ਕਰਨ ਤੋਂ ਬਾਅਦ ਹੀ ਲਾਇਸੈਂਸ ਮਿਲਦਾ ਹੈਗਾ। ਇਸੇ ਤਰ੍ਹਾਂ ਕੋਕਾ ਕੋਲਾ ਨੇ ਵੀ ਕੁਛ ਕੀਤਾ ਹੋਏਗਾ। ਅਗਰ ਜਿਹੜਾ ਹੈ ਅਸੀਂ ਰਲ ਮਿਲ ਕੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਜ਼ੋਰ ਪਾਈਏ, ਜਿੰਨੇ ਵੀ ਡਿਪਾਰਟਮੈਂਟ ਹੈਗੇ ਆ ਜਿਹੜੇ NOC ਇਹਨਾਂ ਨੂੰ ਦਿੰਦੇ ਹੈਗੇ ਆ, ਇਨਕਲੂਡਿੰਗ ਸੁੰਦਰ ਸ਼ਾਮ ਅਰੋੜਾ ਜਿਹੜਾ ਹੈਗਾ, ਜਿਹਦਾ ਜ਼ਿਆਦਾ ਜਿਹਨੂੰ ਤੁਸੀਂ ਕਹਿੰਦੇ ਕਿ ਇਹਨੂੰ ਤਕਲੀਫ ਹੈਗੀ ਆ, ਵੀ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਜਿਹੜਾ ਕੋਕਾ ਕੋਲਾ ਫੈਕਟਰੀ ਦੇ ਨਾਲ ਗੱਲਬਾਤ ਕਰੀਏ, ਗੱਲਬਾਤ ਕਰਕੇ ਫਿਰ ਉਸ ਤੋਂ ਬਾਅਦ ਅੰਦਰ ਦੌਰਾ ਕਰਵਾਈਏ, ਦੌਰਾ ਕਰਵਾ ਕੇ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਕੋਈ ਇੱਦਾਂ ਦਾ ਗਲਤ ਚੀਜ਼ ਹੈਗੀ ਆ ਉਹਨੂੰ ਆਪਾਂ ਦੂਰ ਕਰਵਾਉਣ ਦੀ ਕੋਸ਼ਿਸ਼ ਕਰੀਏ, ਅਤੇ ਸਫਲ ਨਹੀਂ ਹੋ ਸਕਦੇ ਆਪਾਂ। ਮੈਂ ਕਹਿੰਦਾ ਜੀ, ਅਗਰ ਪੰਜਾਬ ਦੇ ਮੁੱਖ ਮੰਤਰੀ ਇੰਨੇ ਹੀ ਜਿੱਦਾਂ ਉਹਨਾਂ ਨੇ 19 ਫਰਵਰੀ ਨੂੰ ਕਿਹਾ ਸੀਗਾ ਕਿ ਪੰਜਾਬ ਦੇ ਲੋਕ ਨਾ ਸੁਧਰੇ ਤਾਂ ਪਾਣੀ ਖਤਮ ਹੋ ਜਾਣਾ, ਸੰਭਾਲ ਲਓ। ਨਾਸਾ ਨੇ ਕਿਹਾ ਕਿ 15 ਸਾਲਾਂ 'ਚ ਪਾਣੀ ਦਾ ਪੰਜਾਬ ਦਾ ਪਾਣੀ ਖਤਮ ਹੋ ਜਾਣਾ। ਭਾਰਤ ਦਾ ਸੈਂਟਰਲ ਗਰਾਊਂਡ ਵਾਟਰ ਬੋਰਡ ਬੋਲਦਾ ਪਿਆ ਕਿ 80% ਪੰਜਾਬ ਡਿਜ਼ਰਟ ਹੋ ਗਿਆ। ਅਤੇ ਜਿਹੜਾ ਮੈਂ ਇਲਜ਼ਾਮ ਲਗਾਇਆ, ਮੈਂ ਕਹਿੰਦਾ ਸੁੰਦਰ ਸ਼ਾਮ ਅਰੋੜਾ ਹੋਣਾ ਦਾ ਵੀ ਨਾਰਕੋ ਟੈਸਟ ਕਰਵਾ ਲਓ, ਮੇਰਾ ਵੀ ਕਰਵਾ ਲਓ। ਆਪਾਂ ਉਧਰਲੇ ਪਾਸੇ ਨੂੰ ਜਾਂਦੇ, ਕਿਹਾ ਹੋਏਗਾ ਲੀਡਰ ਨੂੰ, ਲੀਡਰੀ ਵੋਟਾਂ ਦੀ ਜ਼ਰੂਰਤ ਹੁੰਦੀ ਕਈ ਕੁਛ ਜਿਹੜਾ ਹੈਗਾ ਹੁੰਦਾ। ਆਪਾਂ ਨਹੀਂ ਕਹਿੰਦੇ ਕਿ ਸੁੱਚਾ ਸੱਚਾ ਜਿਹੜਾ ਹੈਗਾ ਸੁੰਦਰ ਸ਼ਾਮ ਅਰੋੜਾ ਜਿਹੜਾ ਕੀਤਾ ਹੋਏਗਾ, ਵੋਟਾਂ ਦੀ ਰਾਜਨੀਤੀ ਜਿਹੜਾ ਕਰਦੇ ਆ, ਰਾਜਨੀਤੀ ਕਰੋ, ਪਰ ਇਹ ਤਾਂ ਪਾਣੀ ਹੈ, ਇਹ ਤਾਂ ਪਾਣੀ ਹੈ, ਤੁਸੀਂ ਵੀ ਪੀਣਾ, ਮੈਂ ਵੀ ਪੀਣਾ। ਤੁਸੀਂ ਇਹ ਦੇਖ ਲਓ ਜੀ ਕਿ ਜਿਹੜੀ ਪਾਣੀ ਦੀ ਬੋਤਲ 8 ਰੁਪਏ ਦੀ ਹੁੰਦੀ ਸੀਗੀ ਅੱਜ 25 ਰੁਪਏ ਦੀ ਹੋ ਗਈ, ਇਹ ਹੋਰ 5 ਸਾਲਾਂ ਨੂੰ 50 ਦੀ ਹੋ ਜਾਣੀ ਹੈ। ਇੱਕ ਬੰਦੇ ਨੂੰ ਰੋਜ਼ ਦਾ 100 ਲੀਟਰ ਪਾਣੀ ਲੱਗਦਾ, ਖਾਣਾ ਪੀਣਾ ਨਹਾਉਣਾ ਮੂੰਹ ਧੋਣਾ, ਕਿੱਥੋਂ ਲਵਾਂਗੇ ਅਸੀਂ? ਮੇਰੇ ਕੋਲ ਕਿਸੇ ਨੇ ਇੱਦਾਂ ਸਵਾਲ ਕੀਤਾ ਸੀਗਾ ਇਸ ਫੈਕਟਰੀ ਦੇ ਸੰਬੰਧ ਵਿੱਚ, ਉਹ ਕਹਿੰਦੇ ਜੀ ਜੇ ਬੰਦੇ ਨੂੰ ਪਿਆਸ ਲੱਗਦੀ ਹੈ ਤਾਂ ਉਹ ਬੰਦਾ ਪਾਣੀ ਪੀਂਦਾ ਹੈਗਾ, ਵੀ ਜੇ ਇਹ ਕੋਕਾ ਕੋਲਾ ਤਿਆਰ ਕਰਦੇ, ਜੇ ਪਾਣੀ ਤਿਆਰ ਕਰਦੇ, ਇਹ ਫੈਕਟਰੀ ਤਿਆਰ ਕਰਦੇ ਹੈਗੇ ਆ, ਜੇ ਜ਼ਮੀਨ ਦੇ ਵਿੱਚੋਂ ਉਹ ਪਾਣੀ ਕੱਢਦੇ ਆ,
ਜ਼ਮੀਨ 'ਚੋਂ ਪਾਣੀ ਕੱਢ ਕੇ ਜਿਹੜਾ ਉਹ ਕੋਕਾ ਕੋਲਾ ਤਿਆਰ ਕਰਦੇ ਆ। ਆਪਾਂ ਜਾ ਰਹੇ ਹੈਗੇ ਹਾਂ, ਸਾਨੂੰ ਪਿਆਸ ਲੱਗੀ, ਆਪਾਂ ਉਹ ਜਿਹੜੀ ਕੋਕਾ ਕੋਲਾ ਦਾ ਹੀ ਪਾਣੀ ਦੀ ਬੋਤਲ ਤਿਆਰ ਕੀਤੀ, ਬਾਜ਼ਾਰ 'ਚੋਂ ਪਰਚੇਜ ਕੀਤੀ, ਅਸੀਂ ਪਾਣੀ ਪੀ ਲਿਆ। ਬੈਲੈਂਸ ਤਾਂ ਉੱਥੇ ਜੇ ਉਹ ਨਹੀਂ ਸਾਨੂੰ ਮਿਲੀ, ਆਪਾਂ ਨਲਕਾ ਗੇੜਿਆ, ਧਰਤੀ 'ਚੋਂ ਪਾਣੀ ਕੱਢਿਆ, ਬੈਲੈਂਸ ਤਾਂ ਬਰਕਰਾਰ ਨਹੀਂ ਰਿਹਾ। ਨਹੀਂ ਜੀ, ਮੈਂ ਤੁਹਾਨੂੰ ਦੱਸਦਾ ਸ਼ਰਮਾ ਜੀ, ਸਾਡੇ ਇਲਾਕੇ ਦਾ ਪਾਣੀ ਦਾ ਪੱਧਰ 15 ਫੁੱਟ ਹੁੰਦਾ ਸੀਗਾ ਜੀ। ਸਾਰੇ ਇਸਲੇ ਜਿੰਨੇ ਵੀ ਲੋਕ ਦੇਖ ਰਹੇ ਹੋਣਗੇ, ਮੇਰੇ ਭਰਾ ਭੈਣਾਂ, ਉਹ ਆਪਣੇ ਬਜ਼ੁਰਗਾਂ ਕੋਲੋਂ ਪੁੱਛ ਲੈਣ। ਮੈਂ ਕਹਿੰਦਾ ਮੈਂ ਦੇਖਿਆ ਹੈਗਾ, ਅਸੀਂ ਸਕੂਲ ਜਾਈਦਾ ਸੀਗਾ, ਚੂਹਾਂ ਦੇ ਵਿੱਚੋਂ ਪਾਣੀ ਨੂੰ ਐਂ ਕਰਨਾ ਅਤੇ 1.5 ਫੁੱਟ ਥੱਲੇ ਉਹ ਪਾਣੀ ਸਿਮ ਕੇ ਬਾਹਰ ਆ ਜਾਂਦਾ ਸੀਗਾ। ਜਦ ਉਹ ਪਾਣੀ ਪਾਪੂਲੇਸ਼ਨ ਵਧਣ ਦੇ ਨਾਲ ਅੱਜ 200 ਫੁੱਟ ਥੱਲੇ ਚੱਲਾ ਗਿਆ, ਸਾਨੂੰ ਖੇਤੀ ਵਾਸਤੇ ਵੀ ਪਾਣੀ ਚਾਹੀਦਾ ਹੈਗਾ, ਸਾਨੂੰ ਆਪਣੇ ਯੂਜ਼ ਵਾਸਤੇ ਵੀ ਪਾਣੀ ਚਾਹੀਦਾ, ਪਸ਼ੂਆਂ ਵਾਸਤੇ ਵੀ ਪਾਣੀ ਚਾਹੀਦਾ ਹੈਗਾ। ਕੋਕਾ ਕੋਲਾ ਅਮੈਰੀਕਨ ਕੰਪਨੀ ਹੈ, ਇਹਨੂੰ ਪਾਣੀ ਦੀ ਇਕੱਲੀ ਨੂੰ ਕਿਆ ਜ਼ਰੂਰਤ ਹੈ? ਇਹ ਕਿਸੇ ਨਦੀ ਦੇ ਕਿਨਾਰੇ ਜਾ ਕੇ, ਕਿਸੇ ਸਮੁੰਦਰ ਦੇ ਕਿਨਾਰੇ ਜਾ ਕੇ ਫੈਕਟਰੀ ਲਗਾਉਣ? ਇਹ ਸਾਡੇ ਇਲਾਕੇ 'ਚ ਕਿਉਂ ਆਏ? ਹੁਸ਼ਿਆਰਪੁਰ ਵਾਸੀਆਂ ਨੂੰ ਮੈਂ ਦੱਸਣਾ ਚਾਹੁੰਦਾ, ਸਾਡੇ ਇਲਾਕੇ ਦਾ ਪਾਣੀ ਦੁੱਧ ਵਰਗਾ ਹੈ। ਇਹ ਫੈਕਟਰੀ ਪਾਣੀ ਕੱਢੀ ਜਾਊਗੀ ਤਾਂ ਪਾਣੀ ਦੀ ਇੱਕ ਲਿਮਿਟ ਹੈਗੀ ਹੈ, ਪਾਣੀ ਅੰਦਰ ਆਉਣਾ ਕਿੱਥੋਂ ਹੈ? ਮੀਂਹ ਤਾਂ ਇੰਨੇ ਪੈ ਨਹੀਂ ਰਹੇ ਹੈ, ਬਾਰਿਸ਼ਾਂ ਪਹਿਲਾਂ ਹੀ 60% ਘੱਟ ਹੋ ਰਹੀਆਂ ਨੇ, ਅਤੇ ਪਾਣੀ ਥੱਲੇ ਉਹ ਆਉਣਾ ਕਿੱਥੋਂ ਹੈ? ਪਹਿਲਾਂ ਕਿਸਾਨਾਂ ਨੇ ਅਗਰ ਪਾਣੀ ਕੱਢਿਆ, ਅਗਰ ਅਸੀਂ ਆਪਣੇ ਯੂਜ਼ ਵਾਸਤੇ ਪਾਣੀ ਕੱਢਿਆ, ਅਤੇ ਜਿਹੜਾ ਪਾਣੀ ਅਸੀਂ ਕੱਢ ਲਿਆ, ਅਗਰ ਸਾਡੇ ਪਾਣੀ ਕੱਢਣ ਨਾਲ 15 ਫੁੱਟ ਤੋਂ 150 ਫੁੱਟ ਡੂੰਘਾ ਪਾਣੀ ਚਲਾ ਗਿਆ, ਇਸ ਫੈਕਟਰੀ ਨੇ ਤਾਂ ਰੋਜ਼ ਦਾ 1 ਕਰੋੜ ਲੀਟਰ ਪਾਣੀ ਕੱਢਣਾ ਹੈਗਾ। 1 ਲੀਟਰ ਕੋਕਾ ਕੋਲਾ ਬਣਾਉਣ ਵਾਸਤੇ ਲੋਕ ਇਹ ਕਹਿੰਦੇ 8 ਲੀਟਰ ਤੋਂ 35 ਲੀਟਰ ਤੱਕ ਲੋਕਾਂ ਦੀ ਸਟੇਟਮੈਂਟ ਹੈ ਕਿ ਪਾਣੀ ਲੱਗਦਾ 1 ਲੀਟਰ ਕੋਕਾ ਕੋਲਾ ਬਣਾਉਣ ਵਾਸਤੇ। ਦੂਜੀ ਗੱਲ, ਇਹ ਸਾਡੇ ਸਿਹਤ ਵਾਸਤੇ ਵੀ ਅੱਛੀ ਨਹੀਂ ਹੈਗੀ ਹੈ, ਠੀਕ ਹੈ ਜੀ। ਤੀਜੀ ਗੱਲ ਕਿ ਇਹ ਫੈਕਟਰੀ ਇੱਦਾਂ ਦੀ ਜਗ੍ਹਾ ਜਾ ਕੇ ਕਿਉਂ ਨਹੀਂ ਲੱਗਦੀ ਜਿੱਥੇ ਪਾਣੀ ਦਾ ਪੱਧਰ ਠੀਕ ਹੈ? ਆਸਾਮ ਦੇ ਵਿੱਚ ਜਾ ਕੇ, ਗੁਹਾਟੀ ਵਿੱਚ ਲਗਾ ਲੈਣ, ਗੁਹਾਟੀ ਵਿੱਚ ਤਾਂ ਲੋਕਾਂ ਨੇ ਫੈਕਟਰੀ ਬੰਦ ਕਰਵਾਤੀ। ਨਹੀਂ, ਦੂਜੇ ਪਾਸੇ ਕੀ ਤੁਸੀਂ ਕਦੀ ਇਸ ਦੇ ਝੋਨਾ ਲੱਗਦਾ ਜੀ? ਤਪਦੀ ਪਈ ਜ਼ਮੀਨ ਹੈਗੀ ਆ, ਉੱਥੇ ਝੋਨਾ ਲੱਗ ਰਿਹਾ, ਨਹਿਰਾਂ ਪੱਕੀਆਂ ਬਣਾਈ ਜਾਂਦੇ ਆ, ਉਹਦੇ ਕਰਕੇ ਜਿਹੜੀ ਆਸ ਪਾਸ ਸੇਮ ਜਿਹੜੀ ਹੈਗੀ ਆ ਖਤਮ ਹੁੰਦੀ ਜਾ ਰਹੀ ਹੈ, ਕਦੀ ਇੱਧਰਲੇ ਬਾਰੇ ਨਹੀਂ ਸੋਚਿਆ ਜੀ? ਸਾਡੀ ਅਦਾਲਤ ਚੱਲੇ, ਮੇਰਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਕੇਸ ਚੱਲਿਆ, ਉੱਥੇ ਸਾਰੀਆਂ ਬਹਿਸਾਂ ਹੋਈਆਂ। ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ ਝਿੜਕੇ ਖਾਧਾ ਜੱਜਾਂ ਕੋਲੋਂ, 5-5 ਜੱਜ ਬਹਿੰਦੇ ਸੀ, ਝਿੜਕੇ ਖਾਧੇ। ਮੈਂ ਵਕੀਲ ਤੋਂ ਪਹਿਲਾਂ ਉੱਠ ਕੇ ਬੋਲ ਦਿੱਤਾ, ਮੈਂ ਕਿਹਾ ਜੀ ਅੱਜ ਸਾਡੇ ਹੁਸ਼ਿਆਰਪੁਰ 'ਚ ਇੱਕ ਨਹਿਰ ਬਣੀ ਹੈ, ਇਹਨੂੰ 12 ਸਾਲ ਹੋ ਗਏ, ਰਾਜਨੀਤੀ ਦੇ ਕਾਰਨ ਮੈਂ ਕਿਹਾ ਅਕਾਲੀ ਬੀਜੇਪੀ ਸਰਕਾਰ ਨੇ ਇਹਨੂੰ ਚਾਲੂ ਨਹੀਂ ਕੀਤੀ, ਅਤੇ ਜੱਜ ਸਾਹਿਬ ਨੇ ਮੈਨੂੰ ਝਿੜਕਾ ਨਹੀਂ ਮਾਰਿਆ, ਉਹਨਾਂ ਨੇ ਪੰਜਾਬ ਸਰਕਾਰ ਨੂੰ ਪੁੱਛਿਆ, ਯੈਸ ਪੰਜਾਬ ਸਰਕਾਰ ਦੱਸੋ ਇਹ ਗੱਲ ਜੋ ਬੋਲ ਰਿਹਾ ਸਹੀ ਬੋਲ ਰਿਹਾ ਹੈ, ਤਾਂ ਇਹਨਾਂ ਨੇ ਜਵਾਬ ਨਹੀਂ ਦਿੱਤਾ, ਠੀਕ ਹੈ ਜੀ। ਇਹ ਗੱਲਾਂ ਉੱਥੇ ਵੀ ਉੱਠਦੀਆਂ ਰਹੀਆਂ, ਹਰ ਤਰ੍ਹਾਂ ਦੀ ਗੱਲ ਉੱਠੀ ਹੈ। ਮੇਰਾ ਸ਼ਰਮਾ ਜੀ ਬਾਰ ਬਾਰ ਕਹਿਣ ਦਾ ਮਤਲਬ ਇਹ ਹੈਗਾ ਕਿ ਸਾਡੇ ਸੁੰਦਰ ਸ਼ਾਮ ਅਰੋੜਾ ਜੀ 2014 ਵਿੱਚ ਵਿਧਾਨ ਸਭਾ ਦੇ ਵਿੱਚ ਫਲੋਰ ਆਫ ਦਾ ਹਾਊਸ ਇਹ ਪੁੱਛਦੇ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਕਿ ਪੰਜਾਬ ਦਾ ਪਾਣੀ ਖਰਾਬ ਹੋ ਰਿਹਾ, ਖਤਮ ਹੋ ਰਿਹਾ, ਤੁਸੀਂ ਕੀ ਕਰ ਰਹੇ ਹੋ? ਇਹ ਮੈਂ ਤੁਹਾਨੂੰ ਪ੍ਰੂਫ ਦੱਸਦਾ, ਠੀਕ ਹੈ ਜੀ। ਇਹ ਪੁੱਛਦੇ ਆ ਕਿ ਪੰਜਾਬ ਦਾ ਪਾਣੀ ਖਤਮ ਹੋ ਰਿਹਾ, ਤੁਸੀਂ ਕੀ ਕਰ ਰਹੇ ਹੋ? ਅਤੇ ਉਸ ਵੇਲੇ ਸੁੰਦਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਦੱਸਿਓ ਜੀ ਜ਼ਰਾ ਇਹਨਾਂ ਲੀਡਰ ਆਫ ਓਪੋਜੀਸ਼ਨ ਸੁਨੀਲ ਜਾਖੜ ਸਪੀਕਿੰਗ ਇਨ ਦਾ ਹਾਊਸ ਰਿਪਲਾਈਂਗ ਟੂ ਅ ਕੁਸਚਨ ਬਾਈ ਕਾਂਗਰਸ MLA ਸੁੰਦਰ ਸ਼ਾਮ ਅਰੋੜਾ, ਚੀਫ ਮਿਨਿਸਟਰ PS ਬਾਦਲ ਸੈਡ ਆ 2-ਮੈਂਬਰ ਕਮੇਟੀ ਆਫ ਸਾਇੰਟਿਸਟ ਕਮਿੰਗ ਫਰੋਮ ਨਿਊ ਦਿੱਲੀ ਟੂ ਸਟੱਡੀ ਦਾ ਇਸ਼ੂ। ਸੁੰਦਰ ਸ਼ਾਮ ਅਰੋੜਾ ਜਿਹੜੇ ਆ ਖੁਦ ਵਿਧਾਨ ਸਭਾ ਦੇ ਵਿੱਚ ਕੁਸਚਨ ਕਰ ਰਹੇ ਹੈਗੇ ਆ, ਜਦੋਂ ਓਪੋਜੀਸ਼ਨ ਸੀਗੀ ਅਤੇ ਇਹ ਕਾਂਗਰਸ ਦੇ ਅਤੇ ਓਪੋਜੀਸ਼ਨ ਬਾਦਲ ਸਾਹਿਬ ਨੂੰ ਇਹਨਾਂ ਨੇ ਕੀਤਾ ਕਿ ਤੁਸੀਂ ਜਿਹੜਾ ਹੈ ਪਾਣੀ ਦੀ ਸਾਂਭ ਸੰਭਾਲ ਲਈ ਕੀ ਕਰ ਰਹੇ ਹੋ ਜੀ, ਅਤੇ ਹੁਣ ਇਹ ਆਪ ਕੀ ਕਰਦੇ? ਇਹੀ ਤੁਹਾਡਾ ਸਵਾਲ ਹੈ? ਬਸ ਇਹੀ ਸਾਡੇ ਮਾਧਿਅਮ ਦੇ ਨਾਲ ਜਿਹੜਾ ਹੈਗਾ ਅਰੋੜਾ ਸਾਹਿਬ ਨੂੰ ਸਵਾਲ ਕਰੋ ਵੀ ਜਿਹੜਾ ਮੈਂ ਉਹਨਾਂ ਕੋਲ ਜਾ ਕੇ ਕਿਵੇਂ ਸਵਾਲ ਕਰਾਂਗਾ, ਤੁਸੀਂ ਮੈਨੂੰ ਦੱਸੋ। ਸਾਡੇ ਮਾਧਿਅਮ ਨਾਲ ਕਰੋ। ਮੈਂ ਕਰਦਾ ਕਿ ਸੁੰਦਰ ਸ਼ਾਮ ਅਰੋੜਾ ਜੀ, ਇਹ ਮੈਂ ਜਿਹੜੇ ਦਿੱਤੇ ਹੈਗੇ ਹੈ ਜਿਹੜੇ ਹੈਗੇ ਤੱਥ ਦਿੱਤੇ ਹੈ, ਔਰ ਜਿਹੜੇ ਮੈਂ ਪ੍ਰੂਫ ਦਿੱਤੇ ਹੈ, DC ਸਾਹਿਬ ਦੇ ਕੋਲ ਘੱਟੋ ਘੱਟ 15 ਪਏ ਹੋਣੇ ਹੈ, ਅਸੀਂ ਕੈਪਟਨ ਸਾਹਿਬ ਦੇ ਉੱਥੇ ਵੀ ਦਫ਼ਤਰ ਵੀ OST ਨੂੰ ਦੇ ਕੇ ਆਏ ਸੀਗੇ। ਮੈਂ ਕਹਿੰਦਾ ਕਿ ਤੁਸੀਂ ਜਦ 2014 ਵਿੱਚ ਪੰਜਾਬ ਦਾ ਪਾਣੀ ਖਰਾਬ ਵੀ ਹੋ ਰਿਹਾ ਸੀਗਾ, ਖਤਮ ਵੀ ਹੋ ਰਿਹਾ ਸੀਗਾ, ਇਹ ਕੋਕਾ ਕੋਲਾ ਨੇ ਪਾਣੀ ਠੀਕ ਕਰਨ ਆਈ ਹੈ? ਕੋਕਾ ਕੋਲਾ ਨੇ ਅੰਦਰ ਕਿਹੜਾ ਪਾਣੀ ਇੱਦਾਂ ਦਾ ਕੈਮੀਕਲ ਪਾਉਣਾ ਕਿ ਜਿਹੜਾ ਪੰਜਾਬ ਦਾ ਪਾਣੀ ਸ਼ੁੱਧ ਹੋ ਜਾਣਾ? ਦੂਜੀ ਗੱਲ ਜਿਹੜੀ ਤੁਸੀਂ ਪਹਿਲਾਂ ਵੀ ਪੁੱਛੀ ਸੀਗੀ ਕਿ ਇਸ ਫੈਕਟਰੀ ਦੇ ਲੋਕ ਇਹ ਕਹਿੰਦੇ ਆ ਕਿ ਅਸੀਂ ਆਉਂਦੇ ਜਾਂਦੇ ਪਾਣੀ ਪੀਦਾ ਹੈਗਾ, ਨਲਕੇ 'ਚੋਂ ਪਾਣੀ ਗੇੜ ਲੈਣਾ। ਮੈਂ ਇਹ ਕਹਿਣਾ ਚਾਹੁੰਦਾ ਕਿ ਕੋਕਾ ਕੋਲਾ ਪਾਣੀ ਨਹੀਂ ਬਣਾਉਂਦੀ ਪਈ ਹੈ, ਕੋਕ ਬਣਾ ਰਹੀ ਹੈ, ਕੋਕ ਗੇੜਨੇ ਨਾਲ ਥੱਲਿਓਂ ਨਹੀਂ ਆਉਣਾ ਪਾਣੀ। ਦੂਜਾ, ਨਲਕੇ 400-400 ਫੁੱਟ ਡੂੰਘੇ ਨਹੀਂ ਲੱਗਦੇ, ਠੀਕ ਹੈ ਜੀ। ਸਾਡੇ ਇਲਾਕੇ ਦੇ ਵਿੱਚ ਇੱਥੇ ਛਵੀਲਾਂ ਲੱਗਦੀਆਂ, ਪੰਜਾਬ ਕਿਹਾ ਜਾਂਦਾ, ਪੰਜ ਦਰਿਆਵਾਂ ਦੀ ਧਰਤੀ। ਅੱਜ ਪੰਜ ਦਰਿਆਵਾਂ ਦੀ ਧਰਤੀ ਪਿਆਸੀ ਕਿਉਂ ਹੋ ਗਈ? ਜਿਹੜੇ ਲੋਕ ਕੁਐਸਚਨ ਕਰਦੇ ਉਹ ਇਹ ਕਿਉਂ ਨਹੀਂ ਸੋਚਦੇ ਕਿ 15 ਫੁੱਟ ਦਾ ਪਾਣੀ 150 ਫੁੱਟ ਡੂੰਘਾ ਕਿੱਦਾਂ ਚਲਾ ਗਿਆ? ਸਰ ਇੱਕ ਸਵਾਲ ਹੈਗਾ ਜੀ,
ਜਿਹੜੇ ਲੋਕ ਇੰਨੇ ਵੱਡੇ ਵੱਡੇ ਸਾਇੰਟਿਸਟ ਹੈਗੇ ਆ, ਪੜ੍ਹੇ ਲਿਖੇ ਹੈਗੇ ਆ, ਟੀਚਰਸ ਹੈਗੇ ਆ, ਉਹ ਕੋਕਾ ਕੋਲਾ ਪੀਂਦੇ ਆ, ਉਹ ਲੋਕ ਮੂਰਖ ਹੈਗੇ? ਤੁਸੀਂ ਕਹਿੰਦੇ ਕਿ ਕੋਕਾ ਕੋਲਾ ਇੱਕ ਇੱਕ ਤਰ੍ਹਾਂ ਦੀ ਖਰਾਬ ਚੀਜ਼ ਹੈਗੀ ਆ, ਬਿਮਾਰੀ ਹੈਗੀ ਆ, ਉਹ ਤੁਸੀਂ ਉਹ ਕਿਉਂ ਪੀ ਰਹੇ ਆ ਜੇ ਤੁਸੀਂ ਇੰਨੀ ਗੱਲ ਕਹਿ ਰਹੇ ਹੋ? ਮੈਂ ਦੱਸ ਦਿੰਦਾ ਜੀ, ਦੇਖੋ ਉਹਨਾਂ ਨੇ ਇੰਨੀ ਕੁ ਐਡ ਕੀਤੀ ਕਿ ਬਚਪਨ ਤੋਂ ਹੀ ਸਾਨੂੰ ਇਹ ਆਦਤ ਹੋ ਜਾਂਦੀ ਕਿ ਅਸੀਂ ਕੋਕ, ਉਸ ਜਿਹੜਾ ਕਾਰਬੋਨੇਟਡ ਡਰਿੰਕ ਹੈ ਉਹਦਾ, ਉਹ ਇੱਕ ਸਾਨੂੰ ਸਵਾਦ ਲੱਗ ਜਾਂਦਾ ਹੈਗਾ। ਠੀਕ ਹੈ ਜੀ, ਸਾਨੂੰ ਸਵਾਦ ਲੱਗ ਜਾਂਦਾ, ਕਦੇ ਸਾਡੇ ਢਿੱਡ 'ਚ ਗੈਸ ਬਣਦੀ ਅਤੇ ਅਸੀਂ ਉਹਨੂੰ ਪੀ ਲੈਂਦੇ ਹਾਂ, ਸਾਨੂੰ ਇੱਕ ਡਕਾਰ ਜਿਹਾ ਆਉਂਦਾ, ਉਹ ਡਕਾਰ ਸਹੀ ਨਹੀਂ ਹੈਗਾ, ਉਹ ਤਾਂ ਡਕਾਰ ਜਿਹੜੀ ਓਵਰ ਗੈਸ ਸਾਨੂੰ ਦੀ ਉਹ ਹੋ ਜਾਂਦੀ ਹੈ। ਮੈਂ ਇਹ ਕਹਿੰਦਾ ਬਾਬਾ ਰਾਮਦੇਵ ਜੀ, ਉਹਨਾਂ 'ਤੇ ਇਲਜ਼ਾਮ ਵੀ ਲਗਾਉਣਾ ਚਾਹੁੰਦਾ ਕਿ ਉਹਨਾਂ ਨੂੰ ਵੀ ਮੈਂ 2-3 ਵਾਰੀ ਟਵੀਟ ਕੀਤਾ ਕਿ ਬਾਬਾ ਰਾਮਦੇਵ ਜੀ ਕਹਿੰਦੇ ਸੀਗੇ ਟੋਇਲਟ ਕਲੀਨਰ ਹੈ, ਅੱਜ ਉਹ ਕਿਉਂ ਨਹੀਂ ਬੋਲਦੇ ਸਾਡੇ ਸੰਘਰਸ਼ ਵਿੱਚ? ਉਹਨਾਂ ਨੂੰ ਮੈਂ ਟਵੀਟ ਕੀਤਾ, ਉਹਨਾਂ ਦਾ ਇੱਕ ਤਰਾਜ ਵਾਲਾ ਕਰਕੇ ਉਹਨਾਂ ਦਾ ਪ੍ਰਵਕਤਾ ਹੈਗਾ, ਉਹਨੂੰ ਮੈਂ ਕਈ ਕਈ ਵਾਰ ਟਵੀਟ ਕੀਤਾ, ਅੱਗੇ ਮੇਰੀ ਕਈ ਟਵੀਟਾਂ ਦਾ ਜਵਾਬ ਆਏ ਹੈ, ਹੁਣ ਕਿਉਂ ਨਹੀਂ ਆ ਰਹੇ ਹੈ? ਕਿਉਂਕਿ ਸਾਰੇ ਬੰਦੇ ਜਿਸਲੇ ਸਰਮਾਏਦਾਰ ਬਣ ਜਾਂਦੇ ਉਹਨਾਂ ਦੀ ਸੋਚ ਬਦਲ ਜਾਂਦੀ ਹੈਗੀ। ਮੈਂ ਕਹਿੰਦਾ ਗੰਗਾ ਦੇ ਕਿਨਾਰੇ ਜਾ ਕੇ ਫੈਕਟਰੀ ਕਿਉਂ ਨਹੀਂ ਲਗਾਈ ਇਹਨਾਂ ਨੇ? ਪਾਣੀ ਬੜਾ ਸ਼ੁੱਧ ਆ ਉੱਥੇ। ਰਾਣਾ ਜੀ, ਇਹ ਇੰਨਾ ਤਾਂ ਮੰਨਦੇ ਉਹਨਾਂ ਵਿੱਚ, ਚਾਹੇ ਫੈਕਟਰੀਆਂ ਜਿਹੜੀਆਂ ਹੈਗੀਆਂ, ਜਿੰਨੀਆਂ ਵੀ ਇੱਦਾਂ ਦੀਆਂ ਫੈਕਟਰੀਆਂ ਹੈਗੀਆਂ, ਇਹ ਰੋਜ਼ਗਾਰ 'ਤੇ ਮਿਲਦਾ ਹੈ, ਚਾਹੇ ਯੂਪੀ ਨੂੰ ਮਿਲਦਾ, ਬਿਹਾਰ ਨੂੰ ਮਿਲਦਾ, ਪੰਜਾਬ ਨੂੰ ਮਿਲਦਾ, ਰੋਜ਼ਗਾਰ 'ਤੇ ਮਿਲ ਰਿਹਾ ਧਰਤੀ ਪੁੱਤਰਾਂ ਨੂੰ। ਮੈਂ ਕਹਿੰਦਾ ਰੋਜ਼ਗਾਰ ਤਾਂ ਸਾਡੇ ਮੁੰਡਿਆਂ ਨੂੰ ਚਾਹੀਦਾ, ਪਹਿਲੀ ਗੱਲ। ਦੂਜੀ, ਮੈਂ ਫਿਰ ਕਹਿੰਦਾ ਕਿ ਸਾਨੂੰ ਪੰਜਾਬ ਦੇ ਵਿੱਚ ਇੱਦਾਂ ਦੀ ਇੰਡਸਟਰੀ ਨਹੀਂ ਚਾਹੀਦੀ ਹੈਗੀ ਜਿਹੜੀ 30% ਤੋਂ ਪਾਣੀ ਪਰ ਡਿਪੈਂਡ ਹੋਵੇ, ਕਿਉਂਕਿ ਅਗਰ ਪਾਣੀ ਮੁੱਕ ਗਿਆ ਸ਼ਰਮਾ ਜੀ, ਫਿਰ ਰਹੇਗਾ ਕਿਆ? ਅੱਜ ਤੁਸੀਂ ਰਾਜਸਥਾਨ ਦੇ ਜੈਸਲਮੇਰ ਚੱਲ ਜਾਓ, ਤੁਹਾਨੂੰ ਮੈਨੂੰ ਲੱਗਦਾ 2,500 ਰੁਪਇਆ ਕਿੱਲਾ ਜ਼ਮੀਨ ਮੁਹੱਈਆ ਹੋ ਜਾਣੀ ਹੈ, ਪਰ ਉਹ ਜ਼ਮੀਨ ਤੁਸੀਂ ਕੀ ਕਰੋਗੇ ਜੇ ਤਾਂ ਕੁਛ ਹੋਣਾ ਹੀ ਨਹੀਂ ਹੈਗਾ? ਅਤੇ ਸਾਡੇ ਤਾਂ ਜਿਹੜਾ ਪੰਜਾਬ ਹੈਗਾ, ਇਹਨੂੰ ਬ੍ਰੈਡ ਬਾਸਕਿਟ ਆਫ ਇੰਡੀਆ ਕਿਹਾ ਗਿਆ ਹੈਗਾ, ਸੋਲ ਆਫ ਇੰਡੀਆ ਕਿਹਾ ਗਿਆ ਹੈਗਾ, ਇਹਨੂੰ ਬਰਬਾਦ ਕੀਤਾ ਜਾ ਰਿਹਾ ਹੈਗਾ। ਰਾਣਾ ਜੀ, ਜਿਸ ਸੂਬੇ ਦੀ ਤੁਸੀਂ ਉਹਨੇ ਗੱਲ ਕਰਕੇ ਹਟੇ ਹੋ ਵੀ 2,50,000 ਰੁਪਏ ਨੂੰ ਕਿੱਲਾ ਜਿਹੜਾ ਹੈਗਾ ਮਿਲਦਾ, ਬੇਆਵਾਜ ਜ਼ਮੀਨਾਂ ਹੋ ਗਈਆਂ ਪਾਣੀ ਦੇ ਕਾਰਨ, ਪਰ ਸਾਨੂੰ ਇਸ ਗੱਲ ਦਾ ਮਾਣ ਵੀ ਹੈਗਾ ਕਿ ਸਾਡੇ ਹੀ ਪੰਜਾਬੀਆਂ ਨੇ ਉੱਥੇ ਜਾ ਕੇ 2,50,000 ਰੁਪਏ ਨੂੰ ਕਿੱਲਾ ਲੈ ਕੇ ਅੱਜ ਉਹ ਜ਼ਮੀਨਾਂ ਜਿਹੜੀਆਂ ਬੇ ਆਬਾਦ ਸੀਗੀਆਂ ਉਹ ਆਬਾਦ ਵੀ ਕਰਕੇ ਰੱਖ ਦਿੱਤੀਆਂ। ਉਹ ਤੇ SYL ਦੀ ਨਹਿਰ ਪਹੁੰਚੀ, ਦੇਖੋ ਜੀ ਉਹ ਤੇ SYL ਦਾ ਪਾਣੀ ਪਹੁੰਚਿਆ ਤਾਂ ਹੋਈਆਂ, ਪਰ ਜੈਸਲਮੇਰ 'ਚ ਤੇ ਕਿਸੇ ਨੇ ਆਬਾਦ ਨਹੀਂ ਕੀਤੀ। ਜੈਸਲਮੇਰ 'ਤੇ ਅੱਜ ਵੀ ਮਿੱਟੀ ਉੱਦਾਂ ਹੀ ਹੈ, ਮੈਂ ਜੈਸਲਮੇਰ ਦੀ ਗੱਲ ਕਰ ਰਿਹਾ। ਉੱਥੇ ਕਦੀ ਕਹਿੰਦੇ ਹੈਗੇ ਕਿ ਉੱਥੇ ਕਦੀ ਸਰਸਵਤੀ ਨਦੀ ਵਹਿੰਦੀ ਸੀਗੀ, ਉਹ ਲੁਪਤ ਹੋ ਗਈ। ਜਿਸ ਵੇਲੇ ਕਰਨ 'ਤੇ ਆ ਜਾਂਦੇ ਡਵਈ, ਅੱਜ ਦਾ ਅੱਜ ਤੋਂ 25-30 ਸਾਲ ਪਹਿਲਾਂ ਡਵਈ ਜਿਹੜਾ ਹੈਗਾ ਅੱਜ ਡਵਈ ਨਹੀਂ ਰਿਹਾ ਹੈਗਾ। ਜਿਸ ਜਗ੍ਹਾ ਦੇ ਉੱਤੇ ਕਦੀ ਬਾਰਿਸ਼ ਨਹੀਂ ਸੀਗੀ ਹੁੰਦੀ, ਟੈਂਪਰੇਚਰ ਜਿਹੜਾ ਹੈਗਾ ਬਹੁਤ ਜ਼ਿਆਦਾ ਹਾਈ ਹੁੰਦਾ ਸੀਗਾ, ਇਸ ਵੇਲੇ ਹਰਾ ਭਰਾ ਹੋਇਆ ਪਿਆ ਹੈਗਾ। ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਟੂਰਿਜ਼ਮ ਸਭ ਤੋਂ ਵੱਧ ਜਿਹੜਾ ਹੈਗਾ ਡਵਈ ਦੇ ਵਿੱਚ ਹੋ ਰਿਹਾ ਹੈਗਾ, ਬਾਰਿਸ਼ਾਂ ਵੀ ਹੁੰਦੀਆਂ ਹੈਗੀਆਂ, ਹਰਾ ਭਰਾ ਹੋ ਗਿਆ। ਅਗਰ ਸਾਰੇ ਜਾਣੇ ਇਸ ਤਰ੍ਹਾਂ ਮਿਹਨਤ ਕਰਨ ਤਾਂ ਮੇਰਾ ਖਿਆਲ ਆ ਕੋਈ ਐਡੀ ਵੱਡੀ ਕੋਈ ਗੱਲ ਨਹੀਂ ਹੈਗੀ, ਸਭ ਕੁਛ ਹੋ ਸਕਦਾ। ਸ਼ਰਮਾ ਜੀ, ਹੁਸ਼ਿਆਰਪੁਰ ਨੂੰ ਛੋਟੀ ਕਾਸ਼ੀ ਕਿਹਾ ਜਾਂਦਾ, ਛੋਟੀ ਕਾਸ਼ੀ ਜਿੰਨੀ ਕੁ ਮੈਨੂੰ ਜਾਣਕਾਰੀ ਹੈ। ਔਰ ਮਹਾਂਭਾਰਤ ਦੇ ਨਾਲ ਜੁੜੇ ਘੱਟੋ ਘੱਟ ਇੱਥੇ 10 ਜਾਂ 15 ਪਰੂਫ ਹੈਗੇ ਜੀ। ਇਹਨੂੰ ਟੂਰਿਜ਼ਮ ਦੇ ਨਾਂ 'ਤੇ ਕਿਉਂ ਨਹੀਂ ਡਿਵੈਲਪ ਕਰਦੇ? ਟੂਰਿਜ਼ਮ ਨੂੰ ਤੁਸੀਂ ਡਿਵੈਲਪ ਕਰੋ, ਤੁਸੀਂ ਇੱਦਾਂ ਦੀਆਂ ਔਰ ਦੂਜੀ ਗੱਲ, ਤੁਸੀਂ ਉੱਧਰ ਜਾ ਕੇ ਦੇਖੋ ਇਸ ਕੋਕਾ ਕੋਲਾ ਫੈਕਟਰੀ ਦੇ ਨਾਲ ਉੱਥੇ ਕਿੰਨੀ ਪ੍ਰੋਬਲਮ ਹੋ ਰਹੀ ਹੈ, ਜਾਮ ਲੱਗ ਜਾਂਦਾ ਪਿਆ, ਇੱਕ ਗੱਡੀ ਐਟ ਅ ਟਾਈਮ ਕ੍ਰੋਸ ਨਹੀਂ ਹੋ ਸਕਦੀ ਪਈ ਹੈ। ਇਹਨਾਂ ਨੇ ਇੱਦਾਂ ਦੇ ਜੰਗਲ 'ਚ ਫੈਕਟਰੀ ਕਿਉਂ ਲਗਾਈ? ਮੈਂ ਤੁਹਾਨੂੰ ਦੱਸਦਾ, ਬੀਜੇਪੀ ਦੇ ਇੱਕ ਮੇਰੇ ਮਿੱਤਰ ਹੈ, ਉਹ ਪਿਛਲੀ ਵਾਰ ਕਿਤੇ ਲੁਧਿਆਣੇ ਗਏ ਜੀ। ਉਹ ਕਹਿੰਦੇ ਕਿ ਉਸ ਮੀਟਿੰਗ ਦੇ ਵਿੱਚ ਇਹਨਾਂ ਦੇ ਕੋਈ ਆਦਮੀ ਆਏ ਹੋਏ ਸੀਗੇ, ਉਹ ਵੀ ਕੋਈ ਮੈਂਬਰ ਹੋਣਗੇ ਬੀਜੇਪੀ ਦੇ ਸੰਘ ਦੇ, ਕਿਸਾਨ ਸੰਘ ਦੇ। ਉਹਨਾਂ ਨੇ ਪੁੱਛਿਆ ਕਿ ਯਾਰ ਤੁਸੀਂ ਇੱਦਾਂ ਦੀ ਫੈਕਟਰੀ ਸਾਡੇ ਇਲਾਕੇ 'ਚ ਲਾ ਦਿੱਤੀ? ਉਹ ਕਹਿੰਦੇ ਯਾਰ ਉਹ ਫੈਕਟਰੀ ਉੱਥੇ ਅਸੀਂ ਤਾਂ ਲਗਾਈ ਹੈ ਕਿ ਤੁਹਾਡੇ ਇਲਾਕੇ ਦਾ ਜਿੱਥੇ ਫੈਕਟਰੀ ਲੱਗੀ ਹੈ ਉਹਦਾ 10 ਕਿਲੋਮੀਟਰ ਨੀਚੇ ਜਿਹੜਾ ਐਕੁਆ ਫਾਇਰ ਹੈ ਪਾਣੀ ਦਾ, ਉਹ ਬਹੁਤ ਵਧੀਆ ਹੈਗਾ। ਜਿੱਥੇ ਸਾਡਾ 800 ਕਰੋੜ ਰੁਪਏ ਦੀ ਮਸ਼ੀਨਰੀ ਲੱਗਣੀ ਸੀਗੀ ਉੱਥੇ 200 ਕਰੋੜ ਨਾਲ ਹੀ ਸਾਡਾ ਕੰਮ ਹੋ ਗਿਆ। ਮਤਲਬ ਅਗਰ ਤੁਸੀਂ ਨਦੀ ਦੇ ਕਿਨਾਰੇ ਫੈਕਟਰੀ ਲਗਾਓਗੇ ਤਾਂ ਤੁਹਾਡਾ 800 ਕਰੋੜ ਰੁਪਈਆ ਲੱਗਣਾ ਸੀਗਾ, ਪਰ ਇੱਥੇ ਦਾ ਪਾਣੀ ਵਧੀਆ, ਇਹਨੇ 'ਚ ਕੰਮ ਹੋ ਜਾਣਾ। ਤੀਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ, ਉਹ ਵਧੀਆ ਪਾਣੀ ਜਿਹੜਾ ਹੈ ਵਧੀਆ ਪਾਣੀ ਕੋਕ ਨੂੰ ਹੁਣ ਕੋਕ ਦੇ ਰੂਪ ਦੇ ਵਿੱਚ ਸਾਨੂੰ ਪੀਣ ਨੂੰ ਮਿਲੂਗਾ? ਨਹੀਂ ਜੀ, ਅਸੀਂ ਉਹਦੇ 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 ਵਾਸਤੇ ਸ਼ਰਮਾ ਜੀ, ਪਾਣੀ ਬਰਬਾਦ ਕਿੰਨਾ ਹੋਊਗਾ? ਕੋਕ ਤੇ ਸਾਨੂੰ ਬਿਮਾਰੀ ਦਾ ਘਰ ਹੈ। ਮੈਂ ਕਹਿੰਦਾ ਕੋਈ ਡਾਕਟਰ ਮੈਨੂੰ ਬੋਲ ਦੇਵੇ, ਮੈਂ ਫਿਰ ਹੁਸ਼ਿਆਰਪੁਰ ਵਾਸੀਆਂ ਨੂੰ ਕਹਿਣਾ ਚਾਹੁੰਦਾ, ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਸਾਇੰਟਿਸਟ ਨੂੰ ਬੁਲਾ ਲਓ ਤੁਸੀਂ, ਮੇਰੀ ਉਹਨਾਂ ਨਾਲ ਪਰਸਨਲ ਗੱਲਾਂ ਹੁੰਦੀਆਂ। ਉਹ ਕਹਿੰਦੇ ਅਸੀਂ ਪੰਜਾਬ ਸਰਕਾਰ ਨੂੰ ਬਹੁਤ ਬੋਲਦੇ ਹਾਂ, ਇਹ ਸਾਡੀ ਗੱਲ ਨਹੀਂ ਮੰਨਦੇ ਪਏ। ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਚੇਅਰਮੈਨ ਨੂੰ ਬੁਲਾ ਲਓ ਔਰ ਏਮਸ ਦੇ ਡਾਕਟਰਾਂ ਨੂੰ ਬੁਲਾ ਲਓ, ਏਮਸ ਦੇ ਡਾਕਟਰ ਕਹਿ ਦੇਣਗੇ ਸਿਹਤ ਵਾਸਤੇ ਅੱਛੀ ਹੈ, ਔਰ ਸੈਂਟਰਲ ਗਰਾਊਂਡ ਵਾਟਰ ਬੋਰਡ ਇਹ ਕਹਿ ਦੇਵੇ ਕਿ ਇਹਦੇ ਕਾਰਨ ਥੱਲੜਾ ਧਰਤੀ ਹੇਠਲੇ ਪਾਣੀ ਦੇ ਲੇਵਲ ਨੂੰ ਕੋਈ ਫਰਕ ਨਹੀਂ ਪੈਣਾ। ਮੈਂ ਅੱਜ ਹੀ ਅੰਦੋਲਨ ਵਾਪਸ ਲਵਾਂਗਾ, ਜੋ ਮੈਨੂੰ ਜੁਰਮਾਨਾ ਹੁਸ਼ਿਆਰਪੁਰ ਵਾਸੀ ਕਹਿਣਗੇ ਮੈਂ ਉਹ ਦੇਵਾਂਗਾ। ਸਰ, ਇੱਕ ਨਾ ਸਵਾਲ ਹੈਗਾ ਜੀ, ਸੰਜੀਵ ਸਰਿਆਲ ਜੀ ਹੈਗੇ ਆ, ਸੰਦੀਪ ਸਰਿਆਲ ਚੌਧਰੀ, ਇਹ ਪੁੱਛ ਰਿਹਾ ਕਹਿੰਦੇ ਕਿ ਤੁਸੀਂ ਇਹ ਜੋ ਵੀ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਆ
ਜਾਂ ਕਿਸੇ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆ, ਇਹ ਸਿਰਫ ਤੁਹਾਡਾ ਇੱਕ ਪਬਲਿਸਿਟੀ ਸਟੰਟ ਹੈਗਾ ਆ, ਇਹਦੇ ਬਾਰੇ ਸਰ ਤੁਸੀਂ ਕੀ ਕਹੋ? ਬਿਲਕੁਲ ਬਿਲਕੁਲ ਹੋ ਸਕਦਾ ਤੁਹਾਡੀ ਇਹ ਸੋਚ ਹੋਏਗੀ, ਪਰ ਭਰਾ ਜੀ ਮੈਨੂੰ ਤੁਸੀਂ ਦੱਸ ਦਿਓ ਕਿ ਮੈਂ ਇਹਦੇ ਵਾਸਤੇ ਪਬਲਿਸਿਟੀ ਸਟੰਟ ਵਾਸਤੇ ਕੀਤਾ ਕੀ ਹੈਗਾ? ਮੈਂ ਕਦੀ ਜ਼ਿਆਦਾ ਗੱਲ ਨੂੰ ਵਧਾ ਚੜਾ ਕੇ ਦੱਸਿਆ ਹੋਵੇ? ਮੈਂ ਨੋਰਮਲ ਜਿਹਾ ਕਦੀ ਕਦੀ ਪ੍ਰੈਸ ਨੋਟ ਬਣਾਉਣਾ ਭੇਜ ਦਿੰਦਾ। 41 ਦਿਨ ਮੇਰਾ ਧਰਨਾ ਚੱਲਿਆ ਉੱਥੇ ਜੀ, ਮੇਰੇ ਨਾਲ ਪੁਲਿਸ ਨੇ ਜ਼ਿਆਦਤੀਆਂ ਕੀਤੀਆਂ, ਕਿੰਨੀਆਂ ਕੁ ਮੈਂ ਅਖਬਾਰਾਂ 'ਚ ਦੇ ਦਿੱਤਾ ਹੈਗਾ। ਮੈਂ ਚੁੱਪਚਾਪ ਆਪਣੇ ਕੰਮ ਨੂੰ ਲੱਗਾ ਹੈ, ਪਰ ਜਿੰਨੀ ਕੁ ਜਾਗਰੂਕਤਾ ਫੈਲਾਉਣੀ ਚਾਹੀਦੀ, ਜਿੱਦਾਂ ਸ਼ਰਮਾ ਜੀ ਨੇ ਕਿਹਾ ਕਿ ਮੀਡੀਆ ਪੂਰੀ ਜਾਗਰੂਕਤਾ ਫੈਲਾਏਗਾ, ਮੈਂ ਉਨਾ ਕੀ ਦੱਸਦਾ ਹੈਗਾ। ਪਬਲਿਕ ਕਲੀ ਤੁਹਾਨੂੰ ਸਟੰਟ ਲੱਗਦਾ ਤੇ ਮੇਰੇ ਵੀਰ ਤੁਸੀਂ ਆਪਾ ਜਾਓ, ਮੇਰੇ ਨਾਲ ਚੱਲੋ, ਅੱਗੇ ਹੋ ਕੇ ਚੱਲੋ। ਮੈਨੂੰ ਅਖਬਾਰਾਂ 'ਚ ਫੋਟੋ ਛਪਾਉਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਮੈਂ ਇੱਦਾਂ ਦੇ ਪੰਗੇ ਲਏ। ਮੈਂ ਤਾਂ ਆਪ ਨਹੀਂ ਚਾਹੁੰਦਾ ਕਿ ਮੈਂ ਸਾਹਮਣੇ ਆਵਾਂ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਮੇਰੀ ਗੱਡੀ 'ਚ 2 ਵਾਰੀ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ, ਉਹ 'ਤੇ ਪੁਲਿਸ ਨੇ ਐਕਸ਼ਨ ਨਹੀਂ ਲਿਆ ਅਤੇ ਮੇਰੇ ਧਰਨੇ ਦੇ ਖਿਲਾਫ ਚੱਕ ਕੇ ਮੈਨੂੰ ਅੰਦਰ ਕਰ ਦਿੱਤਾ। ਮੈਂ ਆਪਣੇ ਮਿੱਤਰ ਨੂੰ ਵੀ ਦੱਸਣਾ ਚਾਹੁੰਦਾ ਹੈਗਾ ਕਿ ਜੇ ਇਹ ਪਬਲਿਕਲੀ ਇਹਨਾਂ ਨੂੰ ਜਿਹੜਾ ਹੈਗਾ ਫੇਮਸ ਹੋਣ ਦਾ ਅਗਰ ਕੋਈ ਸ਼ੌਕ ਹੁੰਦਾ, ਤਾਂ ਪਰਸਨਲੀ ਮੈਂ ਤਕਰੀਬਨ 3 ਵਾਰੀ ਇਹਨਾਂ ਨੂੰ ਫੋਨ ਕਰਕੇ, ਜਿਹੜਾ 3 ਦਿਨਾਂ ਤੋਂ ਮੈਂ ਲਗਾਤਾਰ ਲੱਗਾ ਆਇਆ ਸੀਗਾ ਇਹਨਾਂ ਨਾਲ ਗੱਲਬਾਤ ਕਰਨ 'ਤੇ, ਅਤੇ ਅੱਜ ਇਹਨਾਂ ਦੇ ਕੋਲੋਂ ਮੈਂ ਟਾਈਮ ਲਿਆ ਹੈਗਾ। ਵਾ ਮੈਂ ਖੁਦ ਇਹਨਾਂ ਨੂੰ ਬੁਲਾਇਆ, ਨਾ ਕਿ ਇਹ ਜਿਹੜੇ ਆ ਸਾਡੇ ਕੋਲ, ਇਹਨਾਂ ਨੇ ਮੈਨੂੰ ਅਪਰੋਚ ਕੀਤਾ, ਮੈਂ ਖੁਦ ਅਪਰੋਚ ਕਰਕੇ ਇਹਨਾਂ ਨੂੰ ਇੱਥੇ ਬੁਲਾਇਆ, ਕਿਉਂਕਿ ਜਿਹੜੀ ਇਹ ਮੁਹਿੰਮ ਜਿਹੜੀ ਇਹ ਇਸ ਵੇਲੇ ਚਲਾ ਰਹੇ ਹੈਗੇ, ਇਹ ਸਾਰਿਆਂ ਦੇ ਵਾਸਤੇ ਹੀ ਹੈਗੀ ਆ ਤਕਰੀਬਨ ਇਹ। ਪਰ ਇਹਨੂੰ ਸਾਨੂੰ ਸੋਚਣਾ ਪਏਗਾ, ਵਿਚਾਰ ਕਰਨਾ ਪਏਗਾ, ਦੋਨੋਂ ਪਹਿਲੂ ਜਿਹੜੇ ਹੈਗੇ ਇਹਦੇ, ਇੱਕ ਤਾਂ ਜਿਹੜੇ ਪਾਣੀ ਦੀ ਬਰਬਾਦੀ ਹੋ ਰਹੀ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ, ਦੂਸਰਾ ਜਿਹੜਾ ਹੈਗਾ ਅਗਰ ਫੈਕਟਰੀਆਂ ਨੂੰ ਆਪਾਂ ਇਸ ਤਰ੍ਹਾਂ ਤਾਲੇ ਲਗਵਾ ਦੇਵਾਂਗੇ ਤਾਂ ਰੋਜ਼ਗਾਰ ਜਿਹੜਾ ਸਾਡੇ ਇਲਾਕੇ ਦੇ ਲੋਕਾਂ ਨੂੰ ਮਿਲਣ ਵਾਲਾ ਹੈਗਾ, ਰੋਜ਼ਗਾਰ ਜਿਹੜਾ ਹੈਗਾ ਨਹੀਂ ਮਿਲੇਗਾ। ਸਾਨੂੰ ਰਲ ਮਿਲ ਕੇ ਇਹੋ ਜਿਹਾ ਜਿਹੜਾ ਹੈਗਾ ਕੋਈ ਢੰਗ ਅਪਣਾਉਣਾ ਚਾਹੀਦਾ ਹੈਗਾ, ਜਿਹਦੇ ਨਾਲ ਦੋਨੋਂ ਸਮੱਸਿਆ ਦੇ ਵਿੱਚੋਂ ਬਾਹਰ ਨਿਕਲ ਕੇ ਕੋਈ ਅੱਛਾ ਜਿਹੜਾ ਹੈਗਾ ਆਪਾਂ ਕੋਈ ਪ੍ਰਯਾਸ ਕਰ ਸਕੀਏ। ਕਿਉਂ ਰਾਣਾ ਜੀ, ਮੇਰੀ ਗੱਲ 'ਤੇ ਸਹਿਮਤ ਹੈ? ਮੈਂ ਤੁਹਾਡੀ ਗੱਲ 'ਤੇ ਥੋੜ੍ਹਾ ਜਿਹਾ ਸਹਿਮਤ ਹੈ, ਉਹ ਇਸ ਕਰਕੇ ਕਿ ਮੈਂ ਕਹਿੰਦਾ ਕਿ ਰੋਜ਼ਗਾਰ ਦੀ ਆਪਾਂ ਗੱਲ ਕਰਨੇ ਨਾ ਜੀ, ਇਹ ਕੋਕਾ ਕੋਲਾ ਦਾ ਰੋਜ਼ਗਾਰ ਅਸੀਂ ਇੱਦਾਂ ਦਾ ਕਿਆ ਕਰਾਂਗੇ ਕਿ ਅਗਰ 15 ਬੰਦਿਆਂ ਨੂੰ ਨੌਕਰੀ ਮਿਲ ਵੀ ਗਈ, ਮੈਂ ਦੋ ਗੱਲਾਂ ਕਰਨੀਆਂ, ਅਗਰ 15 ਬੰਦਿਆਂ ਨੂੰ ਨੌਕਰੀ ਮਿਲ ਵੀ ਗਈ ਤਾਂ 35,000 ਬੰਦੇ ਦਾ ਪਾਣੀ ਚੋਰੀ ਕਰਕੇ ਲੈ ਗਏ ਹੋ, ਇੱਕ ਗੱਲ। ਦੂਜੀ ਗੱਲ ਤੁਸੀਂ ਕੀਤੀ ਰੋਜ਼ਗਾਰ ਦੀ, ਅਤੇ ਤੁਸੀਂ ਆਪ ਸ਼ਰਮਾ ਜੀ ਕੱਲ੍ਹ ਟਾਈਮ ਕੱਢ ਲਿਓ, ਮੇਰੇ ਨਾਲ ਚੱਲ ਪਿਓ ਪਿੰਡਾਂ ਵਿੱਚ, ਮੁੰਡਿਆਂ ਨੇ ਉੱਥੇ ਨੌਕਰੀ ਛੱਡ ਦਿੱਤੀ ਜੀ। ਉਹ ਕਿਉਂ ਛੱਡਤੀ? ਮੈਂ ਤੁਹਾਨੂੰ ਦੱਸਦਾ, 7,000 ਰੁਪਏ ਦੇ ਵਿੱਚ 12 ਘੰਟੇ ਉਹਨਾਂ ਕੋਲੋਂ ਕੰਮ ਲੈਂਦੇ ਪਏ ਹੈ, ਔਰ ਇੰਨੇ ਭਿਆਨਕ ਤਰੀਕੇ ਨਾਲ ਕੰਮ ਲੈਂਦੇ ਕਿ ਮੁੰਡੇ ਆਪਣੇ ਆਪ ਕੰਮ ਛੱਡ ਕੇ ਜਾਣ। ਠੀਕ ਹੈ ਜੀ। ਦੂਜੀ ਗੱਲ, ਇੱਕ ਮੁੰਡੇ ਨੂੰ ਉੱਥੇ ਨੌਕਰੀ ਮਿਲੀ ਸੀਗੀ ਵਿਚਾਰੇ ਨੂੰ, ਬੀਟੈਕ ਕੀਤੀ ਹੋਈ, ਉਹਨੂੰ ਕਹਿੰਦੇ ਕਿ ਤੈਨੂੰ ਟਰੱਕ ਦੇ ਨਾਲ ਜਾਣਾ ਪੈਣਾ ਐਜ਼ ਅ ਕਲੀਨਰ, ਉਹ ਕਹਿੰਦਾ ਮੈਂ ਇੰਜੀਨੀਅਰ ਬੰਦਾ ਔਰ ਮੈਂ ਟਰੱਕ ਨਾਲ ਜਾਵਾਂਗਾ, ਕਿਉਂਕਿ ਉਹਨਾਂ ਕੋਲ ਰੋਜ਼ਗਾਰ ਨਹੀਂ ਹੈ। ਉਹਨਾਂ ਦੀ ਪਹਿਲੀ ਗੱਲ, ਫੈਕਟਰੀ ਪੂਰੀ ਆਟੋਮੈਟਿਕ ਹੈ, ਪੂਰੀ ਫੈਕਟਰੀ ਆਟੋਮੈਟਿਕ ਹੈ, ਪਾਣੀ ਕੱਢਣ ਤੋਂ ਲੈ ਕੇ ਬੋਤਲਾਂ ਭਰ ਕੇ ਬਾਹਰ ਆਉਣ ਤੱਕ ਉੱਥੇ ਲੋਡਿੰਗ ਅਨਲੋਡਿੰਗ ਦਾ ਕੰਮ ਹੈਗਾ। ਦੂਜੀ ਗੱਲ, ਉਹਨਾਂ ਨੇ ਲੁਧਿਆਣੇ ਦੀ ਫੈਕਟਰੀ ਦੀ ਪ੍ਰੋਡਕਸ਼ਨ ਘਟਾਈ ਹੈ, ਘਟਾ ਕੇ ਇੱਥੇ ਵਧਾਈ, ਕਿਉਂਕਿ ਉੱਥੇ ਦਾ ਕੀ ਹੋਇਆ, ਲੁਧਿਆਣੇ ਦਾ ਪਾਣੀ ਨਹੀਂ ਘਟਿਆ, ਲੁਧਿਆਣੇ ਹੋਇਆ ਕੀ ਕਿ ਜਿਹੜਾ ਵਧੀਆ ਪਾਣੀ ਸੀਗਾ ਇਹਨਾਂ ਨੇ ਕੱਢ ਲਿਆ ਜੀ। ਸ਼ਰਮਾ ਜੀ, ਵਧੀਆ ਪਾਣੀ ਕੱਢ ਲਿਆ, ਨਹੀਂ 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 ਬਚਿਆ ਪਾਣੀ, ਵਧੀਆ ਪਾਣੀ ਕੱਢ ਲਿਆ ਅਤੇ ਦੁਰਾਹੇ ਜਿਹੜੀ ਨਹਿਰ ਜਾਂਦੀ ਹੈ ਉਹਦੀ ਸੇਮ ਉੱਧਰ ਨੂੰ ਫੁੱਟ ਗਈ, ਉਹਦੇ ਸੇਮ ਫੁੱਟ ਗਈ, ਤਾਂ ਜਿਹੜਾ ਉਹ ਪਾਣੀ ਹੈ ਉਹ ਹੈਵੀ ਪਾਣੀ ਹੈ, ਹੈਵੀ ਵਾਟਰ ਇਹਨਾਂ ਨੂੰ ਲੱਗਣਾ ਨਹੀਂ ਹੈ, ਹੈਵੀ ਵਾਟਰ ਵਾਸਤੇ ਇਹਨਾਂ ਨੂੰ ਮਸ਼ੀਨਰੀ ਵਧੀਆ ਲੱਗਣੀ ਸੀਗੀ, ਉਹ ਪਾਣੀ ਉਹਦੇ ਵਿੱਚ ਮਿਲਣ ਕਰਕੇ ਇੱਧਰ ਆ ਗਏ ਆ, ਉੱਧਰ ਇਹ ਕੀ ਕਰਦੇ ਪਏ, ਛੋਟੀਆਂ ਬੋਤਲਾਂ ਹੁਣ ਭਰਦੇ ਪਏ। ਤੀਜੀ ਗੱਲ, ਉੱਥੇ ਇੱਕ ਜੀ ਟੈਰਾਂ ਵਾਲਾ ਜਿੱਥੇ ਮੈਂ ਧਰਨਾ ਲਾਇਆ, ਚੌਥ ਦੀ ਗੱਲ ਹੈ, ਪਰਮਾਤਮਾ ਦੀ ਕਸਮ ਖਾਨਾ ਮੈਂ ਕਹਿੰਦਾ ਮੈਨੂੰ ਕੀੜੇ ਪੈ ਜਾਣ ਅਗਰ ਮੈਂ ਝੂਠ ਬੋਲਾਂ, ਤੁਸੀਂ ਉਹਨੂੰ ਜਾ ਕੇ ਪੁੱਛੋ। ਟੈਰਾਂ ਵਾਲਾ ਬੰਦਾ ਉੱਥੇ ਗਿਆ ਦੁਰਾਹੇ ਟਰੱਕ ਦੇ ਨਾਲ, ਉਹਨੇ ਕਿਹਾ ਕਹਿੰਦਾ ਯਾਰ ਆਹ ਫੈਕਟਰੀ ਸਾਡੇ ਉੱਧਰ ਵੀ ਲੱਗ ਗਈ, ਕਹਿੰਦਾ ਕਿ ਉੱਥੇ ਇੱਕ ਡੀਲਰ ਨੇ ਇਹਨੂੰ ਕਹੀ ਗੱਲ, ਕਹਿੰਦਾ 3 ਸਾਲ ਦੇ 3 ਸਾਲ ਠਹਿਰ ਜਾਓ, ਤੁਹਾਡੇ ਇਲਾਕੇ ਦੇ ਦਰਖਤ ਵੀ ਮਤਲਬ ਸੁੱਕੇ ਨਹੀਂ ਰਹਿਣੇ, ਥੱਲੇ ਆ ਜਾਣੇ ਆ, ਕਹਿੰਦਾ ਪਾਊਡਰ ਬਣ ਕੇ। ਇੰਨਾ ਬੁਰਾ ਹਾਲ, ਇੰਨਾ ਬੁਰਾ ਹਾਲ ਹੁਣ, ਇਹਦੇ ਬਾਰੇ ਸਾਨੂੰ ਹੁਣ ਤੋਂ ਹੀ ਸੋਚਣਾ ਪਏਗਾ, ਹੁਣ ਤੋਂ ਹੀ ਵਿਚਾਰ ਕਰਨਾ ਪਏਗਾ, ਅਤੇ ਵਰਨਾ ਜਿਹੜਾ ਹੈਗਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਬਹੁਤ ਜ਼ਿਆਦਾ ਭਿਆਨਕ ਹੋਣ ਵਾਲਾ। ਇੱਕ ਕੋਈ ਸਵਾਲ ਹੈਗਾ ਸਰ, ਇੱਕ ਰਜਿੰਦਰ ਜੀ ਹੈਗੇ ਆ, ਇਹ ਕਹਿ ਰਹੇ ਕਿ ਕੋਕੋ ਕੋਲਾ ਮਤਲਬ ਕਿ ਪਹਿਲੀ ਕੰਪਨੀ ਆ ਜਿਸਨੇ ਆਪਣੇ ਖਿਲਾਫ ਐਡ ਕੀਤੀ ਜਿਹਦੇ ਵਿੱਚ ਉਹਨਾਂ ਨੇ ਸਾਰੇ ਸਾਈਡ ਇਫੈਕਟ ਦੱਸੇ ਸੀਗੇ, ਕੋਈ ਇਦਾਂ ਦਾ ਹੋਇਆ ਸੀਗਾ ਜੀ? ਹਾਂਜੀ, ਕੋਈ ਇਹਨਾਂ ਦਾ ਕਹਿਣਾ ਹੈਗਾ ਕਿ ਕੋਕਾ ਕੋਲਾ ਜਿਹੜੀ ਇੱਕ ਕੋਈ ਪਹਿਲੀ ਫੈਕਟਰੀ ਹੈਗੀ ਆ ਜਿਹਨੇ ਆਪਣਾ ਜਿਹੜਾ ਇਹ ਪ੍ਰੋਡਕਟ ਤਿਆਰ ਕਰ ਰਹੇ ਹੈਗੇ, ਜੋ ਉਹਦੇ ਨੁਕਸਾਨ ਹੈਗੇ ਆ ਉਹਦੀ ਵੀ ਇਹਨਾਂ ਨੇ, ਇਹ ਅਮਰੀਕਾ ਦੀ ਇੱਕ ਵਰਡਿਕਟ ਸੀਗੀ ਅਮਰੀਕਾ ਦੇ ਸੁਪਰੀਮ ਕੋਰਟ ਦੀ। ਅੱਜ ਵੀ ਤੁਸੀਂ ਬਾਹਰ ਜਾ ਕੇ ਕੋਕ ਦਾ ਜਿਹੜਾ ਡੱਬਾ ਖਰੀਦ ਲਓ ਉਹਦੇ ਥੱਲੇ ਲਿਖਿਆ ਇਟਸ ਨੋਟ ਗੁੱਡ ਫਾਰ ਚਿਲਡਰਨ, ਸਾਫ਼ ਲਿਖਿਆ ਜਿਹੜਾ ਸਾਡਾ ਪੀਣ ਦਾ। ਇੰਡੀਆ ਦੇ ਵਿੱਚ, ਇੰਡੀਆ ਵਿੱਚ ਵੀ ਲਿਖਿਆ ਹੋਇਆ, ਲਿਖਿਆ ਉਹਦੇ 'ਤੇ, ਪਰ ਉਹ ਲਿਖਿਆ ਇੰਨੇ ਛੋਟੇ ਅਕਸ਼ਰਾਂ 'ਚ ਕਿ ਪੜ੍ਹ ਹੀ ਨਹੀਂ ਹੁੰਦਾ।
ਫਾਰਮੈਲਿਟੀ ਕਰ ਦਿੱਤੀ, ਫਾਰਮੈਲਿਟੀ ਕਰਤੀ ਹੈ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਹੁਸ਼ਿਆਰਪੁਰ ਵਾਸੀਆਂ ਨੂੰ ਕਿ ਜਿਹੜੇ ਵੱਡੇ ਲੀਡਰ ਹੈ ਕਿਰਪਾ ਕਰਕੇ ਅੱਗੇ ਆਓ, ਮੈਂ ਬਹੁਤ ਛੋਟਾ ਜਿਹਾ ਬੱਚਾ ਹੈਗਾ, ਪਤਾ ਨਹੀਂ ਇਹਨਾਂ ਨੇ ਮੈਨੂੰ ਕਿੱਥੇ ਢਾਕੇ ਮਾਰ ਦੇਣਾ ਹੈਗਾ। ਤੁਸੀਂ ਇਸ ਸੰਘਰਸ਼ ਨੂੰ ਆਪਣੇ ਹੱਥ ਵਿੱਚ ਲਓ, ਵੱਡੇ ਲੀਡਰ ਹੱਥ ਵਿੱਚ ਲੈਣ ਜਿਨ੍ਹਾਂ ਨੂੰ ਸੁਰੱਖਿਆ ਹੈਗੀ ਹੈ, ਕਿਉਂਕਿ ਜੋ 1 ਅਪ੍ਰੈਲ ਨੂੰ ਮੇਰੇ ਨਾਲ ਹੋਇਆ, 5-6 ਸੰਸਥਾਵਾਂ ਨੇ ਮੇਰੇ ਵਿਰੁੱਧ ਅਚਾਨਕ ਮੇਰੀ ਰਮਾਇਣ ਦੇ ਉੱਪਰ ਓਬਜੈਕਸ਼ਨ ਕੀਤਾ ਸੀਗਾ, ਜਿਹਦੇ ਵਿੱਚ ਆਰ ਐੱਸ ਐੱਸ, ਜਿਹਦੇ ਵਿੱਚ VHP, ਜਿਹਦੇ ਵਿੱਚ ਬਜਰੰਗ ਦਲ, ਜਿਹਦੇ ਵਿੱਚ ਇੱਕ ਇੱਥੇ ਦਾ ਮਿੱਟੀ ਦਾ ਜਿਹੜਾ ਨਜਾਇਜ਼ ਕੰਮ ਕਰਦਾ ਲੱਕੀ ਠਾਕਰ, ਜਿਹਦੇ ਵਿੱਚ ਸ਼ਿਵ ਸੈਨਾ ਦਾ ਰਣਜੀਤ ਸਿੰਘ, ਇਹ ਸਾਰਿਆਂ ਨੇ ਕੀ ਓਬਜੈਕਸ਼ਨ ਸੀਗਾ ਇਹਨਾਂ ਨੂੰ ਮੇਰੇ ਤੋਂ? ਅਗਰ ਮੈਂ ਕਿਤੇ ਬੈਠਾ ਆਇਆ, ਮੈਂ ਚਾਹੇ ਰਮਾਇਣ ਪਿੱਪਲ ਥੱਲੇ ਪੜ੍ਹਾਂ ਚਾਹੇ ਬੈਰੀ ਥੱਲੇ ਪੜ੍ਹਾਂ, ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। ਸ਼ਰਮਾ ਜੀ, ਮੇਰਾ ਉੱਥੋਂ ਸਮਾਨ ਚੋਰੀ ਕਰ ਲਿਆ, ਹਜੇ ਤੱਕ ਨਹੀਂ ਮਿਲਿਆ, ਮੇਰੇ ਕੋਲ ਬਾਕਸ ਸੀਗਾ। ਤੁਸੀਂ ਹੁਣ ਨਾਮ ਲੈ ਕੇ ਹਟੇ ਹੋ, ਇਹ ਤੁਹਾਡੇ ਸੰਘਰਸ਼ ਦੇ ਖਿਲਾਫ ਚੱਲੇ? ਇਹ ਸੰਘਰਸ਼ ਦੇ ਖਿਲਾਫ ਵੀ ਸੀਗੇ, ਔਰ ਇਹ ਇਹਨਾਂ ਨੇ ਤਾਂ ਮੈਨੂੰ ਇੱਥੇ ਤੱਕ ਕਿਸੇ ਬੰਦੇ ਨੇ ਕਿਹਾ, ਦੇਖੋ ਜੀ ਮੇਰੇ ਕੋਲ ਪ੍ਰੂਫ ਨਹੀਂ ਹੈ। ਇਹ ਲੋਕ ਤੁਹਾਡੇ ਨਾਲ ਵੀ ਚੱਲਦੇ ਰਹੇ? ਨਹੀਂ ਜੀ, ਨਾਲ ਨਹੀਂ ਚੱਲੇ, ਕੋਈ ਗਲਤੀ ਨਾਲ ਨਹੀਂ ਚੱਲੇ, ਕਦੀ ਨਹੀਂ ਜੀ, ਕਦੀ ਨਹੀਂ। ਮੈਨੂੰ ਫੋਟੋ ਦੱਸ ਦਿਓ ਇੱਕ ਵੀ, ਕਦੀ ਮੇਰੇ ਨਾਲ ਚੱਲੇ ਹੋਣ। ਇਹਨਾਂ ਨੂੰ ਫਿਰ ਕੀ ਰੋਸ ਤੁਹਾਡੇ ਤੋਂ ਕੀ ਪਰਸਪੈਕਟਿਵ? ਮੈਂ ਤਾਂ ਬਸ ਜੀ, ਉਹ ਤਾਂ ਹੁਣ ਇਹੀ ਪੁੱਛਣ ਦਾ ਮੈਂ ਇਹਨਾਂ ਨੂੰ ਪੁੱਛਦਾ ਪਿਆ ਸੀਗਾ ਨਾ, ਮੈਂ ਫੇਸਬੁੱਕ ਦੇ ਉੱਪਰ ਕਈ ਵਾਰੀ ਲਿਖ ਕੇ ਪਾਇਆ ਕਿ ਮੈਂ ਅਗਰ ਧਰਨੇ 'ਤੇ ਬੈਠਾ, ਮੈਂ ਅਗਰ ਧਰਨੇ 'ਤੇ ਬੈਠ ਕੇ ਆਪਣੀ ਰਮਾਇਣ ਪੜ੍ਹ ਰਿਹਾ, ਮੈਂ ਉੱਥੇ ਕੋਈ ਪੰਡਿਤ ਰੱਖਿਆ ਨਹੀਂ ਸੀਗਾ। ਉੱਦਾਂ ਇਹਨਾਂ ਲੋਕਾਂ ਨੂੰ ਇਹਨਾਂ ਦਾ ਪਤਾ ਨਹੀਂ, ਸ਼ਰਮਾ ਜੀ ਰਮਾਇਣ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਮੈਨੂੰ ਬਜਰੰਗ ਦਲ ਦਾ ਜੱਟ ਬੰਦਾ ਇਹ ਪੁੱਛਦਾ, ਕਹਿੰਦਾ ਰਮਾਇਣ 3 ਦਿਨਾਂ 'ਚ ਉਹਦਾ ਭੋਗ ਪੈ ਜਾਂਦਾ ਹੈਗਾ, ਤੁਸੀਂ ਭੋਗ ਕਿਉਂ ਨਹੀਂ ਪਾਇਆ? ਮੈਂ ਕਿਹਾ ਮੇਰੀ ਮਰਜ਼ੀ। ਇੱਕ ਦੂਜੀ, ਸਾਡੀ ਰਮਾਇਣ 2 ਪ੍ਰਕਾਰ ਦੀ ਹੁੰਦੀ ਹੈ, 3 ਦਿਨਾਂ ਦੀ ਰਮਾਇਣ ਨਹੀਂ ਹੁੰਦੀ। ਸਾਡੀ ਰਮਾਇਣ ਹੁੰਦੀ ਨਵਾਹਨ ਪਰਾਇਣ ਰਮਾਇਣ, ਜਿਹਨੂੰ 9 ਦਿਨ ਦੀ ਮੰਨੀ ਜਾਂਦੀ ਹੈ। ਇੱਕ ਹੁੰਦੀ ਮਾਸ ਪਰਾਇਣ ਰਮਾਇਣ, ਉਹਦੇ 'ਚ ਹਾਸੇ ਵਾਲੀ ਗੱਲ ਸੁਣਿਓ, ਮਾਸ ਪਰਾਇਣ ਰਮਾਇਣ ਹੁੰਦੀ 1 ਮਹੀਨੇ ਦੀ। ਇਹਨਾਂ ਲੋਕਾਂ ਨੇ ਕਿਹਾ ਕਿ ਮਾਸ ਪਰਾਇਣ ਰਮਾਇਣ ਰਾਣੇ ਨੇ ਰੱਖੀ ਹੈ ਕਿ ਉੱਥੇ ਮਾਸ ਵੀ ਬਣਦਾ। ਅੱਛਾ, ਇੱਕ ਰਾਣਾ ਜੀ, ਇੱਦਾਂ ਨਹੀਂ ਹੋ ਸਕਦਾ ਹੈਗਾ, ਚਾਹੇ ਇਹ 5-7-10 ਬੰਦੇ ਜਿਹਨਾਂ ਤੁਸੀਂ ਨਾਂ ਲਿਆ, ਮੇਰੇ ਸ਼ਹਿਰ ਹੁਸ਼ਿਆਰਪੁਰ ਦੀ ਤਮਾਮ ਲੀਡਰਸ਼ਿਪ ਜਿਹੜੀ ਵੀ ਹੈਗੀ ਆ, ਆਪਣਾ ਕੀ ਉਹਦਾ ਨਾਮ ਆ, ਵੀਰ ਪ੍ਰਤਾਪ ਰਾਣਾ, ਕੋਈ ਆਪਣਾ ਦੁਖੜਾ, ਇੱਕ ਕਹਾਣੀ ਜਿਹੜੀ ਵੀ ਤੁਸੀਂ ਕੁਝ ਪ੍ਰਿੰਟਡ ਕੀਤੀ ਹੈਗੀ ਆ ਕੋਕਾ ਕੋਲਾ ਦੇ ਖਿਲਾਫ, ਜੋ ਉਹਦੇ ਇਫੈਕਟ ਹੈਗੇ ਆ, ਜੋ ਉਹਦੇ ਨੁਕਸਾਨ ਹੈਗੇ ਆ, ਉਹਦਾ ਕੋਈ ਇਸ ਤਰ੍ਹਾਂ ਦਾ ਕੋਈ ਪੰਪਲੈਟ ਹੋਵੇ ਜਾਂ ਕੋਈ ਲੈਟਰ ਹੋਵੇ ਤਮਾਮ ਉਹਨਾਂ ਲੀਡਰਾਂ ਨੂੰ ਜਿਹੜੇ ਤੁਹਾਡੇ ਇਸ ਸੰਘਰਸ਼ ਨੂੰ ਖੇਰੂ ਖੇਰੂ ਕਰਨ ਦਾ ਯਤਨ ਕਰ ਰਹੇ ਨੇ, ਉਹਨਾਂ ਨੂੰ ਇੱਕ ਇੱਕ ਪੰਪੂਲੈਟ ਜਿਹੜਾ ਹੈਗਾ ਇਸ ਤਰ੍ਹਾਂ ਦਾ ਦਿੱਤਾ ਜਾਵੇ, ਸਿਗਨੇਚਰ ਉਹਨਾਂ ਦੇ ਲਿੱਤੇ ਜਾਣ, ਉਹਨਾਂ ਨੂੰ ਕਹੋ ਵੀ ਮੈਨੂੰ ਜਦੋਂ ਮਰਜ਼ੀ ਸਾਲ ਲਓ, ਮੇਰੇ ਨਾਲ ਜਿਹੜੀ ਆ ਇਸ ਟੋਪਿਕ ਦੇ ਉੱਤੇ ਜਦੋਂ ਮਰਜ਼ੀ ਮੇਰੇ ਨਾਲ ਬਹਿਸ ਕਰ ਲਓ। ਅਗਰ ਆਪਾਂ ਇੱਦਾਂ ਦਾ ਕਾਰਿਆ ਸਟਾਰਟਿੰਗ ਦੇ ਵਿੱਚ ਕਰਕੇ, ਜੇ ਨਹੀਂ ਫਿਰ ਵੀ ਗੱਲ ਬਣਦੀ, ਫਿਰ ਆਪਾਂ ਸੰਘਰਸ਼ ਵਾਲੇ ਪਾਸੇ ਨੂੰ ਆਪਾਂ ਚਲੀਏ, ਤਾਂ ਮੇਰਾ ਖਿਆਲ ਉਹ ਬੈਟਰ ਨਹੀਂ ਹੈਗਾ ਇਹ ਕਾਰਿਆ ਕਰਨਾ। ਬਿਲਕੁਲ, ਮੈਂ ਪਹਿਲਾਂ ਕੋਸ਼ਿਸ਼ ਕੀਤੀ ਸੀਗੀ ਜੀ, ਇਹ ਮੈਂ ਪੈਂਪਲੇਟ ਕਾਫੀ ਵੰਡੇ ਹੈ। ਸ਼ਰਮਾ ਜੀ, ਹੁਣ ਮੈਂ ਇਹ ਚਾਹੁੰਦਾ ਕਿ ਤੁਸੀਂ ਅੱਜ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈਗਾ, ਹੁਣ ਲੋਕ ਜਾਗਰੂਕ ਹੋਣਗੇ। ਮੈਂ ਕਹਿੰਦਾ ਕਿ ਲੋਕ ਸਾਰੇ ਜਾਗਰੂਕ ਹੋਣ, ਸਾਡੇ ਨਾਲ ਚੱਲਣ, ਮੇਰੇ ਨਾਲ ਨਹੀਂ, ਸਾਡੇ ਨਾਲ, ਸਾਡੇ ਨਾਲ ਚੱਲਣ, ਉਸ ਇਲਾਕੇ ਦੇ ਲੋਕਾਂ ਨੂੰ ਆਪਾਂ ਲਈਏ, ਉਹਨਾਂ ਇਲਾਕੇ ਦੇ ਲੋਕਾਂ ਦੇ ਵਿੱਚ ਜਿਹੜੀ ਇਸ ਵੇਲੇ ਡਰ ਦਾ ਮਾਹੌਲ ਹੈਗਾ ਕਿ ਪੁਲਿਸ ਨੇ ਸਾਡੇ 'ਤੇ ਝੂਠੇ ਪਰਚੇ ਕਰ ਦੇਣੇ ਹੈ, ਇਹ ਕਰ ਦੇਣਾ, ਉਹ ਕਰ ਦੇਣਾ, ਅਤੇ ਉਹਨਾਂ ਤੋਂ ਉਹਨਾਂ ਨੂੰ ਬਾਹਰ ਕੱਢੀਏ, ਅਤੇ ਜੇ ਪਰਚੇ ਹੋ ਵੀ ਜਾਣ ਤਾਂ ਕੋਈ ਨਹੀਂ, ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਹੈਗਾ, ਸੁਪਰੀਮ ਕੋਰਟ ਹੈਗਾ, ਅਸੀਂ ਹਰ ਜਗ੍ਹਾ ਜਾਵਾਂਗੇ, ਰਾਸ਼ਟਰਪਤੀ ਨੂੰ ਮਿਲਣ ਤੱਕ ਜਾਵਾਂਗੇ, ਪਰ ਸਾਡੇ ਨਾਲ ਲੋਕ ਆ ਜਾਣ, ਅਸੀਂ ਕੱਲ੍ਹ ਤੋਂ ਹੀ ਇਹ ਕੰਮ ਸ਼ੁਰੂ ਕਰ ਦਿੰਦੇ ਹਾਂ, ਮੇਰੇ ਕੋਲ ਸਾਰਾ ਕੁਛ ਤਿਆਰ ਪਿਆ ਹੈਗਾ। ਪਰ ਮੈਂ ਇਹੀ ਕਹਿੰਦਾ ਵਾਰ ਵਾਰ ਕਿ ਮੇਰੇ ਕੋਲ ਇਕੱਲੇ ਕੋਲ ਇੰਨਾ ਟਾਈਮ ਨਹੀਂ ਹੈ, ਮੈਂ ਜਾਵਾਂ। ਦੇਖੋ ਜੀ, ਮੇਰੇ ਨਾਲ ਅੰਬੇਡਕਰ ਸੈਨਾ ਦਾ ਮੁੰਡਾ ਲੱਗਾ, ਜਤਿੰਦਰ ਭੋਲੂ, ਬਹੁਤ ਮਿਹਨਤ ਕਰਦਾ ਵਿਚਾਰਾ, ਉਹ ਫਾਈਨੈਂਸ਼ੀਅਲੀ ਮੇਰੇ ਵਰਗਾ ਹੀ ਹੈ ਕਿ ਜ਼ਿਆਦਾ ਸਟਰੋਂਗ ਨਹੀਂ ਹੈਗਾ, ਪਰ ਜਿੰਨਾ ਸਾਤੋਂ ਹੁੰਦਾ ਅਸੀਂ ਕਰਦੇ ਪਏ, ਜਿੰਨਾ ਸਾਤੋਂ ਹੋ ਰਿਹਾ ਕਰਦੇ ਪਏ। ਇੱਕ ਨਾਲ ਕੁਸ਼ਚਨ ਹੈਗਾ ਜੀ, ਹਿਮਾਂਸ਼ੂ ਸੰਘਰ ਪ੍ਰਜਾਪਤੀ ਜੀ ਹੈਗੇ ਆ, ਇਹ ਕਹਿ ਰਿਹਾ ਤੁਸੀਂ ਸੈਂਚਰੀ ਵਿੱਚ ਇੰਨਾ ਧਰਨਾ ਪ੍ਰਦਰਸ਼ਨ ਕੀਤਾ, ਉੱਥੋਂ ਚੱਕਿਆ ਕਿਉਂ? ਕਹਿੰਦੇ ਉੱਥੇ ਹਜੇ ਵੀ ਵੇਸਟੇਜ ਬਹੁਤ ਹੁੰਦੀ ਪਾਣੀ ਦੀ। ਬਿਲਕੁਲ ਵੇਸਟੇਜ ਵੀ ਹੋ ਰਹੀ ਹੈ ਭਰਾ ਜੀ, ਔਰ ਉਹ ਗੰਦਾ ਪਾਣੀ ਅੰਦਰ ਵੀ ਛੱਡ ਰਹੇ ਆ, ਇਹ ਵੀ ਮੈਂ ਨਾਲ ਕਹਿਣਾ ਚਾਹੁੰਦਾ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਉੱਥੇ ਮੈਂ ਆਗੂ ਨਹੀਂ ਸੀਗਾ ਭਰਾ ਜੀ, ਮੈਂ ਆਗੂ ਨਹੀਂ ਸੀਗਾ, ਉੱਥੇ ਜਿਹੜੇ ਆਗੂ ਸੀਗੇ ਹੋਰ ਸੀਗੇ, ਮੈਂ ਤਾਂ ਉਹਨਾਂ ਦਾ ਸਿਰਫ ਇੱਕ ਸਮਰਥਕ ਸੀਗਾ, ਟੈਕਨੀਕਲ ਜਾਣਕਾਰੀ ਦੇਣ ਜਾਂਦਾ ਸੀਗਾ। ਮੈਂ ਉੱਥੇ ਉਸਲੇ ਉਸ ਟੀਮ ਦੇ ਵਿੱਚ ਅਧਿਆਕਸ਼ ਜਾਂ ਸੈਕਟਰੀ ਜਾਂ ਜਿਹੜੇ ਖਜ਼ਾਨਚੀ, ਮੇਰਾ ਉੱਥੇ ਕੋਈ ਰੋਲ ਹੀ ਨਹੀਂ ਸੀਗਾ ਜੀ, ਮੇਰਾ ਉੱਥੇ ਕੋਈ ਰੋਲ, ਮੈਨੂੰ ਬਦਨਾਮ ਕੀਤਾ ਜਾ ਰਿਹਾ ਕਿਉਂਕਿ ਮੈਂ ਉੱਥੇ ਜਾ ਰਿਹਾ ਸੀਗਾ। ਮੈਂ ਤਾਂ ਦੇਖੋ ਜਿਹੜੀ ਮੁਰਾਦਪੁਰ ਗੁਰੂ ਕੀ ਲੇਡੀ ਹੈ, ਉਹ ਬੇਚਾਰੀ ਇੰਨੀ, ਮਤਲਬ ਮੈਂ ਕਹਿੰਦਾ ਝਾਂਸੀ ਦੀ ਰਾਣੀ ਸੀਗੀ, ਉਹਨੇ ਮੇਰਾ ਬੋਥਾ ਹੌਸਲਾ ਅਫਜਾਈ ਕੀਤੀ, ਮੈਨੂੰ ਕਈ ਸ਼ਬਦ ਬੋਲਣੇ ਨਹੀਂ ਆਉਂਦੇ ਸੀਗੇ, ਉਹਨੂੰ ਕੁੱਟਿਆ ਮਾਰਿਆ ਗਿਆ, ਕਿੰਨਾ ਕੁ ਉਹ ਗੱਲ ਮੀਡੀਆ ਨੇ ਚੱਕੀ, ਕਿਆ ਇਨਕੁਆਇਰੀ ਕੀਤੀ, ਉਹ ਬੇਚਾਰੀ ਦੇ ਉੱਪਰ ਦਬਾਅ ਬਣਾ ਕੇ ਇਹਨਾਂ ਨੇ ਉਹ ਤੋਂ ਕੇਸ ਵਾਪਸ ਲੈ ਲਿਆ, ਇਹ ਫੈਕਟਰੀਆਂ ਸਾਰਾ ਕੁਛ ਕਰਵਾਉਂਦੀਆਂ ਨੇ, ਔਰ ਮੇਰੇ ਨਾਲ ਵੀ ਹੋਣ ਦੇ ਚਾਂਸਸ ਹਨਗੇ। ਇਸ ਕਰਕੇ ਮੇਰੀ ਅਪੀਲ ਹੈ,
ਹੁਸ਼ਿਆਰਪੁਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਆਪਾਂ ਪੰਜਾਬ ਬਚਾ ਲਈਏ ਜਾਤ ਪਾਤ ਰਾਜਨੀਤੀ ਤੋਂ ਬਾਹਰ ਨਿਕਲ ਕੇ। ਰਾਣਾ ਜੀ ਸਮੇਂ ਕਾਫੀ ਹੋ ਗਿਆ ਹੈਗਾ, ਆਪਾਂ ਇਸ ਤੋਂ ਬਾਅਦ ਜਿਹੜਾ ਹੈਗਾ ਵਾ ਨਹੀਂ ਕਰ ਪਾਉਂਦੇ, ਗੱਲਾਂ ਤਾਂ ਬਹੁਤ ਹੈਗੀਆਂ ਹਾਲੇ ਕਰਨ ਵਾਲੀਆਂ, ਫਿਰ ਕਿਤੇ ਮੌਕਾ ਮਿਲਿਆ ਤਾਂ ਤੁਹਾਡੇ ਨਾਲ ਗੱਲਾਂ ਜਿਹੜੀਆਂ ਹੈਗੀਆਂ ਇਸ ਸੰਬੰਧ ਦੇ ਵਿੱਚ ਕਰਾਂਗੇ। ਸੋ ਤੁਹਾਡਾ ਜਿਹੜਾ ਹੈਗਾ ਵਾ ਸਾਡੇ ਇਸ ਸਟੂਡੀਓ ਦੇ ਵਿੱਚ ਆਉਣ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਬੀ ਪ੍ਰਤਾਪ ਜੀ ਰਾਣਾ, ਜਿਨ੍ਹਾਂ ਨੇ ਖੁੱਲ੍ਹ ਕੇ ਜਿਹੜੀਆਂ ਹਰ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਇੱਥੇ ਤੱਕ ਕਿ ਜਿਨ੍ਹਾਂ ਨੇ ਵੀ ਇਹਨਾਂ ਦੇ ਉੱਤੇ ਕੋਈ ਇਲਜ਼ਾਮ ਲਗਾਏ ਉਹਨਾਂ ਦਾ ਬਾਈ ਨੇਮ ਜਿਹੜਾ ਹੈਗਾ ਇਹਨਾਂ ਨਾਲ ਲੈ ਕੇ ਬਿਨਾਂ ਕਿਸੇ ਡਰ ਭੈਅ ਤੋਂ ਸਾਰੀਆਂ ਗੱਲਾਂ ਓਪਨ ਕੀਤੀਆਂ ਹੈਗੀਆਂ। ਅਤੇ ਹੁਣ ਮੈਂ ਆਪਣੇ ਦਰਸ਼ਕਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਜਿਹੜਾ ਮੁੱਦਾ ਹੈ ਵਾਕਈ ਪਾਣੀ ਦਾ ਮੁੱਦਾ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਾਣੀ ਦੀ ਜਿਹੜੀ ਹੈ ਕਾਫੀ ਜ਼ਿਆਦਾ ਪ੍ਰੋਬਲਮ ਆਉਣ ਵਾਲੀ ਹੈਗੀ ਆ। ਪਾਣੀ ਜਿਹੜਾ ਹੈਗਾ ਬਹੁਤ ਨੀਚੇ ਜਾ ਚੁੱਕਾ ਹੈਗਾ, ਔਰ ਵਾਕਈ ਸੱਚਾਈ ਹੈਗੀ ਆ। ਅਤੇ ਮੈਂ ਖੁਦ ਜਿਹੜਾ ਹੈਗਾ ਭੰਗੀ ਚੋਅ ਜਿਹੜਾ ਹੈਗਾ ਉੱਥੇ ਤਾਂ 4 ਵਾਰੀ ਐਂ ਹੱਥ ਮਾਰਦਾ ਸੀਗਾ ਚੋਅ ਦੇ ਵਿੱਚ, ਅਤੇ ਉੱਥੋਂ ਪਾਣੀ ਆ ਜਾਂਦਾ ਹੁੰਦਾ ਸੀਗਾ, ਲੇਕਿਨ ਉਹੀ ਪਾਣੀ ਜਿਹੜਾ ਹੈਗਾ ਹੁਣ ਸੈਂਕੜਾ ਫੁੱਟ ਥੱਲੇ ਜਾ ਚੁੱਕਾ ਹੈਗਾ। ਸੋ ਇਹਨਾਂ ਦੇ ਸੰਘਰਸ਼ ਦੇ ਵਿੱਚ ਕੀ ਹੈ ਇਸ ਨੂੰ ਜਾਣਨ ਦੀ ਅੱਜ ਆਪਾਂ ਕੋਸ਼ਿਸ਼ ਕੀਤੀ ਹੈਗੀ ਆ, ਹੋਰ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਤੁਹਾਡੇ ਸਾਰਿਆਂ ਦੇ ਅੱਗੇ ਅਪੀਲ ਹੈ, ਖਾਸ ਤੌਰ ਦੇ ਉੱਤੇ ਮੈਂ ਸੁੰਦਰ ਸ਼ਾਮ ਅਰੋੜਾ ਔਰ ਕੋਕਾ ਕੋਲਾ ਫੈਕਟਰੀ ਨੂੰ, ਉਹਨਾਂ ਦੋਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੀ ਗੱਲਬਾਤ ਸੁਣਨੀ ਚਾਹੀਦੀ ਹੈ। ਜੋ ਵੀ ਟਰਮ ਐਂਡ ਕੰਡੀਸ਼ਨਾਂ ਜਿਹੜੀਆਂ ਭਾਰਤ ਸਰਕਾਰ ਵੱਲੋਂ ਫੈਕਟਰੀ ਲਗਾਉਣ ਦੇ ਵਾਸਤੇ ਬਣਾਈਆਂ ਗਈਆਂ ਹਨ, ਉਹਨਾਂ ਕੰਡੀਸ਼ਨਾਂ 'ਤੇ ਹੀ ਫੈਕਟਰੀ ਨੂੰ ਲਾਇਸੈਂਸ ਮਿਲਿਆ ਹੈਗਾ। ਕੀ ਉਹਦੇ ਵਿੱਚ ਕੋਈ ਤਰੁੱਟੀਆਂ ਤਾਂ ਨਹੀਂ ਹੈ, ਉਹਦੀ ਬਾਤ ਕਰਨ ਦੀ ਲੋੜ ਹੈਗੀ ਆ। ਜੇ ਸੁੰਦਰ ਸ਼ਾਮ ਅਰੋੜਾ ਜੀ ਇਸ ਤਰ੍ਹਾਂ ਫੋਨ ਕਰਕੇ ਇਹਨਾਂ ਦੇ ਸੰਘਰਸ਼ ਨੂੰ ਖੇਰੂ ਖੇਰੂ ਕਰਨ ਦੀ ਯਤਨ ਕਰਨਗੇ ਤਾਂ ਉਹ ਬਿਲਕੁਲ ਗਲਤ ਗੱਲ ਹੈਗੀ ਆ। ਸੁੰਦਰ ਸ਼ਾਮ ਅਰੋੜਾ ਜੀ ਨੂੰ ਵੀ ਇੱਕ ਲੀਡਰ ਹੋਣ ਦੇ ਨਾਤੇ ਜਿਹੜੇ ਆ ਉਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਬੀਰ ਪ੍ਰਤਾਪ ਰਾਣਾ ਜੀ ਦੇ ਨਾਲ ਗੱਲਬਾਤ ਕਰਨ, ਜਿਹੜੇ ਸੰਘਰਸ਼ ਇਸ ਨੂੰ ਚਲਾ ਰਹੇ ਨੇ ਉਹਨਾਂ ਦੇ ਕੋਲੋਂ ਪੁੱਛਿਆ ਜਾਵੇ, ਤੈਂ ਤੱਕ ਜਾਇਆ ਜਾਵੇ ਵੀ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ, ਇਹ ਕਿਸ ਮੁੱਦੇ ਨੂੰ ਲੈ ਕੇ ਜਿਹੜਾ ਇਹ ਸੰਘਰਸ਼ ਕਰ ਰਹੇ ਹੈਗੇ, ਇੱਕ ਲੀਡਰ ਦਾ ਫਰਜ਼ ਬਣਦਾ ਹੈਗਾ। ਸੋ ਬੈਠ ਕੇ ਹਰ ਇੱਕ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈਗਾ। ਸੋ ਸਮੇਂ ਕਾਫੀ ਹੋ ਗਿਆ ਹੈਗਾ, ਅਸੀਂ ਇਸ ਤਰ੍ਹਾਂ ਦੀਆਂ ਖਾਸ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਮਿਲਾਉਂਦੇ ਰਹਾਂਗੇ। ਸੋ ਹਾਂ ਸੱਚ ਰਾਣਾ ਜੀ, ਇੱਕ ਕਸਮ ਜਿਹੜੀ ਹੈਗੀ ਆ, ਆਪਾਂ ਜਿਹੜਾ ਪ੍ਰੋਗਰਾਮ ਕਰਦੇ ਹਾਂ ਚਾਹੇ ਅੱਧੇ ਘੰਟੇ ਦਾ ਪੌਣੇ ਘੰਟੇ ਦਾ ਹੋ ਜਾਂਦਾ ਹੈਗਾ ਸਾਡਾ, ਆਪਾਂ ਕਿਸੇ ਦੇ ਕੋਲੋਂ ਨਾ ਕੋਈ ਪੈਸਾ ਲੈਂਦੇ ਹਾਂ ਅਤੇ ਨਾ ਆਪਾਂ ਦਿੰਦੇ ਹਾਂ, ਇਹ ਬਿਲਕੁਲ ਸਾਡਾ ਫ੍ਰੀ ਦਾ ਪ੍ਰੋਗਰਾਮ ਹੈਗਾ। ਹਾਂ ਇੱਕ ਜਿਹੜਾ ਹੈਗਾ ਮੈਂ ਸ਼ਪਥ ਲੈਂਦਾ ਹੈਗਾ, ਉਹ ਸ਼ਪਥ ਮੇਰੀ ਇਹ ਹੈਗੀ ਆ ਵੀ ਮੈਂ 10 ਪੌਦੇ ਜਿਹੜਾ ਵੀ ਮੇਰੇ ਕੋਲ ਇੱਥੇ ਲਾਈਵ ਜਿਹੜਾ ਹੈਗਾ ਸਾਡੇ ਕੋਲ ਆਉਂਦੇ, ਮੈਂ ਉਹਨੂੰ ਸ਼ਪਥ ਲੈਂਦਾ ਕਿ 10 ਪੌਦੇ ਉਹ ਆਪਣੇ ਜੀਵਨ ਦੇ ਵਿੱਚ ਲਗਾਵੇ, 10 ਬ੍ਰਿਕਸ਼ ਉਹ ਜਿਹੜਾ ਲਗਾਵੇ। ਇਕੱਲੇ ਲਗਾਉਣੇ ਨਹੀਂ ਹੈਗੇ, ਕੱਲ੍ਹ ਜਿੰਪਾ ਜੀ ਆਏ ਸੀ ਬੜਾ ਵਧੀਆ ਮੈਨੂੰ ਸੁਝਾਵ ਉਹ ਦੇ ਕੇ ਗਏ ਵੀ ਤੁਸੀਂ ਇਕੱਲੀ ਸ਼ਪਥ ਲਗਾਉਣ ਦੀ ਨਹੀਂ ਲੈਣੀ, ਉਹਨਾਂ ਬੂਟਿਆਂ ਨੂੰ ਪਾਲਣਾ ਵੀ ਹੈਗਾ ਵਾ, ਉਹਨਾਂ ਬੱਚਿਆਂ ਮੰਗਣ ਜਿਹੜਾ ਹੈਗਾ ਤੁਹਾਡੀ ਹੀ ਜ਼ਿੰਮੇਵਾਰੀ ਹੋਏਗੀ। 10 ਦਰੱਖਤ ਜਿਹੜੇ ਤੁਸੀਂ ਲਗਾਉਣੇ ਆ ਉਹਨਾਂ ਨੂੰ ਸੀਚਣਾ, ਉਹਨਾਂ ਨੂੰ ਵੱਡੇ ਕਰਨਾ ਜਿਹੜਾ ਹੈਗਾ, ਉਹਨਾਂ ਦੀ ਦੇਖਭਾਲ ਕਰਨੀ, ਉਹ ਵੀ ਤੁਹਾਡੀ ਜ਼ਿੰਮੇਵਾਰੀ ਹੋਏਗੀ। ਅੱਜ ਤੁਸੀਂ ਇਹ ਸ਼ਪਥ ਜਿਹੜੀ ਹੈਗੀ ਆ ਮੇਰੇ ਦਰਸ਼ਕਾਂ ਦੇ ਸਾਹਮਣੇ, ਥਰਡ ਆਈ ਦੇ ਜਿੰਨੇ ਵੀ ਦਰਸ਼ਕ ਹੈਗੇ ਉਹਨਾਂ ਦੇ ਸਾਹਮਣੇ ਲਓ। ਬਿਲਕੁਲ ਜੀ, ਮੈਂ ਉਹਦੀ ਫੋਟੋ ਵੀ ਖਿੱਚਾਂਗਾ ਔਰ ਮੈਂ ਤੁਹਾਨੂੰ ਆਸ਼ਵਾਸਨ ਦਿੰਦਾ ਕਿ ਮੈਂ 5 ਬੂਟੇ ਜਾਮਣ ਦੇ ਅਤੇ 5 ਬੂਟੇ ਨਿੰਮ ਦੇ ਲਗਾਵਾਂਗਾ। ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਜੀ। ਲਓ ਦੋਸਤੋ, ਅੱਜ ਫਿਰ ਸਾਨੂੰ ਦਿਓ ਇਜਾਜ਼ਤ, ਅਤੇ ਇਸੇ ਤਰ੍ਹਾਂ ਆਪਾਂ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਂਦੇ ਰਵਾਂਗੇ। ਅਤੇ ਤੁਸੀਂ ਦੇਖਦੇ ਰਹੋ ਹੁਸ਼ਿਆਰਪੁਰ ਥਰਡ ਆਈ, ਕੈਮਰਾ ਪਰਸਨ ਕੁਲਦੀਪ ਕੱਕੜ ਦੇ ਨਾਲ ਅਸ਼ਵਨੀ ਸ਼ਰਮਾ, ਥਰਡ ਆਈ ਨਿਊ ਹੁਸ਼ਿਆਰਪੁਰ।